ਸਿਗਰਟ ਅਤੇ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ। ਇਹ ਫਿਲਮ ਉਹਨਾਂ ਪਿੰਡਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੂੰ ਸ਼ਹਿਰ ਖਾ ਗਏ। ਖੜੀ ਹੈ, ਇਹ ਪਾਣੀ ਛੱਡ ਕੇ ਪਈਆ ਕਿੱਧਰ ਮਰ ਗਿਆ? ਆ ਪਿਆ ਤੜੀ ਚੌਲ ਖਾ ਕੇ, ਕਿਵੇਂ ਲੱਗਿਆ ਘਰਾੜੇ ਮਾਰਨ? ਜਾਮਣ ਦੀ ਸਮੇਂ ਪਏ ਨੇ ਬਾਦਸ਼ਾਹ, ਮੌਜ ਨਾਲ ਘਰਾੜੇ ਮਾਰਦੇ ਆ। ਓ ਯਾਦਵ ਉਠੋਏ, ਓ ਯਾਦਵ ਸੁਣਦਾ ਨੀ ਤੈਨੂੰ? ਬਈ ਉੱਠ ਜਾ, ਖੜਾ ਚੌਲ ਖਾਣੀ ਜਾ। ਵੇਕ ਅਪ ਯੂ ਉਟਕਰਸਟ ਖਾਣੀ ਜਾਤ। ਹਾਂ, ਸਾਗ ਖਾਣੀ ਜਾਤ ਦੇ ਟੈਕਸ ਤੇ ਪਲਦਾ ਤੁਹਾਡਾ ਕਨੇਡਾ, ਬਾਕੀ ਸੱਪ ਸਾਧ ਤੇ ਸੁੱਤੇ ਪਏ ਜੱਟ ਨੂੰ ਨਹੀਂ ਛੇੜੀਦਾ। ਆਈ ਐਮ ਦੀ ਓਨਰ ਆਫ ਦਿਸ ਫਰਮ, ਆਈ ਸਰਪੰਚ ਪਿੰਡ ਦਾ। ਮੇਰਾ ਨੁਕਸਾਨ ਕੀਤਾ? ਕੋਈ ਨੁਕਸਾਨ ਨਹੀਂ ਕੀਤਾ, ਮੈਂ ਸਪਰੇਅ ਕੀਤੀ ਹੈ। ਯੂ ਆਰ ਸੁਪੋਜ਼ਡ ਟੂ ਸਪਰੇਅ ਦ ਗ੍ਰਾਸ, ਨਾਟ ਦ ਕ੍ਰਾਪਸ। ਆਰ ਯੂ ਸਟੂਪਿਡ? ਓਏ ਗਾਲ ਨਹੀਂ ਕੱਢਣੀ, ਮੈਂ ਛੱਡਿਆ ਤੇਰਾ ਕੰਮ, ਮੇਰਾ ਹਿਸਾਬ ਕਿਤਾਬ ਕਰ। ਯੂ ਟਾਕ ਅਬਾਊਟ ਯੂਰ ਸੈਲਰੀ, ਰਾਈਟ? ਯਾ, ਆਈ ਹੈਵ ਯੂਰ ਹਿਸਾਬ ਕਿਤਾਬ। $780 ਲਿਆ, ਲੈ ਨੇ ਨਾ। ਮਤਲਬ ਕੈਮਰਾ ਨਕਾਰਦਾ, ਦੁਸ਼ਮਨ ਅਨਾਰਦਾ। ਅਨਾਰਦਾ ਨਹੀਂ, ਅਨਾਜ ਹੁੰਦਾ। ਜਸ਼ਟ ਸ਼ਟ ਅਪ, ਯੂ ਓ ਮੀ $780 ਇਨ ਦੀ ਐਂਡ ਆਫ ਦ ਵੀਕ, ਔਰ ਆਈਲ ਟੇਕ ਲੀਗਲ ਐਕਸ਼ਨ ਅਗੇਂਸਟ ਯੂ। ਲਾਵੇ ਸਰਪੰਚ ਸਾਹਿਬ ਦਾ ਤਾਂ ਕੱਟਿਆ ਗਿਆ ਫਰਲਾ। ਸਰਪੰਚੀਆਂ ਸਰਪੰਚੀਆਂ ਤਾਂ ਰਹਿ ਗਈਆਂ ਪਿੰਡ ਚ, ਇੱਥੇ ਤਾਂ ਗੋਰਿਆਂ ਮੂਰੇ ਨਿੰਮ ਕੇ ਕੰਮ ਕਰਨਾ ਪੈਂਦਾ। ਨਿੰਮ ਕੇ ਗੋਟੀਆਂ ਹੁੰਦੀਆਂ ਨੇ ਸਰਪੰਚੀਆਂ ਨੀ। ਰਨ ਰਿਕਾਰਡ ਆਉਂਦੇ ਪੜ੍ਹਨੇ ਆ ਤੇਰੇ ਅੱਖ ਨੂੰ, ਲਾਈਟਲੀ ਨਾ ਲੈ ਜੀ ਜੱਟ ਨੂੰ। ਪੜ੍ਹਨੇ ਆ ਤੇਰੇ ਅੱਖ ਨੂੰ, ਲਾਈਟਲੀ ਨਾ ਲੈ ਜੀ ਜੱਟ ਨੂੰ। ਉਦਾਂ ਦੀਵਿਆਂ ਤੋਂ ਡਰੂ, ਗੱਲ ਸੂਰਜਾਂ ਦੀ ਕਰੂ, ਉਹ ਜੀ ਦੀ ਛੋਟੀ ਅੱਲੜੇ। ਮਰਜ਼ੀ ਦੇ ਮਾਲਕਾਂ ਦੀ, ਇਕੱਲਿਆਂ ਦੇ ਮਾਲਕਾਂ ਨਾ ਬਣਦੀ ਨੀ ਬਹੁਤੀ ਅੱਲੜੇ। ਮਰਜ਼ੀ ਦੇ ਮਾਲਕਾਂ ਦੀ, ਇਕੱਲਿਆਂ ਦੇ ਮਾਲਕਾਂ ਨਾ ਬਣਦੀ ਨੀ ਬਹੁਤੀ ਅੱਲੜੇ। ਸਾਡੇ ਬਾਪੂ ਨੇ ਦੱਸ ਇਹਦੇ ਵਿੱਚ ਸਾਡਾ ਕੀ ਕਸੂਰ ਹੈ। ਗੱਲ ਕੌੜੀ ਭਾਵੇਂ ਹੋਵੇ, ਮੂੰਹ ਤੇ ਠੋਕੀਏ, ਟੋਲਾ ਮਾਫੀਏ ਦੇ ਨਾਮ ਤੋਂ ਮਸ਼ਹੂਰ ਹੈ। ਨਾ ਹੀ ਆਪ ਲਾਇਆ ਚਿੱਟਾ, ਨਾ ਕਿਸੇ ਨੂੰ ਲਾਉਣ ਦਿੱਤਾ, ਝੂਠ ਜਾਂਦਾ ਵੋਟੀ ਵੋਟੀ ਅੱਲੜੇ। ਮਰਜ਼ੀ ਦੇ ਮਾਲਕਾਂ ਦੀ, ਇਕੱਲਿਆਂ ਦੇ ਮਾਲਕਾਂ ਨਾ ਬਣਦੇ ਬਹੁਤੀ ਅੱਲੜੇ।
ਐਫੀ ਆਪਣੇ ਮੋਮ ਡੈਡ ਆਪਾਂ ਨੂੰ ਲੈਣ ਕਿਉਂ ਨਹੀਂ ਆਉਂਦੇ ਐਟਲੀਸਟ ਤੇਰੇ ਦਾਦੂ ਲੈਣ ਆਉਂਦੇ ਹੋ ਮੇਰੇ ਤੇ ਦਾਦੂ ਵੀ ਨਹੀਂ ਲੈਣ ਆਉਂਦੇ ਤੇਰੇ ਦਾਦੂ ਤੈਨੂੰ ਲੈਣ ਕਿਉਂ ਨਹੀਂ ਆਉਂਦੇ ਕਿਉਂਕਿ ਉਹ ਪੰਜਾਬ ਰਹਿੰਦੇ ਆ ਨਾ ਤਾਂ ਕਰਕੇ ਅੱਛਾ ਤੁਸੀਂ ਫਿਰ ਉਹਨਾਂ ਨੂੰ ਕੈਨੇਡਾ ਬੁਲਾ ਲਓ ਮੇਰੇ ਪਾਪਾ ਤਾਂ ਚਾਹੁੰਦੇ ਮੇਰੀ ਮੰਮੀ ਕਹਿੰਦੀ ਆ ਬੁੜਾ ਨਹੀਂ ਆਉਣਾ ਚਾਹੀਦਾ ਹੈ ਦਾਦੂ ਨੂੰ ਬੁੜਾ ਵੀ ਕਹਿੰਦੇ ਆ ਹਾਂ ਮੇਰੀ ਮੰਮਾ ਉਹਨਾਂ ਨੂੰ ਬੁੜਾ ਬੋਲਦੀ ਆ ਚੱਲ ਸਰ ਵੀ ਚੱਲੀਏ ਸਾਡੇ ਵਾਲਾ ਬੁੜਾ ਵੀ ਆ ਗਿਆ ਚੱਲ ਵੀਰੇ ਚੱਲ ਆ ਮੇਰੇ ਪੁੱਤ ਆ ਜਾ ਦਾਦੂ ਆ ਬੋਰਡ ਤੇ ਆਪਣੀ ਪੰਜਾਬੀ ਜਮਾ ਥੱਲੇ ਕੱਤ ਲਿਖੀ ਹੋਈ ਆ ਓਏ ਪੁੱਤ ਇਹ ਅੰਗਰੇਜ਼ਾਂ ਦਾ ਮੁਲਕ ਹੈ ਇੱਥੇ ਰੱਖਣ ਦੇ ਇਹਨਾਂ ਨੂੰ ਆਪਣੀ ਅੰਗਰੇਜ਼ੀ ਉੱਤੇ ਫਿਕਰ ਨਾ ਕਰ ਤੂੰ ਮੇਰੇ ਨਾਲ ਪੰਜਾਬ ਜਾਏਗਾ ਨਾ ਆਪਾਂ ਨੇ ਜਾਂਦੇ ਆਰ ਇਹਨਾਂ ਦੀ ਅੰਗਰੇਜ਼ੀ ਢਾ ਲੈਣੀ ਹੈ ਅੰਗਰੇਜ਼ੀ ਥੱਲੇ ਤੇ ਪੰਜਾਬੀ ਉੱਤੇ ਵਾਹ ਬਈ ਵਾਹ ਸ਼ਾਬਾਸ਼ ਦਾਦੂ ਇਸੇ ਗੱਲ ਤੇ ਨਾ ਇੱਕ ਬਰਗਰ ਖਵਾ ਦੋ ਪੁੱਤ ਇਹ ਕੋਈ ਖਾਣ ਵਾਲੀ ਚੀਜ਼ ਹੈ ਬਰਗਰ ਬਹੁਤ ਗੰਦੀ ਚੀਜ਼ ਹੁੰਦੀ ਹੈ ਤੂੰ ਨਾ ਘਰ ਜਾ ਕੇ ਆਪਣੀ ਮਾਂ ਦੇ ਹੱਥ ਦੀਆਂ ਪੱਕੀਆਂ ਖਾਈ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਦਿਲ ਕਰਦਾ ਕਿਸੇ ਦੀ ਐਂਟਰੀ ਕੋੜੇ ਤੇ ਹੁੰਦੀ ਹੈ ਕਿਸੇ ਦੀ ਜੀਪ ਤੇ ਹੁੰਦੀ ਹੈ ਕਿਸੇ ਦੀ ਬੰਬੂ ਗਾਰਡ ਤੇ ਹੁੰਦੀ ਹੈ ਸਾਲਾਂ ਨੇ ਮੇਰੀ ਬੇਲਣੇ ਦੀ ਕਰਤੀ ਮਰਜ਼ੀ ਹੈ ਓਏ ਹੋਏ 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 ਸਿੱਖ ਲਾ ਬਿਕਰਮ ਸਿੰਘ ਸਾਰੀ ਉਮਰ ਇਹੀ ਕੰਮ ਆਉਣਾ ਬਿਕਰਮ ਰੋਟੀ ਵਾਲੇ ਡੱਬੇ ਚ ਤਰਫ ਪਾਈ ਹੋਈ ਆ ਬਾਥਰੂਮ ਚ ਕੁਰਸੀ ਡਾਈ ਹੋਈ ਆ ਕੱਲ ਫ੍ਰਿਜ ਜਰਾਬਾਂ ਰੱਖੀਆਂ ਹੋਈਆਂ ਸੀ ਤੇ ਹੁਣ ਕੱਪੜੇ ਧੋਣ ਵਾਲੀ ਮਸ਼ੀਨ ਚ ਆ ਦਾਰੂ ਦੀ ਬੋਟਲ ਕੀ ਕਰੀ ਰੋਟੀ ਬਣ ਗਈ ਦਿਓ ਜਲਦੀ ਚੱਕ ਫੁਲਕਾ ਇਹ ਰੋਟੀ ਗੋਲ ਕਾ ਤੋਂ ਨਹੀਂ ਖਾਣੀ ਹੈ ਕਿ ਰੋੜਨੀ ਹੈ ਖਾਲਾ ਖਾਂ ਐਂ ਕਥੇ ਕਰਦੀ ਹੈ ਤੁਹਾਡੀ ਮੁੱਛ ਦਾ ਵਾਲ ਦਾਲ ਚ ਤਾੜੀਆਂ ਮਾਰਦਾ ਫਿਰਦਾ ਹੈ ਤਾਂ ਕਰਦੀ ਹੈ ਕੋਈ ਕੰਮ ਨਹੀਂ ਚੱਜ ਨਾਲ ਹੁੰਦਾ ਹੁਣ ਯਾਰ ਮੈਂ ਕਿਹੜਾ ਲਾਂਗ ਰਹੀ ਹਾਂ ਮੈਂ ਤਾਂ ਡਰਾਈਵਰੀ ਕਰਦਾ ਸੀ ਉਹ ਵੀ ਚੱਜ ਨਾਲ ਨਹੀਂ ਹੋਈ ਦਾਰੂ ਪੀ ਕੇ ਠੋਕ ਤੱਕ ਰੱਖ ਰੋਟੀ ਪੈਕ ਕਰੋ ਮੈਂ ਜਾਣਾ ਕੰਮ ਤੇ ਓ ਮਾਈ ਗੋਡ ਘਰ ਦੀ ਕਿਸ਼ਤ ਕਾਰ ਦੀ ਕਿਸ਼ਤ ਲਵੀ ਦੀ ਸਕੂਲ ਫੀਸ ਸਾਰੇ ਖਰਚੇ ਸਿਰ ਤੇ ਆਏ ਪਏ ਨੇ ਤੇ ਮੇਰੇ ਅਕਾਊਂਟ ਚ ਇੱਕ ਡਾਲਰ ਵੀ ਹੈ ਨੀ ਟੈਨਸ਼ਨ ਕਾਹਤੋਂ ਲੈਣੀ ਹੈ ਮੇਰੇ ਵਾਲ ਚ ਵੀ ਹੈ ਨੀ ਤਾਂ ਇਹ ਤਾਂ ਟੈਨਸ਼ਨ ਆ ਕਿਉਂਕਿ ਦੋਨੋਂ ਦੇ ਅਕਾਊਂਟ ਚ ਹੈ ਨੀ ਹੈ ਕਮਲੀ ਘਬਰਾ ਜਾਂਦੀ ਹੈ ਬਾਪੂ ਜੀ ਕਾਹਦੇ ਵਾਸਤੇ ਬਾਪੂ ਜੀ ਆਉਂਦੀ ਹੋਣਗੇ ਤਨਖਾਹ ਲੈ ਕੇ ਮੰਮਾ ਕਿਉਂ ਬਹੁਤ ਲੰਮੀ ਉਮਰ ਹੈ ਮੈਂ ਆ ਗਿਆ ਕਿੱਦਾਂ ਲੜ ਵਧੀਆ ਲੱਗੇ ਓ ਸਰਪੰਚ ਦਾ ਹਾਊਸ ਹਾਏ ਬਾਪੂ ਲਿਆ ਬਾਪੂ ਪੈਸੇ ਮਾਰੀਏ ਦੁਸ਼ਮਣਾਂ ਦੇ ਮੂੰਹ ਤੇ ਚੱਕ ਪੜਤਾ ਲੈ ਯਕੀਨ ਬਹੁਤ ਆ ਬਾਪੂ ਤੇਰੇ ਤੇ ਪੂਰੇ ਹੋਣਗੇ ਜੁਰਮਾਨਾ ਫਟਾਫਟ ਭਰ ਦਿਓ ਨਹੀਂ ਤਾਂ ਗੋਰੇ ਨੇ ਕੇਸ ਕਰ ਦੇਣਾ ਤੁਹਾਡੇ ਤੇ ਪਹਿਲਾਂ ਟਰੱਕ ਹੋ ਕੇ ਤੁਸੀਂ ਘਰੇ ਬਹਿ ਗਏ ਹੁਣ ਬਾਪੂ ਜੀ ਬਹਿ ਗਏ ਵੈਰੀ ਗੁੱਡ ਮਾਮਾ ਕਿੰਨਾ ਵਧੀਆ ਲੱਗੂਗਾ ਨਾ ਪਾਪਾ ਰੋਟੀਆਂ ਬਣਾਇਆ ਕਰਨਗੇ ਤੇ ਦਾਦੂ ਤੜਕਾ ਲਾਇਆ ਕਰਨਗੇ ਤੇ ਮੈਂ ਗੰਡੇ ਚੀਰਿਆ ਕਰੂੰਗਾ ਤੈਨੂੰ ਨੂੰ ਕੰਮ ਤੇ ਜਾਇਆ ਕਰੂਗੀ ਆ ਲਵ ਯੂ ਕੀ ਪਤਾ ਅਲੀਜ਼ਾ ਵੇਅਰ ਆਰ ਯੂ ਮੰਮਾ ਆਪਾਂ ਸੰਡੇ ਡਾਊਨ ਟਾਊਨ ਚੱਲਾਂਗੇ ਹਾਂ ਸੈਟਰਡੇ ਡਿਸਕਸ ਕਰਾਂਗੇ ਓਕੇ ਮੈਂ ਲੇਟ ਹੋ ਰਹੀ ਮੰਮਾ ਮੰਮਾ ਲਿਸਨ 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 ਨਹੀਂ ਘਰ ਚ ਪੰਜਾਬੀ ਬੋਲਿਆ ਕਰੋ ਪੁੱਤ ਲਵੀ ਇੱਥੇ ਜੰਮੇ ਉਹਨੇ ਇੱਥੇ ਹੀ ਰਹਿਣਾ ਇਹਨੂੰ ਪੰਜਾਬੀ ਨੇ ਇੰਗਲਿਸ਼ ਬੋਲਣ ਦੋ ਲਵੀ ਟਾਕ ਇਨ ਇੰਗਲਿਸ਼ ਹੋ ਹਾਂ
Now you are dinner time, okay. So let's go. Okay. She's coming. Good evening, Mrs. Jasveer. Hello. How are you? Fine. It's dinner time. Thank you. There you go. Do you know where you are? Hanji. Old age home. Kal Sunday si tanu kaun kaun milan aaya? Je milan aana hunda ta gharon kadna kaato si thi. Keho je putt ne na jehde ohde maa baap nu gharon kad dende aa. Par eh vi puttan da zyada kardi aa. Jittiyan kol rehna ta old age home chaun di lod hi na pave, hai na? जे तिया सस सहुरे नू अपने मां बाप समझन लग पैण तां ओल्ड एज होम खुलण ही ना। मैनू पुत ने नी नू ने कढ़िया। गुड नाइट, एंजॉय योर फूड। हां जी, हां चलिए। हां ਡੱਬੀਆਂ ਇਕੱਠਿਆਂ ਨੇ ਤੇ ਕੱਢੀ ਕੱਲਾ ਕੱਲਾ ਜਾਂਦਾ ਮਾਮਾ ਸਵਾਦ ਆ ਗਿਆ ਬਾਈ ਗੋਡ ਓ ਗੱਲ ਸੁਣ ਮੈਂ ਤੇਰਾ ਮਾਮਾ ਕਿਵੇਂ ਹੋਇਆ ਤੂੰ ਤੇ ਸੀਰੀਅਸ ਹੀ ਹੋ ਗਿਆ ਗੱਲ ਪਤਾ ਕੀ ਆ ਰਿਸ਼ਤਿਆਂ ਤੋਂ ਬਹੁਤ ਦੂਰ ਬੈਠੇ ਆ ਮਾਮਾ ਤੈਨੂੰ ਮਾਮਾ ਕਹਿ ਕੇ ਜਿਹੜਾ ਮਨ ਖੁਸ਼ ਹੋ ਜਾਂਦਾ ਹੋਰ ਕੀ ਆ ਰਿਸ਼ਤੇ ਨੂੰ ਤਾਂ ਮੈਂ ਵੀ ਤਰਸਿਆ ਪਿਆ ਸੱਚ ਜਾਣੀ ਜਦੋਂ ਤੂੰ ਮੈਨੂੰ ਮਾਮਾ ਕਹਿ ਕੇ ਬੁਲਾਉਣਾ ਨਾ ਇੱਥੋਂ ਠਰ ਜਾਂਦਾ ਸੱਚੀ ਪੰਜਾਬ ਜਾਣ ਨੂੰ ਤਰਸਿਆ ਪਿਆ ਲੈ ਯਾਰ ਇੱਕਦਮ ਮੈਨੂੰ ਸਾਰਾ ਪੰਜਾਬੀਆਂ ਦੀ ਆਹ ਗੱਲ ਹੀ ਨੀ ਸਮਝ ਆਈ ਹੁਣ ਤਾਈ ਜਿਹੜੇ ਤਾਂ ਕੈਨੇਡਾ ਬੈਠੇ ਆ ਉਹ ਪੰਜਾਬ ਜਾਣ ਨੂੰ ਤਰਸੇ ਹੋਏ ਆ ਜਿਹੜੇ ਇੰਡੀਆ ਬੈਠੇ ਆ ਉਹ ਕੈਨੇਡਾ ਆਉਣ ਨੂੰ ਮਰਦੇ ਆ ਮੈਂ ਤਾਂ ਕਹਿੰਦਾ ਵੈਸੇ ਪੰਜਾਬੀਆਂ ਵਾਸਤੇ ਨਾ ਇੱਕ ਬਹੁਤ ਲੰਮੀ ਪੀਂਘ ਹੋਣੀ ਚਾਹੀਦੀ ਹੈ ਝੂਠੇ ਮਾਟੇ ਵਾਲੀ ਝੂਠੇ ਇੰਡੀਆ ਮਾਟੇ ਕੈਨੇਡਾ ਝੂਠੇ ਇੰਡੀਆ ਮਾਟੇ ਕੈਨੇਡਾ ਝੂਠੇ ਮਾਟੇ ਮੈਂ ਤਾਂ ਪੀਂਘੀ ਦਾ ਰਸਨਾ ਉੜਾ ਲਈ ਓਏ ਤੇਰੇ ਸਹੁਰਿਆਂ ਕਿਹੜੀ ਪ੍ਰਿੰਡ ਲੜ ਗਈ ਹੁਣ ਲੜੇ ਨਾ ਅਲੀਜਾ ਬਤਰਾਣੀ ਜਾਣ ਵੇਲੇ 18 ਕਿਸ਼ਤਾਂ ਕਰਾ ਗਈ ਅਗੇ ਭਰ ਦਿਓ ਹੁਣ ਸਮਝ ਨਹੀਂ ਆਉਂਦੀ ਵੀ ਕਿਸ਼ਤ ਭਰਨ ਨੂੰ ਪੈਸੇ ਕਿਤੋਂਗੇ ਕਿਸ਼ਤਾਂ ਭਰੀਆਂ ਜਾਣਗੀਆਂ ਤੁਹਾਡੀਆਂ ਕਿਸ਼ਤਾਂ ਉਹ ਭਰੂ ਉੱਪਰ ਵਾਲਾ ਨਾ ਥੱਲੇ ਵਾਲਾ ਓ ਮਾਮਾ ਆ ਕਾਰਪੇਟ ਤੋਂ ਥੱਲੇ ਵੀ ਕੁਛ ਹੁੰਦਾ ਉਹ ਵੀ ਦੇਖ ਲੋ ਕਾਰਪੇਟ ਤੋਂ ਥੱਲੇ ਹੈਗੀ ਬੇਸਮੈਂਟ ਬੇਸਮੈਂਟ ਚ ਤੁਸੀਂ ਰੱਖਿਆ ਕਿਰਾਏਦਾਰ ਉਹਨੇ ਸਾਲੇ ਨੇ 3 ਮਹੀਨੇ ਤੋਂ ਤੁਹਾਡਾ ਕਿਰਾਇਆ ਨਹੀਂ ਦਿੱਤਾ ਉਹਦੀ ਜਾ ਕੇ ਸੰਗੀ ਫੜੋ ਉਹ ਤਾਂ ਸਾਲਾ 2 ਕਿਸ਼ਤਾਂ ਪੈਸੇ ਬਣੂ ਤੁਹਾਡੀ ਹੈ ਬਾਕੀ ਬਾਈ ਆਪੋ ਆਪਣੇ ਦਮ ਦੀ ਗੱਲ ਹੁੰਦੀ ਹੈ ਹੁਣ ਜੇ ਮੈਂ ਤੁਹਾਡੀ ਥਾਂ ਤੇ ਹੋਵਾਂ ਮੈਂ ਤੇ ਐਸਾ ਜਾ ਕੇ ਸੰਗੀ ਦੇ ਵਿੱਚ ਅੰਗੂਠਾ ਦਿਮਾਗ ਲੈਦੇ ਉਹ ਤੁਹਾਨੂੰ ਮੇਰਾ ਪਤਾ ਹੀ ਨਹੀਂ ਹੈ ਜੇ ਮੈਂ ਤੇ ਇਹੋ ਜਿਹੇ ਬੰਦਿਆਂ ਤੋਂ ਕਿਰਾਇਆ ਲੈ ਜਾਣਾ ਜਿਹੜੇ ਸਾਲੇ ਬਾਅਦ ਚ ਸੋਚਦੇ ਹੈ ਅਸੀਂ ਤਾਂ ਇਹਦੀ ਕਿਰਾਏਦਾਰੀ ਹੈ ਨੀ ਸਾਤੋ ਕਰ ਨੀ ਲੈ ਗਿਆ ਹੁਣ ਤੁਹਾਡੇ ਅੱਲੇ ਪੱਲੇ ਹੈ ਨੀ ਕੁਛ ਤਾਂ ਭਾਈ ਅਸੀਂ ਕੀ ਕਰ ਸਕਦੇ ਅੱਲੇ ਪੱਲੇ ਕਿਉਂ ਨੀ ਅੱਜ ਵੈਰੀਆਂ ਦੇ ਸਿਰ ਤੇ ਨੱਚਣਾ ਆ ਗਿਆ ਕੀ ਆ ਇਹ ਉਹ ਮਾਮਾ ਵੈਰੀ ਦੇ ਸਿਰ ਤੇ ਨੱਚ ਰਹੇ ਆ ਵੈਰੀ ਕੌਣ ਹੈ ਕਿਰਾਏਦਾਰ ਰਹਿੰਦਾ ਕਿੱਥੇ ਹੈ ਬੇਸਮੈਂਟ ਚ ਸਾਲਾ ਫੇਰ ਜੇ ਥੱਲੇ ਹੋ ਰਹਿੰਦਾ ਤਾਂ ਉਹਦੇ ਸਿਰ ਤੇ ਨੱਚਦੇ ਹੋ ਜਾ ਵੀ ਸ਼ੁਰੂ ਭੰਡ ਬਣਨਾ ਬੰਦ ਕਰੋ ਜੋਲੇ ਬਣੋ ਘੱਟੋ ਘੱਟ ਚੜੇਲੀ ਚਿੰਬੜੂ ਬਾਈ ਜਿਹੜੀਆਂ ਵਿਆਹੀ ਫਿਰਦੇ ਇਹਨਾਂ ਨੂੰ ਖਤਰਨਾਕ ਤਾਂ ਉਹ ਸ਼ੇਰ ਨੂੰ ਸ਼ੇਰ ਚੱਲ ਪੁੱਛ ਚੱਲ ਨਹੀਂ ਕੁਛ ਨਹੀਂ ਹੋਇਆ ਡਰਾ ਨਾ ਯਾਰ ਤੇਰਾ ਤਾਂ ਲਾਇਆ ਦਿਲ ਥੋੜਾ ਮੈਨੂੰ ਵੀ ਡਰਾਈ ਜਾਂਦਾ
ਹੌਸਲਾ ਰੱਖੋ ਯਾਰ। ਮੈਂ ਰੱਖਿਆ ਹੋਇਆ ਤੂੰ ਰੱਖਿਆ ਬੀਬੀ ਕੁਛ ਨੀ ਹੈਗਾ ਯਾਰ। ਕੀ ਹੁੰਦਾ ਬੀਬੀ ਤੂੰ ਐ ਕਰੋ ਤੁਸੀਂ ਸਾਹਮੋ ਮੈਂ ਬੈਠਣ ਦਾ ਰਿਸਕ ਲੈਣਾ। ਮਾਹੌਲ ਕਿਆ ਬਣਾਇਆ ਹੋਇਆ ਇੱਥੇ ਯਾਰ ਹੈਂ ਮਾਮਾ ਮੈਂ ਸਹੀ ਕਹਿੰਦਾ ਸੀ ਮਾਮਾ ਕਿਰਾਇਆ ਕਢਾਉਣਾ ਹੈ ਸਵੇਰੇ ਸਾਡੇ ਚ ਲੋਕੀ ਭੂਤ ਨਾ ਕਢਾਉਂਦੇ ਫਿਰਨ ਕਿਤੇ ਕੋਈ ਭੂਤ ਤਾਂ ਨਹੀਂ ਹੁੰਦੇ ਕਿਰਾਏਦਾਰ ਛੋਟੇ ਵੀਰ ਹੈਲੋ ਕੀ ਹੋ ਗਿਆ ਯਾਰ ਇਹੋ ਜਿਹਾ ਕੀ ਦੇਖ ਲਿਆ ਤੁਸੀਂ ਦੱਸੋ ਮੈਨੂੰ ਓਏ ਉੱਲੂ ਤੇ ਪੱਠਿਆ ਕੀ ਕਰਦਾ ਪਿਆ ਮੈਂ ਤਾਂ ਸੁੱਤਾ ਪਿਆ ਸੀ ਤੁਸੀਂ ਕੀ ਕਰੀ ਜਾਂਦੇ ਹੋ ਨਾਲੇ ਮੇਰੇ ਪ੍ਰਾਈਵੇਟ ਬੈਡਰੂਮ ਚ ਤੁਸੀਂ ਕੀ ਕਰਦੇ ਹੋ ਸਾਰਾ ਬੈਡਰੂਮ ਹੈ ਤੇਰਾ ਹੈ ਸਾਰਾ ਬੈਠਦੇ ਹੁੰਦੇ ਆ ਅਲਮਾਰੀ ਨਾਲ ਸਿਰ ਲਾ ਕੇ ਸੁੱਤਾ ਪਿਆ ਜੋ ਵੀ ਹੈ ਮੇਰਾ ਬੈਡਰੂਮ ਹੈ ਬੰਦੇ ਦੀ ਕਿ ਓਪਨ ਪ੍ਰਾਈਵੇਸੀ ਹੁੰਦੀ ਹੈ ਤੁਸੀਂ ਇਹ ਦੱਸੋ ਵੀ ਅੱਧੀ ਰਾਤ ਨੂੰ ਮੇਰੇ ਘਰ ਕਿਵੇਂ ਆਉਣਾ ਹੋਇਆ ਓਏ ਹੈਲੋ ਤੇਰਾ ਕਾਹ ਘਰ ਸਾਡਾ ਘਰ ਹੈ ਅੱਛਾ ਤੁਹਾਡਾ ਘਰ ਇਹ ਲੈ ਮੈਨੂੰ ਕਦੇ ਫੀਲ ਹੀ ਨਹੀਂ ਹੋਇਆ ਮੈਨੂੰ ਤਾਂ ਆਪਣਾ ਆਪਣਾ ਜਿਹਾ ਲੱਗਦਾ ਆਈ ਲਵ ਦਿਸ ਹਾਊਸ ਤਿੰਨ ਮਹੀਨੇ ਦਾ ਕਿਰਾਇਆ ਨਹੀਂ ਦਿੱਤਾ ਆਪਣਾ ਆਪਣਾ ਤਾਂ ਲੱਗਣਾ ਹੀ ਹੈ ਤੈਨੂੰ ਅੱਛਾ ਕਿਰਾਇਆ ਲੈਣ ਆਏ ਹੋ ਦੱਸੋ ਕਾਹਦਾ ਚਾਹੀਦਾ ਜਹਾਜ਼ ਦਾ ਟ੍ਰੇਨ ਦਾ ਬੱਸ ਦਾ ਟਰੱਕ ਦਾ ਟੈਕਸੀ ਦਾ ਜਾਂ ਫਿਰ ਸ਼ਿਪ ਦਾ ਓਏ ਘਰ ਦਾ ਕਿਰਾਇਆ ਚਾਹੀਦਾ ਅੱਛਾ ਘਰ ਦਾ ਕਿਰਾਇਆ ਚਾਹੀਦਾ ਕੀ ਚਾਹੀਦਾ ਕੈਸ਼ ਲਾਓਗੇ ਚੈੱਕ ਲਾਓਗੇ ਪਾਉਂਡ ਲਾਓਗੇ ਜਾਂ ਫਿਰ ਯੂਰੋ ਲਾਓਗੇ ਤੇ ਜਾਂ ਫਿਰ ਸ਼ਰਫੀਆਂ ਉੱਤਰ ਮੈਂ ਗੋਲੀ ਮਾਰ ਦੂੰ ਉੱਤਰ ਮੈਂ ਸੱਚੀ ਕਿਹੜੀ ਗੋਲੀ ਡਿਸਪ੍ਰੇਨ ਦੀ ਐਲਪ੍ਰੈਕਸ ਦੀ ਜਾਂ ਫਿਰ ਲੋਕਲ ਐਡਵਿਲ ਦੀ ਜਾਂ ਫਿਰ ਅੱਖੀਆਂ ਦੀ ਗੋਲੀ ਸਰਦਾਰਾ ਸਭ ਗੰਦੀਆਂ ਗੱਲਾਂ ਕਰਦਾ ਹੈ ਮਾਮਾ ਖੁੰਡਾ ਹੱਥ ਬੜਿਆ ਮਾਰਦਾ ਨਹੀਂ ਜਦੋਂ ਸਿਰ ਚ ਮੈਨੂੰ ਬੜਾ ਮੈਸੇਜ ਮਾਰਾ ਇਹਦੇ ਮੈਨੂੰ ਬੜਾ ਮਾਮਾ ਮਾਰੀ ਨਾ ਮੈਂ ਉਹਨੇ ਟ੍ਰਾਂਸਫਰ ਕਰਦਾ ਇੱਕ ਮਿੰਟ ਹਲੋ ਲੱਗਾ ਕਿ ਨਹੀਂ ਇਹਦਾ ਪਿਓ ਦੇਖ ਲਓ ਜੀ ਤਿੰਨ ਬੰਦੇ ਆ ਕੇ ਮੈਨੂੰ ਕੁੱਟ ਦਿਆ ਦੇਖ ਲਓ ਮੈਨੂੰ ਕਹਿੰਦੇ ਹੁਣ ਇੱਕ ਰਾਤ ਦੇਣੀ ਮੇਰਾ ਨਹੀਂ ਖੁੰਡਾ ਮੇਰਾ ਤਾਂ ਦੋਸਤ ਹੈ ਭਰਾ ਹੈ ਮੇਰਾ ਛੋਟਾ ਵੀਰ ਆ ਮੇਰਾ ਬੱਚਾ ਬੜਾ ਪਿਆਰਾ ਬੱਚਾ ਹੋਰ ਸਰ ਸਭ ਠੀਕ ਹੈ ਇੰਡੀਆ ਗੱਲ ਹੁੰਦੀ ਰਹਿੰਦੀ ਹੈ ਬਣ ਗਈ ਤੁਹਾਨੂੰ ਕੀ ਲੱਗਦਾ ਫੋਨ ਦੇ ਵਿੱਚ ਕੱਲੀ ਵੀਡੀਓ ਬਣਦੀ ਹੈ ਨਾ ਨਾਈਨ ਵਨ ਹੋਈ ਹੈ ਮੇਰਾ ਨਾੜੀ ਲੈਣਾ ਮੈਂ ਤੇ ਕੁਝ ਵੀ ਨਹੀਂ ਹੈਲੋ ਦੇਖਣਾ ਸੀ ਜੀ ਛੇਤੀ ਆਓ ਛੇਤੀ ਯਾਰ 156 ਨੰਬਰ 99 ਵੀ ਤਾਂ ਰਹਿੰਦੇ ਯਾਰ ਕੁਝ ਕਰ ਡਰਦੇ ਜਾਂਦਾ ਪਿੰਡ ਵਾਲੇ ਨੇ ਰੁਪਈਏ ਇਕੱਠੇ ਕਰਕੇ ਸਾਨੂੰ ਇੱਕ ਪੂਲਿਆਂ ਦੀ ਪੱਕੀ ਝੋਪੜੀ ਪਾ ਕੇ ਦਿੱਤੀ ਹੈ ਮੈਂ ਤਾਂ ਬਹੁਤ ਗਰੀਬ ਘਰਵਾ ਜੀ ਸੱਤ ਭੈਣ ਵਾਲੀ ਜੀ ਮੇਰੇ ਵਿਆਹਣ ਵਾਲੀ ਆ ਮਾਂ ਦੇ ਮੇਰੇ ਪਿੱਤੇ ਚ ਪਾਸ ਰਹੀ ਹੈ ਬਾਪੂ ਮੇਰਾ ਮਜੇਤੇ ਪਿਆ ਤੇ ਭਰਾ ਮੇਰਾ ਭਾਜੀ ਪਿੰਡ ਪਿੰਡ ਜਾ ਕੇ ਪੁੱਲੀਆਂ ਵੇਚਦਾ ਤੇ ਉਹ ਦਾਦੇ ਦੇ ਨੂੰ ਕੋੜ ਪਿਆ ਦਾਦੀ ਇਹਦੀ ਹੈ ਜੇ ਨਾ ਮਰੀ ਇਹਨਾਂ ਦੇ ਪਿੰਡ ਦਾ ਨਾਂ ਹੀ ਮਰੀਜ਼ਪੁਰ ਹੈ ਦੇਖ ਲੋ ਭਾਜੀ ਹਜੇ ਵੀ ਰਹਿਣਦੇ ਤਿੰਨੇ ਜਾਣੇ ਮੇਰੇ ਕੋਲ ਆ ਕੇ ਕਹਿੰਦੇ ਸਾਡੇ ਨਾਲ ਬਹਿ ਕੇ ਦਾਰੂ ਪੀ ਹੁਣ ਤੁਸੀਂ ਦੱਸੋ ਭਾਜੀ ਮੇਰੇ ਹਾਲਾਤ ਦਾਰੂ ਪੀਣ ਵਾਲੇ ਹੈਗੇ ਉਹ ਵੀਰ ਨੇ ਨਾ ਬਾਈ ਮੇਰੀ ਬਾਹ ਮਚੋੜ ਲਈ ਭਾਜੀ ਤਿੰਨਾਂ ਦਿਨਾਂ ਆਏ ਕੁੱਟੇ ਬਾਈ ਜੀ ਵੀ ਨੇ ਆਏ ਕੁੱਟਿਆ ਬਾਈ ਜੀ ਵੀ ਨੇ ਬਾਈ ਤਾਲੀ ਤਾਂ ਮਾਰ ਦੋ ਯਾਰ ਕਿਆ ਬਾਤ ਹੈ ਯਾਰ ਆ ਬਾਪੂ ਜੀ ਨੇ ਨਾ ਆ ਬਾਪੂ ਜੀ ਨੇ ਮੇਰੇ ਢਿੱਡ ਚ ਲੱਤਾਂ ਮਾਰੀਆਂ ਬਾਈ ਇਹਨੇ ਤਾਂ ਪਹਿਲੀ ਬਾਈ ਹਰਨੀਆਂ ਦਾ ਆਪਰੇਸ਼ਨ ਹੋਇਆ ਜੇ ਨਹੀਂ ਯਕੀਨ ਆਉਂਦਾ ਪੁੱਛ ਲੋ ਕੁੱਟੇ ਨਾ ਵੀਰੇ ਤੁਸੀਂ ਮੈਨੂੰ ਆ ਦੇਖੋ ਆਏ ਨੀ ਬੇਬੇ ਤੇਰਾ ਪੁੱਤ ਕੱਲਾ ਕੈਨੇਡਾ ਚ ਗਿਰ ਗਿਆ ਨੀ ਹਾਏ ਹਾਏ ਜੇ ਮੇਰਾ ਭਰਾ ਹੁੰਦਾ ਨਾ ਕੱਲੇ ਕੱਲੇ ਨੂੰ ਭਜਾ ਕੇ ਕੁੱਟਣਾ ਸੀ ਕੋਈ ਗੱਲ ਨੀ ਛੋਟੇ ਵੀ ਤੂੰ ਮੈਨੂੰ ਆਪਣਾ ਭਰਾ ਹੀ ਸਮਝਦਾ ਫਿਰ ਦੇਖਦੇ ਕਿਉਂ ਭਾਜੀ ਢਾਲੋ ਨਾ ਬੱਕਰੇ ਵਾਂਗੂ ਸਾਰਿਆਂ ਨੂੰ ਓ ਮਾਮਾ ਇਹੋ ਜਿਹੇ ਮੂੰਹ ਵਾਲਾ ਘਰੇ ਕੋਈ ਡੰਗਰ ਨਹੀਂ ਰੱਖਦਾ ਤੂੰ ਕਿਰਾਏਦਾਰ ਰੱਖਿਆ ਦੇਖ ਲੋ ਭਾਜੀ ਤੈਨੂੰ ਡੰਗਰ ਕਹਿ ਰਿਹਾ ਜੀ ਇਹ ਓਏ ਮੈਂ ਚਪੇੜ ਮਾਰੀ ਤੇਰੇ ਮੂੰਹ ਤੇ ਉਹਨਾਂ ਨੂੰ ਕਦੋਂ ਕਿਹਾ ਤੈਨੂੰ ਕਹਿ ਰਹੇ ਡੰਗਰ ਫਿਰ ਵੀਰ ਨੇ ਕਿਹਾ ਕਿ ਮੈਂ ਤੇਰਾ ਭਰਾ ਹੁਣ ਅਸੀਂ ਇੱਕ ਫੈਮਿਲੀ ਚ ਅਜੇ ਮੈਂ ਡੰਗਰ ਹੋਇਆ ਵੀ ਤਾਂ ਡੰਗਰੀ ਹੋਏ ਨਾ ਐਕਟਿੰਗ ਸਾਲਾ ਕਿਹੋ ਜੀ ਕਰਦਾ ਮਦਾਰੀ ਆਹ ਦੇਖ ਲੋ ਭਾਜੀ ਅਜੇ ਵੀ ਇਹਨਾਂ ਦੇ ਕੰਨ ਭਰੀ ਜਾਂਦਾ ਇਹ ਬੰਦਾ ਬਹੁਤ ਖਰਾਬ ਆ ਭਾਜੀ ਇਹਨੂੰ ਸਖਤ ਤੋਂ ਸਖਤ ਸਜ਼ਾ ਦਿਓ ਬਸ ਭਾਜੀ ਇਹਨੂੰ ਤਿੰਨ ਚਾਰ ਵਾਰੀ ਫਾਂਸੀ ਦੇ ਦਿਓ ਭਾਜੀ ਬਸ ਫਿਕਰ ਨਾ ਕਰ ਅਸੀਂ ਤੇਰੇ ਨਾਲ ਆ ਥੈਂਕ ਯੂ ਵੀਰੇ ਗੱਲ ਸੁਣ ਲਓ ਇਹ ਕੰਨ ਖੋਲ ਕੇ ਤੁਸੀਂ ਇਹਦੇ ਮੱਥੇ ਨਹੀਂ ਲੱਗਣਾ ਇਹ ਸਾਡਾ ਕਿਰਾਏਦਾਰ ਹੈ ਅਸੀਂ ਆਪਦੇ ਘਰੇ ਬੁਰਕੇ ਬਹਿ ਕੇ ਫਰੀ ਜਾਈਏ ਆਈ ਮੀਨ 10-10 ਫੁੱਟ ਦੂਰ ਰਹਿਣਾ ਭਾਜੀ ਉਹ ਦੇਖੋ ਜੀ ਇਹਨਾਂ ਨੇ ਹੋਰ ਬਦਮਾਸ਼ ਬੁਲਾਣੇ ਜੀ ਮਨ ਬਹੁਤ ਉਦਾਸ ਆ ਬਾਪੂ ਮੈਂ ਤਾਂ ਕਦੇ ਥਾਣੇਦਾਰ ਨੂੰ ਪਿੰਡ ਚ ਨਹੀਂ ਸੀ ਵੜਨ ਦਿੱਤਾ ਇੱਥੇ ਸਾਰੀ ਪੁਲਿਸ ਡਗੜ ਡਗੜ ਕਰਦੀ ਅੰਦਰ ਆ ਬੜੀ ਛੱਡ ਬਾਪੂ ਉਰਜੀ ਦੱਸ ਕਿੰਨੇ ਆਂਡਿਆਂ ਦੀ ਖਾਣੀ ਉਰਜੀ ਕਿੱਥੇ ਲੰਘਦੀ ਆ ਹੁਣ ਐ ਕਰ ਮੀਟ ਹੀ ਧਰ ਲਾ ਨਹੀਂ ਨਹੀਂ
मीट का तू बारबेक्यू कर लो पार्टी कर लो हाँ। गोंडिया नु भी तो पता चले कि जिंदपुरे वालों के घरे आज पुलिस आई सी डैडी जिंदपुरे वाले कौन ने आपा ही कले जिंदपुरे बारे का तो पूरे पंजाब बारे दसो पता लवी हाँ उथे ना कदे भी कोई भी रात नु शराब पी के ललकारे मार सकता है ते जे कोई किसी नु कुट्टे मारे ते उनु पुलिस फड़ के ले जावे ता सिफारिश लवा के उनु छड़ा सकदे आ ए है पंजाब सच्ची मम्मा हाँ ता तू गोरिया साडी क्लास दा एक मुंडा है गोरिया दा मैनू तंग बहुत करता है उनु ना किस दिन पंजाब ले जाके मुद्दा पा के तिन्ने जने बड़ा गल जे मैनू पुलिस चक्के लगी इन्नी तो चलदी है थोड़ी छड़ा लोगे जट नु खबरदार जे अज तो बाद इस घर जट बना खिला रहा था ते तू तू जाके कुर्ता चादर चेंज कर खोल इन्हें मम्मी खोल नहीं सकता क्यों कच्चा नहीं पाया हुआ कच्चा ओ माय गॉड और कुछ रह गया वो भी सिखा दो इन इन्नी गुड़ी पंजाबी तो पुच्चो मंडी वाले नहीं बोलते जिन्ना कैनेडा का बोन बोलता है चल दो भद ला लांगे ओ बाबा तेरी सौ लगे तू खड़ी खलोती भसम हो जिवें जी अज तो बाद मैं दारू पीया ते थोड़े वर्गे शराबी ना आ शराब ना पूजिया ते घर वाली दी झूठी सौ खान लगे मिंट नहीं लाउंदे खबरदार जे अज तो बाद शराब पीती है ता एवें गुस्सा करी जानी है अज तो बाद ते वैसे नहीं पीती जानी क्यों पापा जी आ रहे है फिके चौल ही खवा दी पापा जी पुंजे बिठा दी बहुत मेहरबानी ले दस मैं फिके चौल क्यों खवाऊंगी क्योंकि पापा जी थोड़े में मेरे आ रहे हैं थोड़ा बुढ़ा रहे हैं वाह थोड़ी अख अख ते साडी अख डेला थोड़ा बापू पापा जी ते साडा बापू बुढ़ा है मेरे नाल ना तो उच्ची आवाज गल करन दी लोड़ नहीं मैं कदों कीती है इदां भी करन दी लोड़ नहीं मेरे सत बैंड करके तुसी इत्थे बैठे हो हेलो 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 ओ मेरी सुन गल आ तेरे बैंड नहीं पीपनी वजाई पई है मेरी ए सत बैंड नहीं सप बैंड लगदे आ मैनू जेड़े रोज मेरे सीने ते लड़दे आ किसे दे व्याह ते जावां ना मेरा बैंड वाले कुट्टन नू जी करदा उत्थे मैं तैनू दसदा बस पापा जी आ रहे है तां आ रहे है आउणगे गाड़ मैं तो समझ नहीं आती पहला मेरे पिछे लग के तुम इतने आ गए फिर थोड़ा भरा आ गया हूं थोड़ा बुढ़ा आ रहा शुक्र है रब्बा शुक्र है जहाज के पिछे हुक नहीं लगी नहीं तो थोड़ा सारा टब्बर ट्रालियां भर भर के इतने आ गए पापा जी शौक नू आ रहे कि छोटे भरा का विआह तां आ रहे हैं नाले भरा केड़ा मेरे को रहिंदा है भाजी दे हुंदे आ पीजी च रहिंदा बेचारा करे करेले सड़ जाण उल्ली लग जाए मेरे भरा नू कदे करेला नहीं दित्ता ते वड्डी भाभी दे हुंदे आ परौठिया नू तरस गया भरा मेरा मेरे नाल ना खेखण ते करन दी लोड़ नहीं जिदे करके आ रहे ना उत्थे रहण जे इत्थे आ गए ना थोड़ा ते उहनां दा दोनों दा समान चक के बाहर मारू मेरे नाल ना खेखण ते करन दी लोड़ नहीं जिदे करके आ रहे ना उत्थे रहण जे इत्थे आ गए ना थोड़ा ते उहनां दा दोनों दा समान चक के बाहर मारू बापू आगे नहीं मानसा दी कैंची अंते खड़ा है तीन घंटे एयरपोर्ट ते उड़ी क्या तेनु लैंड क्यों नहीं आया तू मैंने बापू फोन क्यों नहीं किया कहंदी डंगर एरिए तो बाहर है डंगर एरिए तो नहीं कवरेज एरिए तो बाहर है हुन डीटियां घेरी खड़े मेनू 40-50 लैके जान छड़ेगा कि चाह पानी भी पुछेगा ओ आ गई नूं साडी चुल्हे वांगू तपी हुई ओ पियांदी है तुहानू ग्रीन टी बीबा तेनू सत श्रीकाल बुलानी नहीं सिखाई किसी ने सत श्रीकाल सत श्रीकाल बुलाई दी हुंदी है गिट्टियां च नहीं मारी दी हुंदी वाह क्या संस्कार देते हैं ओए होए होए हां मेरा बेटा कलेजे लग के मेरा कलेजा ठारत तेरा खबरदार जे मेरी बच्ची नु हाथ लाया की कर रही है तू निशा छड्डो इनू निशा मैं कहा ना मेरी बच्ची नु हाथ लाउन दी लोड़ नहीं कोई गल नहीं मैं सौं खांदा पर तू भी सौं खाई मैं तेरी बच्ची नु हाथ नहीं लावांगा तू मेरे पुत्र नु हाथ ना लाई थोड़ा पुत्र विआह तो पहला सी हुण की ये फुफड़ बन गया है मैं कह देता है मैं तेरी बच्ची नु हाथ नहीं लावांगा पर मैं अपने पुत्र नु तो हाथ ला सकदा है आ मेरा पुत्र मेरे कलेजे लग के कलेजे च ठंड पा दे ओ आजा जीन जोखे आजा
ਕੈਨੇਡਾ ਸੱਦਿਆ ਸੀ ਤੁਸੀਂ ਮੇਰੇ ਘਰ ਵਾਲੇ ਦੇ ਹੱਥ ਚੱਕਿਆ ਨਾ ਹੁਣ ਦੇਖੋ ਤੁਸੀਂ ਹੈਲੋ ਆਫਿਸਰ ਲੈ ਪੁਲਿਸ ਵੀ ਆ ਗਈ ਉੱਥੇ ਬੰਦਾ ਮਾਰੇ ਤੋਂ ਪੁਲਿਸ ਨਹੀਂ ਆਉਂਦੀ ਇੱਥੇ ਚਪੇੜ ਮਾਰੇ ਤੋਂ ਹੀ ਪੁਲਿਸ ਆ ਗਈ ਉਹ ਬਾਪੂ ਕਹਿ ਦੇ ਸੋਰੀ ਯਾਰ ਉਹ ਬਾਪਾ ਮਾਫ ਕਰ ਤੇ ਛੋਟੇ ਹੁੰਦੇ ਮੈਨੂੰ ਭਾਂਦਾ ਰਿਹਾ ਮੈਨੂੰ ਉਦੋਂ ਕਿੱਥੇ ਸੀ ਤੂੰ ਦੇਖੀ ਜਾਓ ਤੂੰ ਨਹੀਂ ਭਾਂਦਾ ਕੀ ਹੈ ਉਹ ਹਾਂ ਵੀ ਦੱਸੋ ਕੀ ਰੌਲਾ ਹੈ ਕਿਹਨੇ ਕਿਹਦੇ ਕਿੱਥੇ ਮਾਰਿਆ ਆਫਿਸਰ ਇਹਨਾਂ ਨੇ ਮੇਰੇ ਹਸਬੈਂਡ ਦੇ ਕੰਮ ਤੇ ਮਾਰਿਆ ਅਰੈਸਟ ਹਿਮ ਨਾ ਨਾ ਧੀਏ ਝੂਠ ਨਾ ਬੋਲ ਕੰਨ ਤੇ ਨਹੀਂ ਮਾਰਿਆ ਕੰਨ ਤੋਂ ਦੋ ਉਂਗਲ ਥੱਲੇ ਮਾਰਿਆ ਸੀਗਾ ਚੱਲ ਬਾਬਾ ਥਾਣੇਦਾਰ ਸਾਹਿਬ ਮੈਂ ਚੱਲ ਤਾਂ ਪੈਂਦਾ ਹੈ ਥਾਣੇ ਪਰ ਮੈਂ ਸ਼ੀਸ਼ੇ ਵਾਲੇ ਪਾਸੇ ਬੈਠੂਗਾ ਦੇਖੋ ਥਾਣੇਦਾਰ ਸਾਹਿਬ ਮੈਂ ਹਾਂ ਡਰਾਈਵਰ ਜਿਹਾ ਬੰਦਾ ਮੈਨੂੰ ਚਮਕੀਲੇ ਦੇ ਗਾਣੇ ਬੜੇ ਚੰਗੇ ਲੱਗਦੇ ਆ ਤੁਹਾਡੇ ਕੋਲ ਹੈ ਕੋਈ ਚਮਕੀਲੇ ਦੀ ਧਾਰਮਿਕ ਕੈਸੇਟ ਉਹ ਤੈਨੂੰ ਥਾਣੇ ਲੈ ਕੇ ਚੱਲੇ ਆ ਬਰਾਤ ਨੀ ਚੱਲ ਤੁਰ ਚਲੋ ਫਿਰ ਇੱਕ ਮਿੰਟ ਤੁਸੀਂ ਮੈਨੂੰ ਸਵੇਰੇ 4 ਵਜੇ ਤੜਕੇ ਤੜਕੇ ਘਰੇ ਛੱਡ ਦੋ ਉਹ ਤੈਨੂੰ ਥਾਣੇ ਲੈ ਕੇ ਚੱਲੇ ਆ ਜਗਰਾਤੇ ਤੇ ਨੀ ਬਈ ਤਾਰਾ ਰਾਣੀ ਦੀ ਕਥਾ ਸੁਣਾਈ ਤੇ ਤੈਨੂੰ 4 ਵਜੇ ਘਰੇ ਛੱਡ ਕੇ ਜਾਈਏ ਚੱਲ ਤੁਰ ਸੁਣ ਲਿਆ ਸ਼ਰਮਾ ਤੇਰੇ ਪਿਓ ਨੂੰ ਪੁਲਿਸ ਥਾਣੇ ਲੈ ਕੇ ਜਾ ਰਹੀ ਹੈ ਕੁਛ ਬੋਲ ਤਾਂ ਸਹੀ ਹੱਥ ਜੋੜੇ ਜੀ ਤੁਹਾਡੇ ਅੱਗੇ ਬਾਪੂ ਸਾਡਾ ਬਜ਼ੁਰਗ ਹੈ ਜਰਾ ਧਿਆਨ ਨਾਲ ਲੈ ਕੇ ਜਾਇਓ ਬੋਲਤਾ ਉਹ ਚੱਲ ਤੁਰ ਹੁਣ ਕਿੱਡਾ ਬਸ਼ਰਮ ਹੈ ਯਾਰ ਤੁਰਦਾ ਹੀ ਨੀ ਆਫਿਸਰ ਇਹਨੇ ਆਏ ਨੀ ਜਾਣਾ ਇਹ ਬੁੜੇ ਨੂੰ ਤਾਂ ਮੈਨੂੰ ਹੀ ਕੱਢਣਾ ਪਊ ਇੱਥੋਂ ਤੁਹਾਨੂੰ ਸ਼ਰਮ ਹੈ ਕਿ ਨਹੀਂ ਬਸ ਥਾਣੇ ਦਾ ਸਭ ਲੈ ਚੱਲੋ ਥਾਣੇ ਮੈਨੂੰ ਹੁਣ ਤਾਂ ਮੇਰਾ ਦਮ ਘੁੱਟਦਾ ਮੈਨੂੰ ਸਜ਼ਾ ਮਿਲਣੀ ਚਾਹੀਦੀ ਕਿਉਂਕਿ ਮੈਂ ਬਸ਼ਰਮ ਪੁੱਤ ਜੰਮਿਆ ਇੱਕ ਗੱਲ ਤਾਂ ਦੱਸੋ ਥਾਣੇਦਾਰ ਸਾਹਿਬ ਬੋਲ ਬਾਬਾ ਤੁਹਾਡੇ ਥਾਣੇ ਚ ਮੈਨੂੰ ਰੋਟੀ ਪਾਣੀ ਤਾਂ ਮਿਲੇਗੀ ਮਿਲੇਗੀ ਸੋਣ ਵਾਸਤੇ ਮੰਜਾ ਬਿਸਤਰਾ ਤਾਂ ਹੋਵੇਗਾ ਨਾ ਸਭ ਕੁਛ ਮਿਲੇਗਾ ਇਹ ਮੇਰੇ ਪੁੱਤ ਦੀ ਤਰ੍ਹਾਂ ਮੈਨੂੰ ਧੱਕੇ ਮਾਰ ਕੇ ਤਾਂ ਨੀ ਥਾਣੇ ਚ ਕੱਢਣਾ ਨਹੀਂ ਬਾਬਾ ਨਹੀਂ ਕੱਢਾਂਗੇ ਇੱਕ ਗੱਲ ਕਹ ਜੇ ਤੁਹਾਡੇ ਕਾਨੂੰਨ ਤੋਂ ਬਾਹਰ ਨਾ ਹੋਵੇ ਤਾਂ ਬੋਲ ਬਾਬਾ ਅੱਜ ਤੁਹਾਡੇ ਥਾਣੇ ਨੂੰ ਪੁੱਤ ਕੱਢੂ ਜੀ ਕਰਦੇ ਉਹ ਬੇਈਮਾਨਾ ਤੈਨੂੰ ਤਾਂ ਆਪਣਾ ਪਿਓ ਇੱਕ ਘੰਟਾ ਵੀ ਘਰ ਦੇ ਵਿੱਚ ਨਹੀਂ ਰੱਖਿਆ ਗਿਆ ਉਹ ਤੈਨੂੰ ਤਾਂ ਥਾਣਾ ਚੰਗਾ ਸ਼ਾਬਾਸ਼ ਤੇਰੇ ਕਾਕਾ ਕਾਲੀ ਦੇ ਫੁੱਲਾਂ ਚੋਂ ਖੁਸ਼ਬੂ ਨਹੀਂ ਮਿਲਦੀ ਹੁੰਦੀ ਮੈਨੂੰ ਮਾਮਾ ਕਹਿ ਕੇ ਤੂੰ ਨਕਲੀ ਰਿਸ਼ਤੇ ਬਣਾਉਂਦਾ ਫਿਰਦਾ ਅਸਲੀ ਰਿਸ਼ਤੇ ਨੂੰ ਠੁੱਕਰ ਮਾਰੀ ਜਾਂਦਾ ਪ੍ਰਾਹੁਣਿਆ ਕੀ ਹੋ ਗਿਆ ਜੇ ਤੈਨੂੰ ਨਹੀਂ ਸਮਝ ਸਕਦਾ ਤੇਰਾ ਰਿਸ਼ਤੇਦਾਰ ਜੇ ਆਉਂਦਾ ਸੋਰੀ ਸਰ ਤੁਸੀਂ ਇਹਨਾਂ ਨੂੰ ਲੈ ਕੇ ਨਹੀਂ ਜਾ ਸਕਦੇ ਕੰਪਲੇਂਟ ਕੀਤੀ ਇਹਨਾਂ ਨੇ ਤੈਨੂੰ ਸ਼ਰਮਿਆ ਹੈ ਕਿ ਨਹੀਂ ਢੀਠ ਕਿੱਥੇ ਥਾਉਂਦਾ ਨਿਸ਼ਾ ਕੰਪਲੇਂਟ ਵਾਪਸ ਲੈ ਨਹੀਂ ਮੈਂ ਕਿਹਾ ਨਾ ਕੰਪਲੇਂਟ ਵਾਪਸ ਲੈ ਮੈਂ ਕਿਹਾ ਨਾ ਨਹੀਂ ਨਹੀਂ ਫਿਰ ਬੰਦਾ ਇੱਕ ਨਹੀਂ ਅੱਜ 2 ਅਰੈਸਟ ਹੋਣਗੇ ਕੀ ਮਤਲਬ ਆ ਮਤਲਬ ਆ ਫੜ ਲੋ ਜੀ ਡੈਡੀ ਜੀ ਚਾਹ ਪੀਓਗੇ ਕਿ ਜੂਸ ਹੀ ਕੱਢਾਂ ਤੂੰ ਮੈਂ ਜਲੂਸ ਕੱਢਣਾ ਬੰਦ ਕਰ ਦੇ ਜੂਸ ਮੈਂ ਆਪੇ ਹੀ ਕੱਢ ਲਿਆ ਕਰਾਂਗਾ ਵੈਸੇ ਗਲਤੀ ਤਾਂ ਨਾ ਬੁੜਿਆਂ ਦੀ ਵੀ ਹੈ ਤਾੜੀ ਕਦੇ ਹੱਥ ਨਾਲ ਨਹੀਂ ਵੱਜਦੀ ਨਹੀਂ ਨਿਸ਼ਾ ਅੰਕਲ ਸਹੀ ਨੇ ਆਪਾਂ ਆਪਣੇ ਪੇਰੈਂਟਸ ਨੂੰ ਤਾਂ ਕਿੰਨੀ ਇੱਜ਼ਤ ਦਿੰਦੇ ਹਾਂ ਪਰ ਸਾ ਸਹੁਰੇ ਨੂੰ ਕੁਛ ਨਹੀਂ ਸਮਝਦੇ ਅੱਛਾ ਜੇ ਤੈਨੂੰ ਇਹਨਾਂ ਬੁੜਿਆਂ ਦਾ ਇੰਨਾ ਹੀ ਪਿਆਰ ਹੁੰਦਾ ਫਿਰ ਤੂੰ ਆਪਦੇ ਸਹੁਰੇ ਨੂੰ ਪਾਸਪੋਰਟ ਕਿਉਂ ਨਹੀਂ ਦਿੰਦੀ ਕਿਉਂਕਿ ਮੈਂ ਉਹਨਾਂ ਨੂੰ ਬੁਢਾਪੇ ਚ ਰੁਲਦੇ ਨਹੀਂ ਦੇਖਣਾ ਚਾਹੁੰਦੀ ਸੋਚ ਕੇ ਵੇਖ ਨਿਸ਼ਾ ਜੇ ਸਾਰਾ ਪਰਿਵਾਰ ਇੱਕ ਦੂਜੇ ਤੋਂ ਦੂਰ ਬੈਠਾ ਤੜਪੀ ਜਾਵੇ ਤਾਂ ਇਹੋ ਜਿਹੀ ਕਮਾਈਆਂ ਦਾ ਕੀ ਫਾਇਦਾ ਕਈ ਵਿਚਾਰੇ ਤਾਂ ਆਪਣੇ ਮਾਂ ਪਿਓ ਦੇ ਅੰਤਿਮ ਸੰਸਕਾਰ ਤੱਕ ਤੇ ਨਹੀਂ ਪਹੁੰਚਦੇ ਪਰ ਯਾਰ ਮੇਰੇ ਕਹਿਣ ਦਾ ਕੁਛ ਨਹੀਂ ਨਿਸ਼ਾ ਇੱਕ ਗੱਲ ਤਾਂ ਕਲੀਅਰ ਆ ਆਪਣੇ ਬਜ਼ੁਰਗਾਂ ਦੇ ਗੱਡੇ ਚਲਾਉਣ ਕਰਕੇ ਆਪਾਂ ਅੱਜ ਗੱਡੀਆਂ ਤੇ ਘੁੰਮ ਰਹੇ ਹਾਂ ਕਦੀ ਸੋਚਿਆ ਆਪਣੇ ਘਰ ਵਾਲੇ ਸਾਰਾ ਦਿਨ ਕੰਮ ਕਰਦੇ ਆ ਇਹ ਵੀ ਨਹੀਂ ਪਤਾ ਕਿ ਵਿਚਾਰੇ ਰਾਤ ਨੂੰ ਰੋਟੀ ਖਾਂਦੇ ਆ ਜਾਂ ਭੁੱਖੇ ਸੌਂਦੇ ਆ ਇਹ ਵੀ ਵਿਚਾਰੇ ਸਾਰਾ ਦਿਨ ਟੈਕਸੀ ਚਲਾਉਂਦੇ ਨੇ ਤੇ ਰਾਤ ਨੂੰ ਸੈਫੀ ਨੂੰ ਠਾ ਠਾ ਕੇ ਦੁੱਧ ਪਿਆਉਂਦੇ ਨੇ ਮੰਮਾ ਪਾਪਾ ਕਿੱਧਰ ਪਾਪਾ ਕਿੱਧਰ ਲੈ ਰਿਸ਼ਤੇਦਾਰ
میرے منڈے دا آ گیا ویاہ تیرے سارے ٹبر نے نانگے دے فرض نو پانے چنتا ہی نہ کر دیکھ نانکا مل بھی آؤ نانک شک بھی این گڈمی پر میری شرط ایک دسو بھائی ویا پورے رسم رواج ہوں سی پہلا بس اوی لڈو جلیبیاں چادرے کڑتے سگی فل فلکاریاں دے فرونیا بھائی دھرم نال جی تھی پنجاب دکھا دے نا سواد ہے جی باپو تو تیرا پھر پہنچ گیا بھی پنجاب نو ایسا تو سچ بھی اپنے پیکیا نو نہیں یاد کر دیا جنا پنجاب نو یاد کرتا تھوڑے باپو نے تھوڑی کوئی دوجی بیبے تو نہیں رکھی پنجاب رشتے دار دس تنجاب چلنا میں بھیجو تین پنجاب لے سڈا بڑا لوازن تھا پنجاب دے بیجی نا پنجاب جانا میں بھیجو تین پنجاب پر میری مساج کرانی چل کرا دوں کرا دوں پکا بھیجے گا نا پھر کر لا پنجاب ہوں آ رہا کر رہا بارا کھیل رہے ہیں بیبی دماغ خراب کر دیا بالٹی اٹھا کے پھوڑ دیں گے تو کا کر رہا بارا رے دیکھ دیں گے کھیل دیا یہ کس کا پنوا ہے چنو کا پاپا رو پنوا ٹن ٹنا رہا دن میں تاڑی پہ کیا پڑے بانے کا چنو کا پاپا سنت نہیں ہو پنوا ٹن ٹنا رہا اور کیا ارے کا بک بک کائیے مارو دیکھا تو نہیں ہے کتنا ضروری کام کر رہے ہیں ہم نہیں تو بک بکا رہے ہیں تو ہر پنوا بک بکا رہا ہے پھوڑ دیو اینٹا مار کر ارے نہیں ہم تو بتا کر رہے تھے چھکا لگا چھکا چمیا کا فون تو نہ ہے نا ارے کون چمیا تو ہر فون بھی چمیا سمجھ کر اٹھا رہے نہیں زندگی جگراتے کا ڈھول بن گئی تو ہم کو ہم تو خوش بانی ہائی اوکے میں پوت تو گلاب سے کیا بتائیں صاحب بھوکے مرتبانی ہاں دس پھر بھائی حویلی سب تیرا جواک چلا نیانے سب ٹھیک ٹھاک ہے بچے جی تھوڑے سامان دے جڑے بانڈے ٹھنڈے اودے سام سوال کر رہے نے جو دیکھو حویلی دا ٹھیک ہے حویلی تے چریٹ بھی نہیں مار دندا جی میں کسے نو جے آکھو تو فیس ٹائم کر کے دکھاواں جی نہیں نہیں ضرور نہیں کلی کلی چیز اپنے اپنے تھان تے پئی ہے جی بہت سام سوال کیتی ہوئی ہے جی ہاں دس مینوں مس کر دے گا نا بہت جی ہن تے جی نہیں لگدا جی تھوڑے بنا تلٹی گنتی شروع کر بس میں لگا پاسپورٹ تے مہر ہے لگتا حویلی تو آندا ہے نہیں اٹھو کوئی اٹھو وہ آ گیا کون آ گیا جہیا کردیا مالک نے اہی آ گیا کمرا ہونا میں دسدا کی کرنا بچ لو جی اج بارش ہوں گی بچارے صفائی کرتے کرتے تھک گئے ہونے ہاؤ سویٹ این چیتی آ گئے میرا منہ ٹھیک نہیں سی تسی ٹھیک ہو میں ستا پیا سی یار اسمیل کی آ رہی ہے کچھ چل رہا یار میرا تو بڑا برا حال ہے میں تو نیند نیند چی آٹا گوندا رہنا نیند نیند چی پیاز کرتا رہنا رسوئی چ بت رہنا نا لگتا میں نیند نیند چ نہ اج تیرے واسطے چکن بنا تھا چکن تو میں کھاندی بھی نہیں یار ہوں نیند چ تھوڑی بندے نو پتا ہے میں تو چکن کھاندی ہے کہ نہیں کھاندی اوکے اوکے نیچرل بھی ہو سکتا کچھ ریلیکس نہ لیا کرنا اوکے ریلیکس کرو
ਹਾਏ ਹਾਏ ਮੈਂ ਨਾ ਇਹਨਾਂ ਲਈ ਪਾਣੀ ਲੈ ਕੇ ਆਉਣੀ ਆ ਪਾਣੀ ਸੋ ਗਈ ਮਿੱਤਰਾ ਤੱਕ ਤੱਕ ਸੀਨਾ ਧੜ ਕੇ ਭੱਜ ਆਵੇ ਮਿੱਤਰਾ ਭੱਜ ਭੱਜ ਖਬਰਦਾਰ ਮੇਰੀ ਟੈਕਸੀ ਚ ਵੜਨ ਦੀ ਕੋਸ਼ਿਸ਼ ਕੀਤੀ ਤੇ ਕੌਣ ਬਦਤਮੀਜ਼ ਹੈ ਯਾਰ ਭੈਣ ਜੀ ਕਿਉਂ ਤੰਗ ਕਰ ਰਹੇ ਹੋ ਹੈਲੋ ਪਿੱਛੇ ਹੋ ਜਾਈ ਯਾਰ ਸਾਰੇ ਟੈਕਸੀ ਥੱਲੇ ਨਾ ਆ ਜਾਇਓ ਯਾਰ ਲੋਕੀ ਨੌਨਸੈਂਸ ਹੋ ਗਏ ਸੜਕਾਂ ਦੇ ਉੱਤੇ ਲੋਕਾਂ ਨੇ ਕੰਧਾਂ ਬਣਾ ਦੀਆਂ ਪਿੱਛੇ ਹੋ ਜਾਈਏ ਸਾਰੇ ਭੈਣ ਜੀ ਤੁਸੀਂ ਥੱਲੇ ਆ ਜਾਣਾ ਮੇਰੀ ਗੱਡੀ ਤੇ 911 ਸਮ ਲੇਡੀ ਵਾਂਟ ਟੂ ਕਮ ਅੰਡਰ ਮਾਈ ਕਾਰ ਆ ਕੇ ਫੜ ਲਓ ਉਹਨੂੰ ਹੈਲੋ ਉਹ ਇੱਧਰ ਨਾ ਤੁਸੀਂ ਇੱਥੇ ਕਿਵੇਂ ਮੈਨੂੰ ਲੱਗਦਾ ਜੀ ਕਿਤੇ ਨੀਂਦ ਚ ਸੁੱਤਾ ਸੁੱਤਾ ਹੀ ਮੈਂ ਕਿਸੇ ਦੇ ਘਰ ਆ ਗਈ ਟੋਲ ਪਲਾਜ਼ਾ ਆ ਗਿਆ ਡੈਡੀ ਜੀ ਤੁਸੀਂ ਇੱਥੇ ਕੀ ਕਰ ਰਹੇ ਹੋ ਮੈਂ ਮੈਨੂੰ ਲੱਗਦਾ ਮੈਨੂੰ ਵੀ ਇਹਦੇ ਵਾਲੀ ਬਿਮਾਰੀ ਲੱਗ ਗਈ ਹੈ ਨੀਂਦ ਚ ਤੁਰਨ ਦੀ ਮੇਰੀ ਗੱਲ ਸੁਣ ਲੋ ਦੋਨੋਂ ਜਾਣੇ ਜਿੱਦੇ ਰਾਤ ਨੂੰ ਨੀਂਦ ਦੇ ਵਿੱਚ ਮੈਂ ਕਿਸੇ ਪਾਸੇ ਤੁਰ ਗਈ ਨਾ ਪਿਓ ਪੁੱਤ ਮੱਥੇ ਤੇ ਹੱਥ ਮਾਰ ਮਾਰ ਰਹੋਗੇ ਚਲੋ ਘਰ ਨੂੰ ਤੁਰੋ ਚੱਲਦੇ ਤੁਸੀਂ ਵੀ ਜਿੱਦੇ ਰਾਤ ਨੂੰ ਨੀਂਦ ਦੇ ਵਿੱਚ ਮੈਂ ਕਿਸੇ ਪਾਸੇ ਤੁਰ ਗਈ ਨਾ ਪਿਓ ਪੁੱਤ ਮੱਥੇ ਤੇ ਹੱਥ ਮਾਰ ਮਾਰ ਰਹੋਗੇ ਚਲੋ ਘਰ ਨੂੰ ਤੁਰੋ ਚੱਲਦੇ ਤੁਸੀਂ ਵੀ ਦਾਰੂ ਵਾਸਤੇ ਪੈਸੇ ਲੱਭਦਾ ਸੀ ਰਾਤ ਬੰਦੇ ਵੱਧ ਗਏ ਯਾਰ ਅੱਛਾ ਠੀਕ ਆ ਆ ਵੀ ਲੈ ਲੋ ਅੱਛਾ ਗਹਿਣੇ ਨੇ ਜੋ ਤੁਹਾਡੇ ਬਾਪੂ ਨੇ ਦਿੱਤੇ ਸੀ ਇਹਨਾਂ ਨੂੰ ਵੇਚ ਕੇ ਚਾਹੇ ਦਾਰੂ ਪੀ ਲਓ ਚਾਹੇ ਪਾ ਲਓ ਕੋਈ ਕੰਮ ਤਾਂ ਹੁੰਦਾ ਨੀ ਤੁਹਾਡੇ ਕੋਲੋਂ ਫਿਰ ਐਂ ਕਾਹਤੇ ਕਰਦੀ ਆ ਤੁਹਾਡੇ ਕੋਲੋਂ ਪਰੇਸ਼ਾਨ ਹੋ ਗਈਆਂ ਤਾਂ ਕਰਦੀ ਆ ਜੇ ਤੁਹਾਨੂੰ ਪਿਓ ਪੁੱਤ ਨੂੰ ਥੋੜੀ ਜਿਹੀ ਵੀ ਸ਼ਰਮ ਹੈਗੀ ਆ ਨਾ ਕੋਈ ਕੰਮ ਲੱਭ ਲੋ ਬੇਸ਼ਰਮ ਕਿਸੇ ਥਾਂ ਦੇ ਕੁਛ ਸੋਚਿਆ ਕੰਮ ਬਾਰੇ ਯਾਰ ਰਾਤ ਸੋਚਣ ਹੀ ਲੱਗੇ ਸੀ ਬਸ ਸੋਚਦੇ ਸੋਚਦੇ ਸੈੱਟ ਹੋ ਗਏ ਜੋ ਵੀ ਸੋਚਣਾ ਜਲਦੀ ਸੋਚ ਲੋ ਨਹੀਂ ਤਾਂ ਘਰੇ ਬੜੇ ਹੋਣਾ ਵੇਲਣ ਕਿਸੇ ਥਾਂ ਦੇ ਦਾਦੂ ਪੁੱਤ ਤੂੰ ਸੁੱਤਾ ਨੀ ਹਾਲੇ ਤੱਕ ਨੀਂਦ ਨੀ ਆ ਰਹੀ ਸੀ ਕਿਉਂ ਮੈਂ ਕਦੇ ਗੇਮ ਖੇਡਦਾ ਕਦੇ ਟੀਵੀ ਦੇਖਦਾ ਪਰ ਨੀਂਦ ਆਈ ਨੀ ਰਹੀ ਓਏ ਪੁੱਤ ਨੀਂਦ ਟੀਵੀ ਦੇਖਣ ਨਾਲ ਜਾਂ ਗੇਮਾਂ ਗੂਮਾਂ ਖੇਡਣ ਨਾਲ ਨੀ ਆਉਂਦੀ ਹੁੰਦੀ ਨੀਂਦ ਆਉਂਦੀ ਹੈ ਦਾਦੇ ਦਾਦੀ ਦੀਆਂ ਕਹਾਣੀਆਂ ਸੁਣ ਕੇ ਦਾਦੂ ਫਿਰ ਮੈਨੂੰ ਸੁਣਾਉਂਗੀ ਕਹਾਣੀ ਹਾਂ ਅੱਛਾ ਅੱਛਾ ਮੇਰਾ ਸ਼ੇਰ ਕਿਹੜੀ ਕਹਾਣੀ ਸੁਣੀ ਤੈਂ ਦਾਦੂ ਉਹੀ ਸੁਣਾ ਦੋ ਕਿਹੜੀ ਉਹੀ ਆਟੇ ਦੀ ਚਿੜੀ ਵਾਲੀ ਹਾਂ ਸੁਣ ਫਿਰ ਪੁੱਤ ਜਦੋਂ ਮੈਂ ਤੇਰੇ ਜਿੱਡਾ ਹੁੰਦਾ ਸੀ ਨਾ ਪਿੰਡ ਚ ਆਪਣਾ ਇੱਕ ਘਰ ਹੁੰਦਾ ਸੀ ਤੇ ਉਹਦੇ ਚ ਕੱਟ ਦੀ ਚਿੜੀ ਰਹਿੰਦੀ ਸੀ ਜਿਹਦੀ ਚੁੰਝ ਸੋਨੇ ਦੀ ਹੁੰਦੀ ਸੀ ਤੇ ਉਹਦੇ ਖੰਭ ਸੁਨਹਿਰੀ ਕਣਕ ਵਰਗੇ ਜਦੋਂ ਮਾਂ ਉਹ ਚਿੜੀ ਆਪਣੇ ਪੁੱਤ ਨੂੰ ਦਿੰਦੀ ਤਾਂ ਬੱਚੇ ਨੂੰ ਇਉਂ ਲੱਗਦਾ ਜਿਵੇਂ ਸਾਰੀ ਦੁਨੀਆ ਦੀਆਂ ਖੁਸ਼ੀਆਂ ਦੀ ਮੁੱਠੀ ਚ ਹੋਣ ਸਾਡੇ ਬਜ਼ੁਰਗਾਂ ਨੇ ਬੜੀ ਮਿਹਨਤ ਨਾਲ ਜਿਉਂਦੀ ਰੱਖੀ ਸੀ ਉਹ ਚਿੜੀ ਪਰ ਕਈ ਮੇਰੇ ਵਰਗੇ ਮੰਦ ਭਾਗੇ ਤੇ ਮਜਬੂਰੀਆਂ ਦੇ ਮਾਰੇ ਉਹ ਆਟੇ ਦੀ ਚਿੜੀ ਨੂੰ ਛੱਡ ਕੇ ਪਰਦੇਸੀਆਂ ਵਸੇ ਅੱਜ ਵੀ ਬਹੁਤ ਯਾਦ ਆਉਂਦੀ ਹੈ ਉਹ ਆਟੇ ਦੀ ਚਿੜੀ ਬਹੁਤ ਜੀ ਕਰਦਾ ਮੁੜ ਕੇ ਦੁਬਾਰਾ ਤੋਂ ਉਹਦੀ ਚੀ 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 ਸੁਣਨ
तू हूं खाई जाएगा कि तोड़ेगा भी मेनु तो ये बेरिया जी तोड़ते हुए बहुत शर्म लगती है मेरा तो जी करता है मैं मुंह ते पल्ला ले लो तो तेन शर्म का तो आ जाती है यार सब ते ट्रक का मालिक ऐसे बेरिया तोड़ता चंगा लगता हूं तेन कहता हसा गया भीरे तू रोना एक ट्रक नो देख सरदार काली पग आला भी बेरिया तोड़ रहा है जेड़ा सारी ट्रांसपोर्ट का मालिक सी उसे मेरा मुंडा तेरा दोस्त आ ओनू कह के मेरी नौ तो मेरा पासपोर्ट लै दे एक बारी पंजाब चला गया मुड़ के मैं इत्थे वापस नहीं आउंदा ताया मैं पासपोर्ट की दवाना है जिंदपुरे वाले सरपंच साहब बैठे ने इन्हां नू कह ऐदां दे मसले सरपंच साहब हल करदे हुंदे आ ओ मैं कित्थों दवा दूं मेरा तां आपदा नहीं मिलदा नूं दब्बी बैठी है तुहाडा पासपोर्ट तां दुनिया च बस इक्को ही बंदा दवा सकदा है कौन मैं ओ किवें ओ तू सुने है ना कि जदों सिद्धी उंगली नाल ग्रीस ना निकले एटी कर लेनी चाहिए मुड़ के होया नहीं दसना कुप्पी ना कटनी चाहिदी है कुप्पी नाल ये तेरी कुप्पी कुप्पी मिलू कित्थों जदों सारे मस्त होंगे ना उदो खड़का दोगे कुप्पी च रोण और मिनती कर लिया मामा पूरा भी आया कि नहीं 36 इंच लिया भी मुंह मिठा करा भाई हरे सूट वाली साड़ी लगती है अपनी लो जी आओ जी करो मिंतियां भी की है नाल ही हसदा यार मैनू क्यों खिंची जा रहे हैं प्यार है मैं तो पूरा तैयार है पासपोर्ट मैं पासपोर्ट का की करना है कुप्पी अच्छा फिर तो पासपोर्ट क्यों नहीं करना हाँ। पर पासपोर्ट है कित्थे अलमारी च अलमारी दी चाबी कित्थे है पर्स च ओए पर्स कित्थे है बाज ओए बाज कित्थे है अलीजा रानी कोले फिर तो बाहां फटनी पाऊगी ए, मेरी फ्रेंड आ इन्हें क्या पंजाबी ब्याह देखना तो मिले अच्छा ओके चल ठीक है तेन पंजाबी सूट नहीं पसंद पंजाबी डांस तो पसंद है ना चल पंजाबी डांस कर दे आ परस तू इन फड़ा दे हां कैन यू हैंग ऑन टू दिस एंड डांस हुण तो बाहर गल च पानी है भेड़ गया चार चाकर बटोपदा यार दा मंडीर बिच रैंक टोपदा तेरा कुड़िया च चार चाकर ਸੋਹਣਿਆਂ ਵੇ ਲੈ ਕੇ ਲੰਬੇ ਰੂਟ ਤੇ ਜਾਵਾਂ ਝੂਟ ਮੋੜ ਤਿੰਨ ਲੱਖ ਦੇ ਵਿੱਚ ਬਦਲ
ਹੌਲਾ ਜਿਵੇਂ ਫੈਦਰ ਬਿੱਲੋ ਉੱਤੋਂ ਭਾਵੇਂ ਪਰ ਲੂਤੀ ਵਾਲਾ ਲੈਦਰ ਬਿੱਲੋ ਤਾਂ ਬਹੁਤ ਮਹਿੰਗਾ ਯਾਰ ਭਾਰ ਤੇਰਾ ਹੌਲਾ ਜਿਵੇਂ ਫੈਦਰ ਬਿੱਲੋ ਮਹਿੰਗਾ ਪਰ ਲੂਤੀ ਵਾਲਾ ਲੈਦਰ ਬਿੱਲੋ ਮਿੱਠਾ ਮਿੱਠਾ ਹੋ ਗਿਆ ਏ ਵਾਹਿਦਰ ਬਿੱਲੋ ਮਿੱਠਾ ਮਿੱਠਾ ਹੋ ਗਿਆ ਜਾ ਕੇ ਆਪਣਾ ਕੰਮ ਸ਼ੁਰੂ ਕਰ ਮੈਂ ਇੱਥੇ ਬਾਹਰ ਖੜਾ ਹੋ ਕੇ ਦਰਵਾਜ਼ਾ ਖੜਕਾਉਂਦਾ ਜੇ ਖੜਕਾ ਬੰਦ ਹੋ ਗਿਆ ਤਾਂ ਸਮਝੀ ਕੋਈ ਆ ਗਿਆ ਉਹ ਖੜਕਾ ਸੁਣ ਕੇ ਤਾਂ ਜਿਹਨੂੰ ਨਹੀਂ ਵੀ ਪਤਾ ਲੱਗਦਾ ਉਹਨੂੰ ਪਤਾ ਲੱਗ ਜੋ ਚੱਲ ਤੂੰ ਐਂ ਕਰੀ ਖੰਘ ਦੀ ਹੁਣ ਕੀ ਹੋ ਗਿਆ ਜੇ ਖੰਘ ਨਾ ਆਈ ਤਾਂ ਛਿੱਕਦਾ ਛਿੱਕ ਮਾਰੀ ਤੋਂ ਬਣਦਾ ਬਣਦਾ ਕੰਮ ਨਹੀਂ ਮਰਦਾ ਮੈਂ ਕੀ ਕਰਾਂ ਤੈਨੂੰ ਹੱਥ ਬੰਨ ਕੇ ਬੇਨਤੀ ਹੈ ਤੂੰ ਕੁਛ ਵੀ ਨਾ ਕਰ ਜੇ ਮੈਂ ਤੂੰ ਕੁਛ ਨੀ ਕਰਾਉਣਾ ਸੀ ਫਿਰ ਮੈਨੂੰ ਨਾਲ ਕਿਉਂ ਚੱਕੀ ਫਿਰਦਾ ਹੁਣ ਕੀ ਹੋ ਗਿਆ ਕੁਛ ਨੀ ਤੇਰੇ ਕੋਲ ਲੱਗਾ ਸੀ ਮਾੜਾ ਜਾ ਹੋਰ ਖੜ ਜਾ ਵੀਰੇ ਖੜ ਜਾ ਬੇਬੇ ਕਹਿੰਦੀ ਹੁੰਦੀ ਸੀ ਤੇਰੀ ਬੇਬੇ ਕਹਿੰਦੀ ਬਹੁਤ ਸੀ ਤੇਰੇ ਭਲੇ ਦੀ ਗੱਲ ਕਹਿੰਦੀ ਸੀ ਦੱਸ ਮੇਰੇ ਬਾਪ ਉਹ ਕਹਿੰਦੀ ਸੀ ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਰੱਬ ਦਾ ਨਾਮ ਜ਼ਰੂਰ ਧਿਆਣਾ ਚਾਹੀਦਾ ਹੈ ਆਪਾਂ ਅਰਦਾਸ ਨਾ ਕਰ ਲਈਏ ਵੀਰੇ ਕਰ ਲੈ ਕਰ ਲੈ ਹੱਥ ਜੋੜੋ ਅੱਖਾਂ ਬੰਦ ਕਰ ਵੀਰੇ ਅਰਦਾਸ ਹੋ ਗਈ ਮੈਂ ਸੋਚਿਆ ਸੀ ਤੂੰ ਸ਼ੁਰੂ ਕਰੂੰਗਾ ਚਲੋ ਕਰੋ ਕੰਮ ਸ਼ੁਰੂ ਬਸ ਪਾਸਪੋਰਟ ਹੀ ਚੱਕੀ ਪੈਸੇ ਨਾ ਚੱਕ ਲਈ ਹੁਣ ਬਾਹਰ ਜਾ ਕੇ ਦੋ ਮੋਟੇ ਮੋਟੇ ਪਿੰਗ ਲਾਵਾਂਗੇ ਚਾਰ ਲਾ ਲਈ ਪਰ ਲੰਕਾ ਦਾ ਜਦ ਵੀ ਜਿੱਡੀ ਵਧੇ ਹੋਈ ਹੈ ਟਿਕਟ ਕਦੋਂ ਤੁਸੀਂ ਕਰਾਣੀ ਹੈ ਟਿਕਟ ਤੂੰ ਬਸ ਆਉਣੀ ਫਿਰ ਮੇਰੀ ਮਸਾਜ ਕੌਣ ਕਰਾਊਗਾ ਬੋਲਣਾ ਨੀ ਖਾਸਮਾ ਸਾਰਾ ਕੁਛ ਕਰ ਦੂੰਗਾ ਪਰ ਇੱਥੋਂ ਤਿਲਕ ਨਹੀਂ ਵੀਰੇ ਪਹਿਲਾਂ ਗੱਲ ਖੋਲ ਲੈਣੀ ਚੰਗੀ ਹੁੰਦੀ ਦਾਦੂ ਤੋੜ ਗਿਆ ਅੜੀ
ਜੇ ਤੁਸੀਂ ਬਾਗੇ ਮੈਨੂੰ ਆਟੇ ਦੀ ਚਿੜੀ ਦੀ ਕਹਾਣੀ ਕੌਣ ਸੁਣਾਇਆ ਕਰੂ? ਓ ਪੁੱਤ, ਤੇਰੀ ਮੰਮੀ ਸੁਣਾ ਦੂੰਗੀ ਤੈਨੂੰ ਆਟੇ ਦੀ ਚਿੜੀ ਦੀ ਕਹਾਣੀ, ਤੂੰ ਇਹਨੂੰ ਜਾ ਲੈਣ ਦੇ। ਮੰਮਾ ਕੋਲੇ ਤਾਂ ਗੱਲ ਕਰਨ ਦਾ ਵੀ ਟਾਈਮ ਨੀ, ਉਹ ਕਿੱਥੋਂ ਸੁਣਾਉਣਗੇ ਆਟੇ ਦੀ ਚਿੜੀ ਦੀ ਕਹਾਣੀ। ਦਾਦੂ ਮੈਂ ਨੀ, ਮੈਂ ਤੁਹਾਡੇ ਨਾਲ ਚੱਲੂ। ਓ ਨਹੀਂ ਪੁੱਤ, ਫੁੱਲ ਤਾਂ ਟਾਹਣੀਆਂ ਨਾਲ ਹੀ ਸੋਹਣੇ ਲੱਗਦੇ ਨੇ, ਮੈਂ ਫੁੱਲਾਂ ਦੀ ਥਾਂ ਤੇ ਕੰਡੇ ਬੀਜ ਬੈਠੇ ਸੀ। ਹੁਣ ਮੈਂ ਨੀ ਚਾਹੁੰਦਾ ਕਿ ਉਹੀ ਕੰਡੇ ਮੇਰਾ ਪੋਤਾ ਆਪਣੇ ਮਾਂ ਬਾਪ ਤੋਂ ਬਿਨਾਂ ਚੁਕੇ। ਨਾ ਦਾਦੂ, ਮੈਨੂੰ ਨੀ ਪਤਾ ਮੈਂ ਤੁਹਾਡੇ ਨਾਲ ਜਾਣਾ, ਜੇ ਤੁਸੀਂ ਬਾਗੇ ਮੇਰੇ ਨਾਲ ਖੇਡਿਆ ਕਿਹੜਾ ਕਰੂ? ਪੁੱਤ ਮੈਂ ਹੈਗਾ ਨਾ, ਅਸੀਂ ਦੋਵੇਂ ਖੇਡਿਆ ਕਰਾਂਗੇ ਬਾਂਦਰ ਕਿੱਲਾ। ਜਿੱਦ ਨਾ ਕਰ ਪੁੱਤ, ਛੱਡ ਦੇ ਇਹਦਾ ਹੱਥ, ਹੁਣ ਕਿਹਨੂੰ ਉਡੀਕਦਾ ਤੂੰ? ਤੋੜ ਤੇ ਮੋਤਾ ਪਿੰਜਰਾ, ਮਰ ਜਾ ਉਠਾਰੀ। ਦਾਦੂ ਨਹੀਂ, ਜੇ ਤੁਸੀਂ ਬਾਗੇ ਮੈਂ ਮਰ ਜਾ ਤੁਹਾਡੇ ਬਿਨਾ। ਨਹੀਂ, ਕਿਵੇਂ ਮਰਨੀਗਾ ਤੂੰ? ਨਹੀਂ ਜਾਂਦਾ, ਜਦੋਂ ਵੀ ਜਾਊਂਗਾ ਸਾਰੇ ਡੱਬਰ ਨੂੰ ਨਾਲ ਲੈ ਕੇ ਜਾਊ, ਨਹੀਂ ਤਾਂ ਮੈਂ ਜਾਣਾ ਹੀ ਨਹੀਂ। ਪੱਕਾ ਵਾਦਾ? ਫਟਾਫਟ ਪਾਸਪੋਰਟ, ਪੱਕਾ। ਵਾਹ, ਕਮਾਲ ਹੈ ਤੇਰੀ, ਤੇਰਾ ਤਾਂ ਕੋਈ ਸਟੈਂਡਿੰਗ ਨਹੀਂ ਹੈ। ਓਏ, ਤੂੰ ਤਾਂ ਕਹਿੰਦਾ ਸੀ ਵੀ ਪਾਸਪੋਰਟ ਮੇਰੇ ਹੱਥ ਤੇ ਰੱਖ ਦੇ ਤੇ ਟਿਕਟ ਲਈ ਚੋਰੀਆਂ ਕਰੂੰਗਾ, ਹੈ ਭੀਖ ਮੰਗੂੰਗਾ। ਹੁਣ ਪਾਸਪੋਰਟ ਮੈਂ ਤੇਰੇ ਹੱਥ ਤੇ ਰੱਖਤਾ, ਤੂੰ ਮੁਕਰੀ ਗਿਆ, ਮੂੰਹ ਦੀਆਂ ਤੰਦਾਂ ਖੋਲ ਕੇ ਬਹਿ ਗਿਆ। ਵਾਹ ਤੇਰੇ ਪਾਲਿਆ, ਕੁਛ ਰਿਸ਼ਤੇ ਇਹੋ ਜਿਹੇ ਹੁੰਦੇ ਨੇ ਨੌ ਮਾਸ ਵਰਗੇ, ਜਿੰਨਾ ਤੋਂ ਭੱਜ ਨਹੀਂ ਸਕਦਾ ਬੰਦਾ। ਠੀਕ, ਪਰ ਇੱਕ ਗੱਲ ਮੇਰੀ ਯਾਦ ਰੱਖੀ ਤੂੰ, ਜੇ ਇਹਨਾਂ ਰਿਸ਼ਤੇ ਨੇ ਤੈਨੂੰ ਭੀਖ ਮੰਗਾਈ ਤਾਂ ਮੈਨੂੰ ਪਹਿਲਾਂ ਟਰਾਂਸਪੋਰਟਰ ਨਾ ਕਹੀ, ਤੂੰ ਰਿਸ਼ਤੇ ਤੈਨੂੰ ਭੀਖ ਮੰਗਾਣਗੇ। ਯਾਦ ਰੱਖੀ ਮੇਰੀ ਗੱਲ ਨੂੰ ਤੂੰ? ਯਾਦ ਰੱਖੀ, ਭੀਖ ਮੰਗੇਗਾ ਤੂੰ ਦਲੀਪਿਆ, ਭੀਖ। ਹਾਂਜੀ ਧੀਏ, $10 ਦੇ ਦੇ। ਦੇਖ ਲਾ, ਸ਼ਰਮ ਤਾਂ ਨਹੀਂ ਆਉਂਦੀ ਭੀਖ ਮੰਗਦਿਆਂ ਨੂੰ? ਸਰਦਾਰ ਹੋ ਕੇ ਭੀਖ ਮੰਗਦੇ ਹੋ? ਨਿਸ਼ਾ, ਲੀਵ ਇਟ ਯਾਰ, ਮੈਂ ਇਦਾਂ ਕੋਈ ਸਰਦਾਰ ਬੰਦਾ ਭੀਖ ਮੰਗਦਾ ਨਹੀਂ ਦੇਖਿਆ। ਸਰਦਾਰ ਬੰਦੇ ਤਾਂ ਲੰਗਰ ਲਾਉਂਦੇ ਨੇ, ਤੇ ਤੁਸੀਂ ਆਪਣੀ ਪੱਗ ਨੂੰ ਦਾਗ ਲਾ ਰਹੇ ਹੋ। ਕਈ ਵਾਰੀ ਮਜਬੂਰੀਆਂ ਬੰਦੇ ਨੇ ਇਹੋ ਜਿਹੇ ਮੋੜ ਤੇ ਖੜਾ ਕਰ ਦਿੰਦੀਆਂ ਧੀਏ, ਜੋ ਅਸੀਂ ਸੋਚ ਵੀ ਨਹੀਂ ਸਕਦੇ ਤੇ ਸਾਨੂੰ ਉਹ ਕਰਨਾ ਪੈਂਦਾ। ਮਜਬੂਰੀਆਂ, ਮਾਈ ਫੁੱਟ, ਵੇਲੀਆਂ ਖਾਣ ਦਾ ਚੰਗਾ ਤਰੀਕਾ ਤੁਹਾਡਾ? ਨਾ ਨਾ ਧੀਏ, ਮੈਂ ਵੇਲੀਆਂ ਨਹੀਂ ਖਾਂਦਾ, ਸਾਰੀ ਉਮਰ 10-9 ਦੀ ਕਿਰਤ ਖਾਧੀ ਹੈ ਤੇ ਇਸੇ ਕਿਰਤ ਨਾਲ ਮੈਂ ਆਪਣੇ ਪਰਿਵਾਰ ਨੂੰ ਸੈੱਟ ਕੀਤਾ ਹੈ। ਸੁਮਰੇ ਵੀ ਹੱਡ ਤੋੜ ਵੀ ਮਿਹਨਤ ਕਰਦਾ ਤੇ ਜਦੋਂ ਮੇਰੀ ਮਿਹਨਤ ਦਾ ਚੈੱਕ ਆਉਂਦਾ ਉਹ ਮੇਰੀ ਨੂੰਹ ਖੋ ਲੈਂਦੀ, ਮੇਰੀ ਨੂੰਹ ਮੇਰਾ ਪਾਸਪੋਰਟ ਵੀ ਨਹੀਂ ਦਿੰਦੀ। 5 ਸਾਲ ਹੋ ਗਏ ਮੈਨੂੰ ਉਹਦੇ ਕੋਲ ਪਾਸਪੋਰਟ ਮੰਗਦਿਆਂ, ਹਾਰ ਕੇ ਮੈਂ ਪਾਸਪੋਰਟ ਤਾਂ ਚੋਰੀ ਕਰ ਲਿਆ ਪਰ ਟਿਕਟ ਲੈਣ ਜੋਗੇ ਮੇਰੇ ਕੋਲ ਪੈਸੇ ਹੈ ਨੀ। ਮੈਨੂੰ ਕਿਸੇ ਨਾ ਕਿਸੇ ਤਰ੍ਹਾਂ ਮੇਰੇ ਪੰਜਾਬ ਪਹੁੰਚਾ ਦਿਓ, ਆਪਣੇ ਪਿੰਡ, ਆਪਣੀ ਮਿੱਟੀ। ਉਹ ਮੈਨੂੰ ਦੱਸ ਵੀ ਪੰਜਾਬ ਕਹਿੰਦਾ ਟਿਕਟੀ ਲੈ ਲਿਓ, ਉਹ ਮੇਰੀ ਮਜਬੂਰੀ ਵਾਸਤੇ ਗੁਰਦੁਆਰਾ ਮੈਂ ਮਜਬੂਰ ਹਾਂ। ਜਾ ਜਾ ਰਾਸ ਕਰ।
ਵਜ਼ੀਫਾ ਲਿਆ ਮੈਂ ਕਹਿਤਾ ਮੈਂ ਨਹੀਂ ਆਣਾ ਐ ਕਿਵੇਂ ਨਹੀਂ ਜਾਣਾ ਪੁੱਤ ਹੁਣ ਤਾਂ ਜਾਣਾ ਹੀ ਪੈਣਾ ਭਾਵੇਂ ਹੱਥ ਪੈਰ ਨਰੜ ਕੇ ਨਾ ਜਹਾਜ਼ ਚ ਬਿਠਾਣਾ ਪਵੇ ਤੈਨੂੰ ਇਹ ਕੀ ਹੈ ਪਾਸਪੋਰਟ ਬਹੁਤ ਕਾਲੀ ਸੀ ਨਾ ਤੁਹਾਨੂੰ ਪੰਜਾਬ ਜਾਣ ਦੀ ਸਮਝ ਨਹੀਂ ਆ ਰਿਹਾ ਐਸਾ ਕੀ ਆ ਪੰਜਾਬ ਚ ਸਭ ਕੁਛ ਹੈ ਮੈਂ ਜੰਮੇ ਵਾਲੇ ਉੱਥੇ ਤੁਸੀਂ ਜੰਪਲ ਉੱਥੋਂ ਦੇ ਉਹ ਤੁਹਾਡਾ ਮੁਲਕ ਆ ਅਸੀਂ ਇੱਥੋਂ ਦੇ ਜੰਪਲ ਆ ਇਹ ਸਾਡਾ ਮੁਲਕ ਆ ਧੀਏ ਇੱਕ ਵਾਰੀ ਜਾ ਕੇ ਤਾਂ ਦੇਖ ਮੇਰਾ ਰੰਗਲਾ ਪੰਜਾਬ ਓ ਗੋਡ ਤੁਹਾਡਾ ਰੰਗਲਾ ਪੰਜਾਬ ਗੰਦਲਾ ਹੋ ਚੁੱਕਾ ਹੈ ਅਬ ਚੱਕੋ ਪਾਸਪੋਰਟ ਤੇ ਜਾਓ ਦੇਖ ਜਾਵਾਂਗੇ ਤਾਂ ਸਾਰੇ ਇਕੱਠੇ ਜਾਵਾਂਗੇ ਆਪਾਂ ਸਾਰੇ ਨੇ ਉੱਥੇ ਜਾ ਕੇ ਕੀ ਕਰਨਾ ਹੁਣ ਜੜਾਂ ਨੇ ਆਪਣੀਆਂ ਪੰਜਾਬ ਚ ਪੰਜਾਬ 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 ਉਹੋ ਜਿਹਾ ਨਹੀਂ ਰਿਹਾ ਜਿੱਦਾਂ ਦਾ ਤੁਸੀਂ ਸੋਚ ਰਹੇ ਹੋ ਨਹੀਂ ਬੱਚੇ ਮੈਂ ਪੰਜਾਬ ਜਿਹੋ ਜਿਹਾ ਛੱਡ ਕੇ ਆਇਆ ਸੀ ਪੰਜਾਬ ਬਿਲਕੁਲ ਉਹੋ ਜਿਹਾ ਹੀ ਹੈ ਤੈਨੂੰ ਗਲਤ ਫਹਿਮੀ ਹੋ ਗਈ ਠੀਕ ਆ ਤੁਹਾਡਾ ਆਹ ਵਹਿਮ ਵੀ ਦੂਰ ਕਰ ਦਿੰਦੇ ਆ ਆਪਾਂ ਸਾਰੇ ਚੱਲਦੇ ਆ ਪੰਜਾਬ ਇੱਕ ਮਹੀਨੇ ਲਈ ਤੇ ਜੇ ਪੰਜਾਬ ਉਦਾਂ ਦਾ ਰਿਹਾ ਜਿੱਦਾਂ ਦਾ ਤੁਸੀਂ ਸੋਚ ਰਹੇ ਹੋ ਮੈਂ ਤੁਹਾਡੀ ਹਰ ਗੱਲ ਮੰਨੂਗੀ ਪਰ ਜੇ ਨਹੀਂ ਰਿਹਾ ਤਾਂ ਤੁਹਾਨੂੰ ਮੇਰੀ ਹਰ ਗੱਲ ਮੰਨਣੀ ਪੈਣੀ ਆ ਮਨਜ਼ੂਰ ਉਹ ਨਾ ਲਾ ਸ਼ਰਤ ਮੈਂ ਕੋਈ ਨੇਪਾਲ ਤੋਂ ਨਹੀਂ ਆਇਆ ਮੈਂ ਵੀ ਹੁਣੇ ਹੁਣੇ ਪੰਜਾਬ ਤੋਂ ਆਇਆ ਹੁਣ ਉਹ ਜਿਹਾ ਪੰਜਾਬ ਨਹੀਂ ਰਿਹਾ ਜਿਹਦਾ ਤੂੰ ਸੋਚਦਾ ਹੈ ਲੱਗੀ ਸ਼ਰਤ ਡਨ ਕਰਾਓ ਟਿਕਟਾਂ ਲੱਗੀ ਸ਼ਰਤ ਡਨ ਕਰਾਓ ਟਿਕਟਾਂ ਚੰਗਾ ਵੀ ਮਿੱਤਰਾ ਮੇਰੀ ਮਿੱਟੀ ਨੂੰ ਮੇਰਾ ਸਲਾਮ ਕਹੀ ਉਹਨੂੰ ਕਹੀ ਕਿ ਤੇਰਾ ਪੁੱਤ ਤੇਰੇ ਤੋਂ ਦੂਰ ਜ਼ਰੂਰ ਬੈਠੇ ਪਰ ਤੇਰੀ ਖੁਸ਼ਬੂ ਨੂੰ ਹਾਲੇ ਤਾਂ ਹੀ ਨਹੀਂ ਭੁੱਲਿਆ ਮਿੱਟੀ ਨੂੰ ਤਾਂ ਕਹਿ ਦੂੰ ਬਾਈ ਕਿਸੇ ਬੰਦੇ ਬੰਦੇ ਨੂੰ ਵੀ ਕੁਛ ਸੁਨੇਹਾ ਲਾਉਣਾ ਦੱਸ ਦੋ ਲਾ ਦੂੰ ਨਹੀਂ ਬਸ ਠੀਕ ਆ ਤੂੰ ਮਿੱਟੀ ਨੂੰ ਕਹਿ ਦੀ ਬੰਦਿਆਂ ਨੂੰ ਮੈਂ ਆਪੇ ਹੀ ਕਹਿ ਲੂੰਗਾ ਠੀਕ ਅੱਛਾ ਹੁਣ ਇੱਕ ਗੱਲ ਤੇਰਾ ਕੰਮ ਤਾਂ ਹੋ ਗਿਆ ਹੁਣ ਮੇਰਾ ਕੰਮ ਨਾ ਭੁੱਲੀ ਮੈਂ ਕਰ ਦੂੰ ਆ ਕੇ ਪਿੰਡ ਭੈਣ ਦਾ ਵਿਆਹ ਰੱਖਿਆ ਹੋਇਆ ਮੇਰੇ ਤੋਂ ਤਾਂ ਜਾ ਨੀ ਹੋਣਾ ਆ ਮੇਰੇ ਵੱਲੋਂ ਥੋੜਾ ਜਿਹਾ ਸ਼ਗਨ ਦੇ ਦੀ ਉਹ ਉਡੀਕਦੀ ਹੋਗੀ ਵਿਚਾਰੀ ਤੇ ਨਾਲੇ ਸਾਰਾ ਟੱਬਰ ਲੈ ਕੇ ਜਾਇਓ ਵਿਆਹ ਤੇ ਲੈ ਜਾਵਾਂਗੇ ਮਸਾਂ ਮਸਾਂ ਪੰਜਾਬ ਦਾ ਵਿਆਹ ਮਿਲਿਆ ਦੇਖਣ ਨੂੰ ਸਤਿ ਸ੍ਰੀ ਅਕਾਲ ਤਾਇਆ ਵੀ ਫੁੱਟ ਦੂਰ ਹੈ ਵੀ ਫੁੱਟ ਨਹੀਂ ਤਾਇਆ ਮੈਂ ਤਾਂ ਮਾਫੀ ਮੰਗਣ ਆਇਆ ਤੇ ਪੈਸੇ ਆ ਕਿਰਾਇਆ ਨਹੀਂ ਤਾਇਆ ਇਹ ਤਾਂ ਉੜਾ ਮਰੀ ਧਰਤੀ ਤੇ ਪੈਣ ਵਾਲੀ ਉਹ ਪਹਿਲੀ ਬੂੰਦ ਆ ਜਿਹਦੇ ਪੈਣ ਨਾਲ ਸ਼ਾਇਦ ਸਾਡੇ ਘਰ ਦਾ ਬਗੀਚਾ ਫੇਰ ਹਰਿਆ ਭਰਿਆ ਹੋ ਜੇ ਕੈਨੇਡਾ ਆਉਣ ਤੋਂ ਪਹਿਲਾਂ ਮੇਰੇ ਬਾਪੂ ਨੇ ਸਾਰੀ ਜ਼ਮੀਨ ਗਹਿਣੇ ਰੱਖ ਕੇ ਮੈਨੂੰ ਇੱਥੇ ਭੇਜਿਆ ਸੀ ਮੈਂ ਵੀ ਇੱਥੇ ਆ ਕੇ ਕੋਈ ਹੁੱਲੜਬਾਜੀ ਨਹੀਂ ਕੀਤੀ ਸਗੋਂ 18-18 ਘੰਟੇ ਦਿਨ ਰਾਤ ਕੰਮ ਕਰਕੇ ਕਈ ਕਈ ਦਿਨ ਭੁੱਖੇ ਰੱਖਿਆ ਰਕਮ ਜੋੜੀ ਹੈ ਤੁਹਾਡਾ ਕਿਰਾਇਆ ਤਾਂ ਤਾਇਆ ਮੈਂ ਫਿਰ ਵੀ ਦੇ ਦੂੰ ਪਰ ਮੇਰੀ ਆਹ ਮਾਨਤ ਮੇਰੇ ਘਰੇ ਪਹੁੰਚਾ ਦੇ ਸ਼ਾਇਦ ਸਾਡੀ ਜ਼ਮੀਨ ਬਚ ਜੇ ਨਹੀਂ ਤਾਂ ਬੈਂਕ ਵਾਲੇ ਸਾਡਾ ਟਰੈਕਟਰ ਲੈ ਜਾਣਗੇ ਤਾਇਆ ਕਿਵੇਂ ਲੈ ਜਾਣਗੇ ਤੇਰੇ ਤਾਏ ਦੇ ਹੁੰਦੇ ਟਰੈਕਟਰ ਦੱਸ ਕਿਵੇਂ ਲੈ ਜਾਣਗੇ ਓਏ ਆਪਣੇ ਬਾਪੂ ਨੂੰ ਲੈ ਜਾਓ ਟਾਈਮ ਨਾਲ ਜਿਵੇਂ ਸਾਰਿਆਂ ਕੋਲੋਂ ਪੈਸੇ ਫੜੀ ਜਾਂਦੇ ਨੇ ਦਿੱਲੀ ਏਅਰਪੋਰਟ ਤੇ ਫੜਿਆ ਜਾਣਾ ਹੀ ਲਵੀ ਕਿੱਥੇ ਆ ਕਿੱਥੇ ਆ ਲਵੀ ਸੈਫੀ ਤੂੰ ਮੇਰੇ ਨਾਲ ਗੁੱਸੇ ਕਾਤੋਂ ਆ ਮੈਨੂੰ ਨਾ ਬੁਲਾ ਤੂੰ ਮੈਨੂੰ ਛੱਡ ਕੇ ਪੰਜਾਬ ਜਾ ਰਿਹਾ ਹੁਣ ਮੈਂ ਕਿੱਦੇ ਨਾਲ ਖੇਡਿਆ ਕਰੂੰਗੀ ਮੈਂ ਨਾ ਉੱਥੋਂ ਤੇਰੇ ਲਈ ਡਾਇਜ਼ ਲੈ ਕੇ ਆਊਂਗਾ ਖੜਾਉਣੇ ਇੱਥੇ ਵੀ ਤਾਂ ਮਿਲਦੇ ਆ ਹਾਂ ਮੈਂ ਤੇਰੇ ਲਈ ਚਾਕਲੇਟ ਲੈ ਕੇ ਆਊਂਗਾ ਤੋਂ ਬਹੁਤ ਸਾਰੇ ਆ ਆਈਡੀਆ ਮੈਂ ਨਾ ਤੇਰੇ ਲਈ ਆਟੇ ਦੀ ਚਿੜੀ ਲੈ ਕੇ ਆਊਂਗਾ ਉਹ ਬਾਹਲੀ ਸੋਹਣੀ ਹੁੰਦੀ ਆ ਉਹਦੀ ਸੋਨੇ ਦੀ ਚੁੰਝ ਹੁੰਦੀ ਆ ਵਿਸਾਖੀ ਦੀਆਂ ਸੁਨਹਿਰੀ ਕਣਕਾਂ ਵਰਗੀ ਉਹਦੇ ਪਰ ਹੁੰਦੀ ਆ ਪ੍ਰੋਮਿਸ ਪੱਕਾ ਪ੍ਰੋਮਿਸ
आटे की जड़ी भी कोई भुलने वाली चीज है। हम नहीं तोड़ेंगे तोड़ेंगे दम मगर तेरा साथ ना छोड़ेंगे। ओ काका ये कार है कि गड्डा दबदे थोड़ी जी टूट गई दोस्त ਇਹਨੇ ਦਬਣੂ ਕਿਨੇ ਗਿਆ ਸੀ ਡੰਗਰ ਕੋਈ ਓ ਮਾਈ ਗੋਡ ਜਾ ਕੇ ਦੇਖੋ ਕੀ ਹੋਇਆ ਓ ਮੇਰਾ ਯਾਰ ਮਾਰਤਾ ਓਏ ਲੱਕੋ ਅਸੀਂ ਪੱਟੇ ਗਏ ਓਏ ਮੇਰਾ ਗਰੀਬ ਯਾਰ ਕੀ ਹੋ ਗਿਆ ਲੱਗਦਾ ਦਿਲ ਪਾਟ ਗਿਆ ਵਿਚਾਰੇ ਦਾ ਓਏ ਉਹਨੂੰ ਦਿਸਿਆ ਨਹੀਂ ਕੋਈ ਨਹੀਂ ਗੱਲ ਸੁਣੋ ਆਧਾਰ ਕਾਰਡ ਹੈਗਾ ਕਿਉਂ ਕੰਮ ਆਊ ਵੀਰੇ ਜਮਾਨਤ ਵਾਲਾ ਕੀ ਚੱਕਰ ਹੈ ਚੱਕਰ ਤਾਂ ਉਦੋਂ ਪਤਾ ਲੱਗੂ ਜਦੋਂ ਜਾ ਸਾਹਿਬ ਨੇ ਤੁਹਾਡੇ ਕਚਹਿਰੀਆਂ ਦੇ ਚੱਕਰ ਤੇ ਚੱਕਰ ਦੇ ਚੱਕਰ ਤੇ ਚੱਕਰ ਦੇ ਚੱਕਰ ਤੇ ਚੱਕਰ ਕੜਾ ਕੇ ਤੁਹਾਡਾ ਚੱਕਰ ਚੁੰਡਾ ਬਣਾਤਾ ਕੀ ਭਗਾਈ ਮਰੀ ਜਾਣਾ ਯਾਰ ਹੁਣ ਦੇਖੀ ਇਹਦੀ ਲਾਸ਼ ਚੌਂਕ ਚ ਰੱਖ ਕੇ ਚੱਕਾ ਦਾਮ ਕਰੂ ਚੱਕਾ ਰੁਕੋ ਪਹਿਲਾਂ ਤੁਹਾਡੀ ਵੀਡੀਓ ਤਾਂ ਬਣਾ ਲਾ ਬਿੱਚ ਪਾਲਾ ਫਿਰ ਉਹੀ ਗੱਲਾਂ ਯਾਰ ਪੈਸੇ ਲੈ ਲਓ ਵੀਰ ਦੀ ਨੂੰ ਰੱਖਣੀ ਬਣਦੀ ਰਹੀ ਉਹਨੂੰ ਹਾਏ ਵਾ ਰੱਬਾ ਓਏ ਗਰੀਬਾਂ ਨੂੰ ਪੈਸਿਆਂ ਨਾਲ ਖਰੀਦਣ ਲੱਗੇ ਨੇ ਅਸੀਂ ਗਰੀਬ ਜ਼ਰੂਰ ਆ ਪਰ ਬਕਾਊ ਨਹੀਂ ਹੈਗੇ ਅਸੀਂ ਆਪਣੀਆਂ ਜ਼ਮੀਨਾਂ ਵੇਚ ਦਿੰਦੇ ਆ ਪਰ ਜ਼ਮੀਰ ਨਹੀਂ ਪਰ ਇੰਨੇ ਕੁ ਨਾਲ ਤਾਂ ਹੱਡ ਗੋਡੇ ਵੀ ਨਹੀਂ ਠੀਕ ਹੋਣੇ ਭੈਣ ਜੀ ਯਾਰ ਬਹੁਤ ਆ ਹੁਣ ਮੇਰਾ ਬਲਤ ਬੁਲਟ ਦੇ ਡੰਡੇ ਬੰਦ ਕਰਾਉਣੀ ਬਹੁਤ ਔਖੀ ਮੈਨੂੰ ਆਉਂਦੀ ਆ ਭੈਣ ਜੀ ਗਿਣਤੀ ਤਾਂ ਮੈਨੂੰ ਸਾਰੀ ਆਉਂਦੀ ਆ ਮੈਂ ਤੁਹਾਨੂੰ ਕਿਹਾ ਨਾ ਦੇਈ ਜਾਂ ਨਸ਼ੜੀ ਬੰਦੇ ਮੇਰੀ ਭੈਣ ਸਿਆਣੀ ਲੱਗਦੀ ਹੈ ਨਾ ਜੀਜਾ ਜੀ ਜਾ ਤੂੰ ਬਖਸ਼ ਤਾਂ ਭਾਣ ਕਰਕੇ ਤੁਹਾਨੂੰ ਚਲੋ ਕੋਈ ਇੰਨਾ ਚਿਰ ਕਿਉਂ ਲਾਤਾ ਜਦੋਂ ਮੈਂ ਪਿੰਡ ਦਾ ਸਰਪੰਚ ਹੁੰਦਾ ਸੀ ਇੰਨੇ ਜਿੱਤ ਮੈਂ 150 ਮਸਲੇ ਹੱਲ ਕਰ ਦਿੰਦਾ ਸੀ ਅੱਧੇ ਘੰਟੇ ਦਾ ਬਾਪੂ ਉਹਦਾ ਪੱਗ ਵਾਲਾ ਮਸਲਾ ਤਾਂ ਸੂਤ ਨਹੀਂ ਹੋਇਆ ਹੈਲੋ ਉਸਤਾਦ ਪੰਜ ਗੜਾ ਵਿਆਹ ਇਕੱਠੇ ਕਰਦਾ ਅੱਜ ਨਾਲੇ ਕੁਆਂਟਿਟੀ ਦਾ ਕੁਆਲਿਟੀ ਵਿੱਚ ਫਰਕ ਨਹੀਂ ਹੋਣਾ ਚਾਹੀਦਾ ਮੇਰੇ ਵੀਰ ਨਗਦ ਦਵਾਂਗੇ ਪੈਸੇ ਦੀ ਪਰਵਾਹ ਕੋਈ ਨੀ ਪਤੀਆ ਤੈਨੂੰ ਉਸਤਾਦ ਅੱਜ ਜੇ ਇਹ ਆਪਣੇ ਹੱਡਕੇ ਨਾ ਨਾ ਚੜਦੇ ਅੱਜ ਬੁਲਟ ਵਿਕ ਜਾਂਦਾ ਆਪਣਾ ਸਨੀ ਵਿਕਜੂ ਬੁਲਟ ਨਹੀਂ ਵਿਕਦਾ ਦਾਦੂ ਤੁਸੀਂ ਤਾਂ ਕਿਹਾ ਸੀ ਪੰਜਾਬ ਚ ਪੰਜਾਬੀ ਪਹਿਲੇ ਨੰਬਰ ਤੇ ਲਿਖੀ ਹੁੰਦੀ ਆ ਇੱਥੇ ਤਾਂ ਤੀਜੇ ਤੇ ਲਿਖੀ ਹੋਈ ਆ ਓ ਕੋਈ ਨੀ ਪੁੱਤ ਗਲਤੀ ਹੋ ਜਾਂਦੀ ਆ ਕਦੇ ਕਦੇ ਹੋ ਜੂ ਠੀਕ ਹੈ ਠੀਕ ਹੈ ਇਹ ਪੰਜਾਬੀ ਕੁਝ ਜ਼ਿਆਦਾ ਨਹੀਂ ਮੌੜ ਹੋ ਗਏ ਕਿਉਂ ਉੱਥੇ ਆਪਣੇ ਕੋਲੋਂ ਗੱਡੀ ਦੀਆਂ ਕਿਸ਼ਤਾਂ ਨਹੀਂ ਦੇਈ ਹੁੰਦੀਆਂ ਇੱਥੇ ਗੱਡੀ ਨਾਲ ਕੱਟਾ ਬਣੀ ਫਿਰਦੇ ਆ ਨਾ ਨਾ ਗੱਡੀ ਨਾਲ ਕੱਟਾ ਨਹੀਂ ਕੱਟੇ ਨਾਲ ਗੱਡੀ ਬਣੀ ਹੋਈ ਪੁੱਛੋ ਕਿੰਨਾ ਟਾਈਮ ਲੱਗੂਗਾ ਕਾਹਤੋਂ ਟਾਈਮ ਚੱਕਿਆ ਕੋਈ ਆ ਵੀ ਰਿਹਾ ਕਿ ਨਹੀਂ ਓਏ ਪੁੱਤ ਵੈਲਕਮ ਦੀਆਂ ਤਿਆਰੀਆਂ ਸ਼ਿਆਰਿਆਂ ਨੂੰ ਟਾਈਮ ਤਾਂ ਲੱਗੀ ਜਾਂਦਾ ਦੇਖ ਜਦੋਂ ਆ ਕੇ ਮੈਨੂੰ ਸਾਰਿਆਂ ਨੇ ਮੋਢਿਆਂ ਤੇ ਚੱਕ ਲਿਆ ਨਾ ਫਿਰ ਕਿਵੇਂ ਢੋਲ ਵੱਜਦਾ ਤੇ ਭੰਗੜੇ ਪੈਂਦੇ ਆ ਬਿਲਕੁਲ ਮੈਥੋਂ ਨੀ ਭੰਗੜੇ ਪੈਂਦੇ ਸਟ੍ਰੈਸ ਢੋਲ ਦੀ ਬੀਟ ਮਾੜੀ ਜੀ ਵੈਸਟਰਨ ਰੱਖ ਲਿਓ ਮਾੜਾ ਜਿਹਾ ਕੋਸਟਿਊਮ ਸ਼ਵਾਰ ਹੈ ਇੱਧਰ ਸਹੁਰੇ ਸਾਹਮਣੇ ਨੂੰ ਨੱਚਦੀ ਚੰਗੀ ਲੱਗੂ ਇਹਨੂੰ ਕਸੇ ਟੱਕ ਕੇ ਰੱਖੇ ਮੈਂ ਕਹਿਣਾ ਹੁਣੇ ਚੁੰਨੀ ਲੈ ਲੈਂਦੇ ਇਹਨਾਂ ਨੇ ਕਿਹਾ ਕੀ ਪਿੰਡ ਹੈ ਨਾ ਲੈਂਦੀ ਹੈ ਚੜਾਈ ਦੇਖੀ ਪਰ ਕਿਹਾ ਹੀ ਤੈਨੂੰ ਮੂੰਹ ਫਿਰੀ ਜਾਣੇ ਉੱਥੇ ਉਹ
ਥੋੜਾ ਜਿਹਾ ਤਿਆਰ ਆ, ਸਟੈਪ ਕਰਨਾ ਬਰੋਬਰ ਆਵੇ ਤੇਰਾ, ਆ ਜਾ। ਚਲੋ ਭਾਈ ਖੜੋ, ਹੁਣ ਤਾਂ ਚੁੰਨੀ ਬਣਦੀ ਆ ਨਾ ਸਿਰ ਤੇ, ਲੈ ਲੋ। ਐ ਸਤਿ ਸ਼੍ਰੀ ਅਕਾਲ ਦੋਸਤੋ, ਐ ਸੋਰੀ ਸਵੇਰ ਦਾ ਮੈਂ ਲਾਈਵ ਨਹੀਂ ਹੋ ਪਾਇਆ ਕਿਉਂਕਿ ਐਕਚੁਅਲੀ ਆਈ ਹੈਵ ਟੂ ਕਵਰ ਦਿਸ ਸਪੈਸ਼ਲ ਇਵੈਂਟ ਫੋਰ ਯੂ ਆਲ। ਓਏ ਪੁੱਤ, ਪੁੱਤ ਕੀ ਹੁੰਦਾ? Myself Future Singh. Future kuch tundla tundla nahi lag raha? Dude, apne khopla ke na mama unhonu dabo taki unhonu future clear clear dikhe. Ab baddi puchho jaldi ki puchna, actually I have to cover Antim Addas. Eh mar kaun gaya? Pata nahi tanu, virse ka prem mar gaya. Dude, insta te ho tusi? Na ਡਾਊਨਲੋਡ ਕਰੋ ਤੇ ਮੈਨੂੰ ਫੋਲੋ ਕਰੋ ਕਿਉਂਕਿ ਆਉਣ ਵਾਲਾ ਟਾਈਮ ਬਾਈ ਦਾ। ਓਏ ਗਿੰਡੇ ਚੁੱਪ, ਸ਼ੁਕਰ ਲਾਈਵ ਨਹੀਂ ਸੀ। ਵੈਸੇ ਦਾਦੂ ਇਹ ਨੱਚਦੇ ਕਿਉਂ ਸੀ? ਪੁੱਤ ਇਹਨੂੰ ਭਗਵਾਨ ਕਹਿੰਦੇ ਆ। ਅੱਛਾ, ਜਦੋਂ ਕੋਈ ਘਰ ਦਾ ਬਜ਼ੁਰਗ ਮਰ ਜਾਂਦਾ ਨਾ ਤਾਂ ਉਹਦੇ ਘਰ ਵਾਲੇ ਅਹੀਂ ਭੰਗੜਾ ਪਾਉਂਦੇ ਨੇ। ਫਿਰ ਇਹਦਾ ਮਤਲਬ ਜਦੋਂ ਤੁਸੀਂ ਮਰੋਗੇ ਅਸੀਂ ਵੀ ਭੰਗੜਾ ਪਾਵਾਂਗੇ। ਚੁੱਪ, ਹੁਣ ਚੱਲੋਗੇ ਤੇ ਮੋਢਿਆਂ ਤੇ ਜਾਣਾ। ਸ਼ੂਟਿੰਗ ਤਾਂ ਹੁਣ ਵੈਸੇ ਵੀ ਨਹੀਂ ਹੋਣੀ ਜੀ। ਕਿਉਂ ਨਹੀਂ ਹੋਗੀ? ਮਾਲਕ ਆ ਗਏ ਜੀ। ਤਾਂ ਤੁਮ ਕੌਣ ਹੋ? ਮੈਂ ਤੁਹਾਡਾ ਦਾਸ, ਤੁਹਾਡੇ ਚਰਨਾਂ ਦੀ ਧੂੜ, ਤੁਹਾਡਾ ਗੁਲਾਬ। ਸੋ ਪਹਿਲਾਂ ਬਿਹਾਰ ਤੋਂ ਭੁੱਖਾ ਮਰਦਾ ਮੇਰਾ ਬਾਪ ਆਇਆ ਸੀ ਜੀ ਤੁਹਾਡੇ ਕੋਲੇ, ਕਈ ਸਾਲਾਂ ਤੋਂ ਦਾਸ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਜੀ। ਤੂੰ ਕਹਿਣਾ ਕੀ ਚਾਹੁੰਦਾ ਹੈ? ਬਸ ਮਾਫੀ ਦੇ ਦਿਓ ਜੀ। ਉਹ ਮਾਫੀ ਦਾ ਲੱਗਦਾ ਪਹਿਲਾਂ ਦੱਸ, ਹਵੇਲੀ ਦਾ ਜਲੂਸ ਕਿਉਂ ਕਢਾਇਆ ਤੂੰ? ਜਲੂਸ ਤਾਂ ਜਨਾਬ ਪਹਿਲਾਂ ਨਿਕਲਿਆ ਹੋਇਆ ਸੀਗਾ ਜੀ, ਕਬੂਤਰਾਂ ਨੇ ਬਿੱਠਾ ਕਰ ਕਰਕੇ ਇੰਨਾ ਢੇਰ ਲਾ ਰੱਖਿਆ ਸੀ ਜੀ, ਮੈਂ ਤਾਂ ਕਰਾ ਲਾ ਕੇ ਸਾਫ਼ ਕਰਾਈਆਂ ਨੇ ਜੀ। ਇਹ ਤਾਂ ਜਿਉਂਦੇ ਰਹਿਣ ਜੀ ਫਿਲਮਾਂ ਵਾਲੇ, ਜਿਨ੍ਹਾਂ ਨੇ ਕਲੀ ਕੁਚੀ ਕਰਕੇ ਤੁਹਾਡੀ ਹਵੇਲੀ ਚਮਕਾਤੀ। ਗੱਲ ਸੁਣੋ, ਤੂੰ ਮੈਨੂੰ ਲੈਣ ਕਿਉਂ ਨਹੀਂ ਆਇਆ? ਪਿਛਲੇ 15 ਸਾਲਾਂ ਤੋਂ ਤੁਸੀਂ ਲੰਡੂ ਜੇ ਪੈਗ ਲਾ ਕੇ ਮੈਨੂੰ ਰੋਜ਼ ਫੋਨ ਕਰਦੇ ਹੁੰਦੇ ਸੀ ਵੀ ਮੈਂ ਕੱਲ ਨੂੰ ਆ ਰਿਹਾ, ਆਉਂਦੇ ਹੈ ਨਹੀਂ ਸੀ, ਬਸ ਯਕੀਨ ਹੀ ਨਹੀਂ ਰਿਹਾ ਜੀ ਤੁਹਾਡੇ ਤੇ। ਐਤਕੀ ਮੈਂ ਜਦੋਂ ਤੈਨੂੰ ਫੋਨ ਕੀਤਾ ਤੜਕਾ ਸੀ ਉੱਥੇ, ਮੇਰੀ ਪੀਤੀ ਹੋਈ ਨਹੀਂ ਸੀ, ਇੱਥੇ ਤਾਂ ਸ਼ਾਮ ਸੀ ਜੀ, ਫਿਰ ਮੈਂ ਪੀਲੀ ਹੋਣੀ, ਮਾਫੀ ਦੇ। ਹੁਣ ਤੂੰ ਇਹਨਾਂ ਨੂੰ ਇੱਥੋਂ ਕੱਢ ਦੇ ਕਿ ਨਹੀਂ, ਜਾਂ ਮੈਂ ਖੁੰਡਾ ਫੇਰਾਂ? ਨਾ ਜੀ, ਐ ਨਾ ਕਰੋ ਜੀ, ਦੇਖੋ ਇਹ ਵੀ ਵਿਰਸੇ ਤੇ ਫਿਲਮ ਬਣਾ ਰਹੇ ਨੇ ਜੀ, ਤੁਸੀਂ ਨੀ ਚਾਹੁੰਦੇ ਵੀ ਆਪਣਾ ਵਿਰਸਾ ਬਚਿਆ ਰਹੇ ਜੀ? ਦੇਖੋ ਜੀ, ਆ ਜਿਹੜੀ ਤੁਸੀਂ ਪੱਗ ਬੰਨਣੀ ਸਿਖਾਈ ਸੀ ਉਹਦਾ ਹੀ ਵਾਸਤਾ, ਨਹੀਂ ਤਾਂ ਬਾਹਲੀ ਬੇਇੱਜ਼ਤੀ ਹੋ ਜੂਗੀ ਜੀ ਮੇਰੀ। ਫਿਰ ਦਿਨ ਨਿਕਲ ਤੋਂ ਪਹਿਲਾਂ ਇਹਨਾਂ ਨੂੰ ਇੱਥੋਂ ਤੋੜ ਦੇ। ਸਵੇਰੇ ਸਿੱਖ ਬੋਲਦੇ ਨਾਲ ਹੀ ਕਰ ਦੂੰਗਾ ਜੀ, ਜਮਾ ਵਿਹਲੀ ਮਿਲੂਗੀ ਜੀ ਤੁਹਾਨੂੰ ਕੋਠੀ, ਠੀਕ ਹੈ ਜੀ? ਮੰਨ ਗਏ ਜੀ, ਤੁਸੀਂ ਕਰ ਲਈ ਜੀ ਸ਼ੂਟਿੰਗ? ਜੋ ਬੋਲੇ ਸੋ ਨਿਹਾਲ, ਗਣਪਤੀ ਬੱਪਾ, ਮੰਗਲ ਮੂਰਤੀ। ਪਾਲੀ ਜੱਟ ਮੈਂ ਪੁੱਤਾਂ ਵਾਂਗੂ ਪਾਲੀ।
ਕਦੇ ਮੁੱਛ ਨਾ ਕੰਬਲੀਏ ਨਿੰਦ ਦੀਓ ਪੁੱਤਾਂ ਵਾਂਗੂ ਪਾਲੀ ਅੱਤ ਮੈਂ ਕਦੇ ਮੁੱਛ ਨਾ ਕੰਬਲੀਏ ਨਿੰਦ ਦੀਓ ਪੁੱਤਾਂ ਵਾਂਗੂ ਪਾਲੀ ਅੱਤ ਮੈਂ ਜੱਟੀ ਤੇਰੀ ਵੈਨ ਵੇ ਹਿਸਾਬ ਸੋਹਣਿਆ ਤੱਕਣੀ ਕਿਉਂ ਤੇਰੀ ਆ ਖਰਾਬ ਸੋਹਣਿਆ ਉਹ ਤੋਂ ਅੱਧੀ ਆ ਫਿਰੇ ਤੱਕ ਡੱਕਦਾ ਉਹ ਬੋਲੀ ਤੇਰੀ ਸ਼ਹਿਦ ਵਰਗੀ ਮੁੱਛਰ ਰੱਖ ਕੇ ਵੈਲੀ ਜਾਂ ਲੱਗਦਾ ਬੋਲੀ ਤੇਰੀ ਸ਼ਹਿਦ ਵਰਗੀ ਮੁੱਛਰ ਰੱਖ ਕੇ ਵੈਲੀ ਜਾਂ ਲੱਗਦਾ ਬੋਲੀ ਤੇਰੀ ਸ਼ਹਿਦ ਵਰਗੀ ਤੈਨੂੰ ਕਿਵੇਂ ਪਤਾ ਹੋਏ ਤਾਇਆ ਸੰਦੋਖ ਰਾਤੀ ਮੇਰੇ ਸੁਪਨੇ ਚ ਆਇਆ ਸੀ ਉਹ ਤਾਂ ਆਪ ਕਹਿੰਦਾ ਸੀ ਨਰਕਾਂ ਚ ਬੜੀ ਭੀੜ ਆ ਮੈਂ ਤਾਂ ਆਪ ਕਹਿੰਦੇ ਬੈਠਾ ਵਿਰਸਾ ਚੋਂ ਕਿਵੇਂ ਆ ਬਸ ਆਖਰੀ ਸਾਹਾਂ ਦੀ ਆ ਜੀ ਉਹ ਹੈ ਕਿੱਥੇ ਇੱਥੇ ਕਿਤੇ ਡੰਗਰ ਵਾਲੇ ਵਾੜੇ ਚ ਲਾਇਆ ਪਿਆ ਹੋਣਾ ਖੂੰਜੇ ਕਿਵੇਂ ਆ ਵਿਰਸਾ ਸਿਆ ਤਕੜਾ ਉਹ ਤਾਇਆ ਤਕੜੇ ਨੂੰ ਇਹਨੇ ਕੋਲ ਲੱਗਣਾ ਓਏ ਇਹਨੂੰ ਡੰਗਰ ਵਾਲੇ ਸਿੱਟੇ ਧੁੱਪ ਚ ਉਧਰ ਕੋਠੀ ਚ ਨੀ ਪਾਇਆ ਉਹ ਤਾਇਆ ਜੀ ਬਥੇਰਾ ਕਹਿੰਦੇ ਇਹਨੂੰ ਆ ਪੁਰਾਣੀਆਂ ਚੀਜ਼ਾਂ ਦਾ ਮੋਹ ਆ ਇਹ ਮੰਡਾ ਕਹਿਣਾ ਸਾਡਾ ਵੈਸੇ ਵੀ ਨਵੀਆਂ ਕੋਠੀਆਂ ਚ ਪੁਰਾਣਾ ਸਮਾਨ ਜੱਚਦਾ ਹੀ ਕਿੱਥੇ ਆ ਜੀ ਉਹ ਤਾਂ ਜਮਾ ਹੀ ਰਹਿ ਗਿਆ ਕੁਛ ਖਾਂਦਾ ਪੀਂਦਾ ਜੀ ਕਿ ਨਹੀਂ ਉਹ ਤਾਇਆ ਡੇਲੀ ਬਰਗਰ ਪੀਜ਼ਾ ਖਵਾਈਦਾ ਯਾਰ ਬਚਾਲੋ ਬਚਾਲੋ ਓਏ ਮੂਰਖਾ ਤਾਂ ਤਾਂ ਇਹ ਹਾਲ ਹੋਇਆ ਇਹਨੂੰ ਪੀਜ਼ੇ ਬਰਗਰ ਨਹੀਂ ਸਰੋਂ ਦਾ ਸਾਗ ਮੱਕੀ ਦੀ ਰੋਟੀ ਦੁੱਧ ਦਹੀਂ ਮੱਖਣ ਕਿਉਂ ਖਵਾਓ ਦੇਖੋ ਕਿਵੇਂ ਨੌਂ ਵਰਨਾ ਹੁੰਦਾ ਹੈ ਨਾਲੇ ਪੀਜ਼ਾ ਬਰਗਰ ਖਵਾਉਣ ਨੂੰ ਇਹ ਬਲੈਤੋਂ ਆਇਆ ਰਾਈਟ ਬਚਾਲੋ ਬਚਾਲੋ ਇਹ ਉਮਰ ਬਚਣ ਦੀ ਨਹੀਂ ਨਾਮ ਜਪਣ ਦੀ ਹੈ ਬਾਪੂ ਜੀ ਉਹ ਭਾਈ ਇਹ ਆਪਣੇ ਆਪ ਨੂੰ ਬਚਾਉਣ ਦੀ ਗੱਲ ਨਹੀਂ ਕਰ ਰਿਹਾ ਇਹ ਤਾਂ ਕਲਚਰ ਨੂੰ ਬਚਾਉਣ ਦੀ ਗੱਲ ਕਰ ਰਿਹਾ ਹੁਣ ਤਾਂ ਕਲਚਰ ਕਹਿਣਾ ਵੀ ਸ਼ਰਤ ਹੈ ਇਹਨੇ ਬਸ ਬਚਾ ਲੋ ਇਹੋ ਕਹੀ ਜਾਂਦਾ ਬਸ ਉਦੋਂ ਦੇ ਕਲਚਰ ਬਚਾਉਣ ਚ ਲੱਗੇ ਆ ਤਾਇਆ ਦੇਖ ਲਾ ਪਰਚੀਆਂ ਕੱਢਦੇ ਫਿਰਦੇ ਪਰ ਇੱਕ ਗੱਲ ਆ ਤਾਇਆ ਤੁਹਾਡੇ ਵਰਗੇ NRI ਭਰਾਵਾਂ ਦਾ ਸਾਥ ਹੋਣਾ ਚਾਹੀਦਾ ਫਿਰ ਸ਼ਾਇਦ ਵਿਰਸਾ ਬਚ ਜਾਏ ਵਿਰਸਾ ਪਰਚੀਆਂ ਕੱਟਣ ਨਾਲ ਨਹੀਂ ਬਚਦਾ ਸਾਂਭ ਸੰਭਾਲ ਨਾਲ ਬਚਦਾ ਬਚਾ ਲੋ ਇਹ ਦੇਖੀ ਸਰਦਾਰ ਜੀ ਇਹ ਤਾਂ ਕਹੀ ਜਾਲਾ ਬੇਨਾ ਇਧਰ ਆ ਇੱਕ ਰੋ ਕਹੀ ਜਾਲਾ ਮੋਹਨੀ ਮੋਹਨੀ ਗੁੱਡ ਠੀਕ ਬੋਲਾ ਤੂੰ ਤਾਂ ਬਹੁਤ ਚਲਾਕ ਬਾਰ ਹੈ ਇਹ ਕਾ ਨਾਮ ਤਾਂ ਮਾਲੂਮ ਹੋਣਾ ਕਾ ਬਾ ਇੱਕ ਰੋ ਕਹੀ ਜਾਲਾ
भालू 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 नहीं रे पालू भालू रे भालू नहीं पालू कहते है रे। लल्ला एक नाम जाना था ना नहीं जाना था की जो है एक नाम है जाता कहा पहले चक्की कहने बिल्कुल सही बोले हैं और ये सब जो है ना ये है तुहार बिरसा और हमारे सरदार जी है ना वो संभाल के रखे है तुहार बिरसा उतर की तो लगता खंडियाले सरदार जी ने बिरसा आ की है ये जो है ना एक नाम बा चंदू बेबी आलू वाले परौंठे बना के दही ये कौन भाषा में बात कर रहा है भोजपुरी में काहे नहीं बोलता अपना भाषा में ओ पुत्र भोजपुरी क्या हुन जदों इन्होंने रहना ही इत्थे है बोलन दो पंजाबी आही तो मैं कह कह के थक गई कि लवी नु अंग्रेजी सीखन दो रहना तो उन्हें कनेडा च आ है ना झोटे मुहरे सरंगे भी आउंदा फायदा कोई ओ पुत्र मुहावरा गलत करी जाना मैं सगे बीन हुंदी है चल तू तैयार हो आपा शहर घूम के आने लवी तैयार हो जा चलिए मैं नहीं जांदा थोड़े ना शहर शहर घूमना मैं जाऊं मेरे दादू नाल घूमने पिंड क्या दादू अच्छा वैस निकल गया तेरे थों दस की गल में चलो जो मैं तेरे किस्ता हुंदा सी ना आपदे दादे दे मोढ़ियां ते बैठ के पहला जगीर ओदी पट्ठी ते जाके दाणे बनाउणे फिर चपणे फिर उत्थों चले जाना सच च सत जवाबे ने बहुत तंग करना भी उसे बड़े बड़े बैठे हुए जी खास उतो फिर राम सिंह बाबे की दुकान ते जाके उतो मरूंडा लेके खाना मरूंडा मरूंडा चप के फिर तेरे अर्ग जवाके मैं करके कट जा उन्होंने नाल लेके फिर मैं चलिया जाना भाई टूबे से टूबे ते जाके मैसा दिया पूछा फड़ के कदे सिंह मरूड़िया ने आए फुर स्कूटरी बना लेना मैं तो फिर टूबे छाला मार मार सारी दिहाड़ी नहाई जाना दिखा देना ਦਾਦੂ ਇੱਥੇ ਨਾ ਤੁਸੀਂ ਇੱਥੇ ਲੜੇ ਨਾ ਆਇਓ ਮੇਰੇ ਗੰਦੇ ਪੰਜਾਬ ਦਾ ਪਾਣੀ ਤਾਂ ਬਹੁਤ ਸਾਫ਼ ਸੁਥਰਾ ਹੁੰਦਾ ਸੀ ਕੀ ਹੋ ਗਿਆ ਇਹਨੂੰ ਮਿਨਰਲ ਵਾਟਰ ਪੀਓਗੇ ਭੱਜੇ ਤੋਂ ਮੇਰਾ ਰਗੜ ਜਾਂਦਾ ਜਿਹੜਾ ਪਾਣੀ ਦੀ ਪਿਆਸ ਲੱਗੀ ਹੈ ਥੱਕ ਜਾ ਓਏ ਲੈ ਐ ਕਾਤੇ ਕਰਦੀ ਐ ਤੁਰਦੀ ਤੁਰਦੀ ਥੱਕ ਗਈ ਤਾਂ ਕਰਦੀ ਆ ਯਾਰ ਹੁਣ ਤੂੰ ਥੱਕ ਗਈ ਤੇ ਮੇਰਾ ਕੀ ਕਸੂਰ ਹੈ ਤੁਹਾਡਾ ਕੋਈ ਕਸੂਰ ਨਹੀਂ ਕਸੂਰ ਤੁਹਾਨੂੰ ਜੰਮਣ ਵਾਲੇ ਦਾ ਹੈ ਜਿਹੜੇ ਅੱਖ ਧਾਰਾ ਖਰੀਦਿਆ ਹਟੋ ਤਾਰਾ ਖੜੂਰਣਾ ਕਿਹਨੂੰ ਵੀ ਤੋਂ ਵਧਾ ਦੀ ਰੇਸ ਗੁੱਸਾ ਕਰਦੀ ਆ ਇਹ ਚੱਲ ਪਤਾ ਚੱਲ ਮੇਰੇ ਬਾਪੂ ਦੀ ਐਵੇਂ ਸੁੱਕੇ ਉਹ ਕਾਕਾ ਇੱਥੇ ਇੱਕ ਪੱਠੀ ਹੁੰਦੀ ਸੀ ਦਾਣੇ ਭੁੰਨਣ ਵਾਲੀ ਪੱਠੀ ਭੁੱਠੀ ਦਾ ਹੈ ਨੀ ਪੱਠਾ ਇਹ ਲਾਉਣਾ ਪੱਠੀ ਭਾਲਦਾ ਜੂਟ ਪੌਪਕੋਰਨ ਖਾਏਗਾ ਓਏ ਫਿਰ ਨਿਆਣਾ ਬੜ ਜਾਣਾ ਹਜੇ ਤੂੰ ਫਿਰ ਡਫਲੀ ਲੈ ਫੜਾ ਲਈ ਚੱਕ ਪੌਪਕੋਰਨ ਕਨੇਡਾ ਤੋਂ ਮੈਂ ਪੌਪਕੋਰਨ ਖਾਣਾ ਹੈ ਮੈਂ ਤੈਨੂੰ ਇੱਥੇ ਗੰਦਲਾਂ ਦਾ ਸਾਗ ਕਿੱਥੋਂ ਖਵਾ ਰਿਹਾ ਛੋਟੇ ਓ ਹੈਲੋ ਛੋਟੇ ਕੀ ਹੁੰਦਾ ਸੌਰੀ ਅੰਕਲ ਮਰੁੰਡਾ ਦਿਓ ਚੌਕਲੇਟ ਕੀ ਆ ਖਾਣੀ ਆ ਕੁਛ ਮਿੱਠਾ ਹੋ ਜਾਏ ਖਾ ਲਾ ਮਾੜਾ ਜਾ ਖਾ ਲਾ ਇਹਨਾਂ ਕਰਿਆ ਕਰ ਖਾ ਲਾ ਭੁੱਖ ਲੱਗੀ ਸੀ ਸਵਾਦ ਆ ਨਾ ਠੀਕ ਆ ਮੈਨੂੰ ਵੀ ਭੁੱਖ ਲੱਗੀ ਮਾੜੀ ਜੀ ਕੀ ਭੁੱਖ ਲੱਗੀ ਸੀ ਖਵਾ ਦਿੰਦੇ ਪੂਰਾ ਖਾ ਲੋ ਸਵਾਦ ਆ ਬੜਾ ਪਿਆਰ ਕਰਦੀ ਆ ਆ ਲੈ ਅਜੇ ਪੁੱਤ ਸਾਥੇ ਤੈਨੂੰ ਤਾਸ਼ਾ ਖੜਕਦੀਆਂ ਦਿਖਾਵਾਂ ਬੁੜੇ ਬੁੜੇ ਬੰਦੇ ਇੱਕ ਦੂਜੇ ਨੂੰ ਭਾਬੀ ਦੌਰ ਬਣਾ ਬਣਾ ਕੇ ਉਹ ਜੇਠ ਦੌਰ ਬਣ ਬਣ ਕੇ ਇੱਕ ਦੂਜੇ ਦੀ ਖਿੱਚੂ ਕਰਦੇ ਆ ਬਹੁਤ ਨਜ਼ਾਰਾ ਆਉ ਤੂੰ ਆ ਜਾ ਹੁਣ ਟਾਈਮ ਕਿੰਨਾ ਕੁ ਲੱਗੂ ਟਾਈਮ ਕਿਹੜਾ ਲੱਗਣਾ ਹਾਂ ਆ ਗਿਆ ਬਸ ਉਹ ਦਾਦੂ ਚੱਲੀਏ ਕਿ ਹੋਰ ਕਰਾਉਣੀ ਕੁੱਤੇ ਖਾਣੀ ਇਹ ਸੱਤ ਦੀਆਂ ਰੌਣਕਾਂ ਕਿੱਥੇ ਗਈਆਂ ਕਾਫੀ ਹਾਊਸ ਓ ਮਾਈ ਗੋਡ
ਯਾਰ ਅੱਜ ਵਿਆਹ ਤੋਂ ਬਾਅਦ ਪਹਿਲੀ ਵਾਰੀ ਤੈਨੂੰ ਇੰਨਾ ਖੁਸ਼ ਦੇਖਿਆ। ਬਹੁਤ ਚੰਗੀ ਲੱਗ ਰਹੀ ਆ। ਵਿਆਹ ਵਾਲੇ ਦਿਨ ਤਾਂ ਮੈਂ ਖੁਸ਼ ਸੀਗੀ ਨਾ, ਤੁਸੀਂ ਤਾਂ ਉਦਣ ਵੀ ਲੱਗਦੇ ਸੀ ਜਿਵੇਂ ਆਪਣੇ ਵਿਆਹ ਤੇ ਨਹੀਂ ਕਿਸੇ ਦੇ ਮਕਾਨ ਤੇ ਆਏ ਹੋਵੋ। ਅੱਛਾ ਗੱਲ ਦੱਸੋ, ਹਾਂਜੀ, ਤੁਹਾਨੂੰ ਜ਼ਿੰਦਗੀ ਚ ਸਭ ਤੋਂ ਜ਼ਿਆਦਾ ਖੁਸ਼ੀ ਕਦੋਂ ਹੋਈ ਸੀ? ਸੱਚ ਦੱਸਾਂ, ਜਦ ਮੈਂ ਛੋਟਾ ਹੁੰਦਾ ਸੀ ਨਾ ਤਾਂ ਬੇਬੇ ਨੇ ਰੋਂਦੇ ਨੂੰ ਚੁੱਪ ਕਰਾਉਣ ਵਾਸਤੇ ਆਟੇ ਦੀ ਚਿੜੀ ਫੜਾ ਦੇਣੀ, ਤੇ ਉਹ ਆਟੇ ਦੀ ਚਿੜੀ ਹੱਥ ਚ ਫੜ ਕੇ ਐ ਲੱਗਦਾ ਸੀ ਜਿਵੇਂ ਬੇਬੇ ਨੇ ਸਾਰੀ ਦੁਨੀਆਂ ਦੀਆਂ ਖੁਸ਼ੀਆਂ ਮੇਰੀ ਮੁੱਠੀ ਚ ਫੜਾ ਦੀਆਂ ਹੋਣ। ਅੱਜ ਆਪਣੇ ਕੋਲੇ ਕੋਠੀਆਂ, ਕਾਰਾਂ, ਸਭ ਕੁਛ। ਰੱਬ ਨੇ ਬਹੁਤ ਖੁਸ਼ੀਆਂ ਦਿੱਤੀਆਂ ਪਰ ਆਟੇ ਦੀ ਚਿੜੀ ਵਰਗੀ ਖੁਸ਼ੀ ਨਹੀਂ ਮਿਲੀ। ਇਹ ਗੱਲ ਤਾਂ ਹੈ, ਕਈ ਵਾਰ ਆਪਾਂ ਵੱਡੀਆਂ ਖੁਸ਼ੀਆਂ ਲੱਭਦੇ ਲੱਭਦੇ ਛੋਟੀਆਂ ਖੁਸ਼ੀਆਂ ਗਵਾ ਲੈਂਦੇ ਹਾਂ। ਅੱਜ ਕਿੰਨੇ ਟਾਈਮ ਬਾਅਦ ਆਪਾਂ ਇੱਕ ਦੂਜੇ ਨੂੰ ਮਹਿਸੂਸ ਕੀਤਾ। ਅੱਛਾ ਮੈਨੂੰ ਇੱਕ ਪ੍ਰੋਮਿਸ ਕਰੋ, ਅੱਜ ਤੋਂ ਬਾਅਦ ਅਸੀਂ ਵੱਡੀਆਂ ਖੁਸ਼ੀਆਂ ਪਿੱਛੇ ਨਹੀਂ ਛੋਟੀਆਂ ਖੁਸ਼ੀਆਂ ਪਿੱਛੇ ਪੜ ਜਾਂਗੇ। ਠੀਕ ਹੈ ਜੀ, ਜੋ ਹੋਗਾ। अरे दीदी जी, हम तो लिट्टी चोखा को बहुत याद आता है। यहाँ साग खा खा कर तो ना पूरा देह ही हरिहर हो गया है। ਨਵਾਬ ਹੋਵੇ ਆਪਣੀ ਪੰਜਾਬ ਹੋਵੇ ਘਰ ਦਾ ਸ਼ਰਾਬ ਹੋਵੇ। ਨਵਾਬ ਸਾਹਿਬ, ਇਹ ਪੰਜਾਬ ਤੁਹਾਡਾ ਕਦੋਂ ਤੋਂ ਹੋ ਗਿਆ? ਜਦੋਂ ਦੇ ਤੁਸੀਂ ਛੱਡ ਕੇ ਚਲੇ ਗਏ ਜੀ ਇਹਨੂੰ। ਹਾਂ ਗੁਲਾਬ, ਹਾਂਜੀ, ਅਸੀਂ ਤਾਂ ਪੰਜਾਬ ਛੱਡ ਗਏ ਪਰ ਸਾਡੇ ਪੰਜਾਬ ਨੇ ਸਾਨੂੰ ਨਹੀਂ ਛੱਡਿਆ। ਸਾਨੂੰ ਵੀ ਬਿਹਾਰ ਨਹੀਂ ਛੱਡਦਾ ਜੀ ਸਾਡਾ। ਓਏ ਤੂੰ ਆਇਆ ਕਰ, ਹੁਣ ਗੰਡਾ ਕੋਈ ਸਲੂਣਾ ਸਲਾਣਾ ਤਾਂ ਮੰਗਾ। ਰੇਸ਼ਮਾ, ਅਰੇ ਇਤਨਾ ਪਿਆਰ ਸੇ ਕਾਹੇ ਬੋਲਤ ਹੋ? ਜਾ ਗੰਡੇ ਲੈ ਗਿਆ। ਕਾਹੇ? ਤੁਹਾਰ ਹੱਥ ਟੁੱਟ ਗਿਆ ਹੈਗਾ। ਅਰੇ ਹੱਥ ਤੋਂ ਨਾ ਹੈ ਟੁੱਟਲ, ਤੁਹਾਰ ਹੱਥ ਕੇ ਖਾਏ ਸੇ ਸਵਾਦ ਵਸ ਦੁਗਨਾ ਹੋ ਜਾਤ ਹੈ। ਮੰਮਾ, ਗੁਲਾਬ ਅੰਕਲ ਹੁਰੇ ਆਪਣਾ ਦੇਸ਼ ਛੱਡ ਕੇ ਆਪਣੇ ਪੰਜਾਬ ਚ ਕਿਉਂ ਆਏ ਨੇ? ਪੁੱਤ ਜਿੱਥੋਂ ਦੇ ਉੱਥੇ ਗਰੀਬੀ ਬਹੁਤ ਆ, ਇਹ ਵਿਚਾਰੇ ਰੋਜ਼ੀ ਰੋਟੀ ਲਈ ਪੰਜਾਬ ਆਏ। ਮਤਲਬ ਆਪਣਾ ਪੰਜਾਬ ਅਮੀਰ ਹੈ? ਹਾਂ ਬਹੁਤ ਅਮੀਰ ਹੈ। ਦਾਦੂ ਆਪਾਂ ਅਮੀਰ ਆ? ਹਾਂ ਪੁੱਤ, ਆ ਦੇਖਦਾ ਐਡੀ ਵੱਡੀ ਹਵੇਲੀ, ਜ਼ਮੀਨ ਜਾਇਦਾਦ, ਨੌਕਰ ਚਾਕਰ, ਇਹ ਸਭ ਕੁਝ ਅਮੀਰਾਂ ਕੋਲ ਹੁੰਦਾ। ਫਿਰ ਆਪਾਂ ਕੈਨੇਡਾ ਕੀ ਡੋਕੇ ਲੈਣ ਗਏ ਸੀ? ਦੱਸ ਦੋ। ਹੈਲੋ ਸਰਪੰਚ, ਚੰਗੀ ਕੀਤੀ ਯਾਰ ਸਾਡੇ ਨਾਲ। ਉਹ ਯਾਰ ਸ਼ਗਨ ਸੀ ਅੱਜ ਭੈਣ ਦਾ, ਦਿਮਾਗ ਚੋਂ ਨਿਕਲ ਗਿਆ ਯਾਰ। ਮਾਫ ਕਰੀ, ਮਾਫ ਕਰੀ, ਉਹ ਅੱਜ ਸ਼ਗਨ ਭੁੱਲ ਗਿਆ। ਕੱਲ ਨੂੰ ਵਿਆਹ ਤੇ ਵੀ ਨਾ ਜਾਈ ਯਾਰ ਤੂੰ। ਲੈ ਐ ਕਿਵੇਂ ਨੀ ਜਾਵਾਂ, ਘਰ ਦਾ ਵਿਆਹ ਹੈ ਆਪਣੇ, ਸਾਰਾ ਡੱਬਰ ਲੈ ਕੇ ਜਾਊਂਗਾ ਉੱਥੇ। ਉਹ ਮੈਂ ਤੈਨੂੰ ਕਹਿ ਰਿਹਾ ਤੂੰ ਜਾਈ ਤਾਂ ਸਹੀ, ਤੇਰੀ ਉੱਥੇ ਇੰਨੀ ਜ਼ਿਆਦਾ ਸੇਵਾ ਹੋਣੀ ਆ ਨਾ, ਤੇਰੇ ਅੱਗੇ ਪਿੱਛੇ ਭੰਬੀਰੀ ਵਾਂਗੂ ਘੁੰਮਣਗੇ, ਸਾਰੀ ਉਮਰ ਯਾਦ ਰੱਖੇਗਾ ਵਿਆਹ ਨੂੰ। ਹਾਂ ਚਿੰਤਾ ਨਾ ਕਰ, ਚਿੰਤਾ ਨਾ, ਜਾਵੇਂਗਾ ਨਾ ਪੱਕਾ? ਪੱਕਾ। ਚੰਗਾ ਫਿਰ, ਸਤਿ ਸ੍ਰੀ ਅਕਾਲ। ਲਓ ਬਈ ਕਿੱਥੇ ਲੋ ਤਿਆਰੀਆਂ, ਕੱਲ ਨੂੰ ਸਾਰੇ ਪਰਿਵਾਰ ਨੇ ਆਪਾਂ ਨੇ ਵਿਆਹ ਤੇ ਜਾਣਾ। ਸਤ ਵਚਨ ਜੀ, ਪੰਜਾਬ ਦਾ ਪੂਰਾ ਕਲਚਰ ਦਿਖਾਵਾਂਗੇ ਆਪਾਂ ਵੀ, ਕਿਵੇਂ ਭੰਗੜੇ ਪੈਂਦੇ ਨੇ, ਕਿੱਥੇ ਪੈਂਦੇ ਨੇ। ਲਵੀ ਕਰ ਲੈ ਕੁੜਤਾ ਚਾਦਰਾ ਤਿਆਰ ਕੱਲ ਵਾਸਤੇ। ਵਾਹਿਗੁਰੂ ਸੱਚੇ ਪਾਤਸ਼ਾਹ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ ਤੂੰ ਹੀ, ਤੇਰਾ ਹੀ ਆਸਰਾ। ਬਾਬਾ ਜੀ ਮਾਫ਼ ਕਰੇ। ਆ ਕੀ ਕੀਤਾ? ਬੋਣੀ ਬੋਣੀ? ਉਹ ਸ਼ਰਾਈਆ ਤੂੰ ਆਪ ਹੀ ਤਾਂ ਕਹਿੰਦਾ ਸੀ ਜਦੋਂ ਸ਼ੁਭ ਕੰਮ ਦੀ ਸ਼ੁਰੂਆਤ ਕਰਨੀ ਹੋਵੇ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਘਰ ਤੋਂ ਕਰਨੀ ਚਾਹੀਦੀ ਹੈ, ਤੇ ਵਾਹਿਗੁਰੂ ਜੀ ਦਾ ਵੀ ਫਰਜ਼ ਬਣ ਜਾਂਦਾ ਹੈ
ਉਹ ਵੀ ਸੱਭਿਆਚਾਰ ਮੇਲੇ ਚ ਥੋੜਾ ਜਿਹਾ ਯੋਗਦਾਨ ਪਾਵੇ। ਉਹ ਮੈਂ ਆਏ ਨੀ ਸੀ ਕਿਹਾ, ਇਹ ਯੋਗਦਾਨ ਪਾਉਣਾ ਸੀ ਚੱਜ ਨਾਲ ਪਾਉਂਦਾ, ਬਾਬੇ ਨੇ ਕਿਹੜਾ ਮਨਾ ਕਰਨਾ ਸੀ। ਤੂੰ ਫਿਰ ਮੈਨੂੰ ਪਹਿਲਾਂ ਜਿੱਥੇ ਮੈਂ 50 ਦੀ ਬੜਕਾਈ ਆ ਉੱਥੇ ਮੈਂ 100 ਦੀ ਕੱਟ ਦੇਣਾ? ਉਹ ਐ ਨੀ ਕੱਟੀ ਦੀ ਮੂਰਖਾ, ਪਰਚੀ ਮੈਂ ਦੱਸਦਾ ਕਿਵੇਂ ਕੱਟੀ ਦੀ ਆ, ਚੱਲ ਮੇਰੇ ਨਾਲ ਮੰਦਰ। ਉਹ ਨਹੀਂ ਐਨਾ ਰਹੀਆਂ ਦੇ। ਯੈਸ ਸਰ। ਉਹ ਤੂੰ ਬਹੁਤ ਮੱਛਰ ਦਾ ਉਧਰ ਜਾਣ ਨੂੰ ਬੂਏ। ਹਾਂ ਨਾਲੇ ਤਾਂ ਕੈਨੇਡੀਅਨ ਕਰੰਸੀ ਲੈ ਕੇ ਆਵਾਂਗੇ, ਨਾਲੇ ਦਰਸ਼ਨ ਕਰਾਂਗੇ। ਓਏ ਛੇਤੀ ਚੱਲ। ਕਿਹਾ ਸੀ ਨਾ ਕਿ ਜਦੋਂ ਵੀ ਕੋਈ ਮੈਰਿਜ ਹੋਗੀ ਤੁਹਾਡੇ ਪਸੰਦ ਦੇ ਕੱਪੜੇ ਜ਼ਰੂਰ ਪਾਉਂ। ਹੁਣ ਤਾਂ ਖੁਸ਼ ਹੋ ਨਾ। ਇੱਕ ਕਮੀ ਆ ਕਿ ਮੈਂ ਕਿਤੇ ਮੇਰੀ ਹੋਈ ਨਜ਼ਰ ਨਾ ਲੱਗ ਜੇ। ਇੱਕ ਗੱਲ ਕਹਾਂ ਜਾਨ ਜੀ? ਕਹੋ ਜੀ। ਮੈਂ ਬਾਪੂ ਜੀ ਦੇ ਖਟਾਰੇ ਚ ਨਹੀਂ ਬਹਿਣਾ। ਮਿੱਠੀਏ ਉਹ ਹੁਣ ਖਟਾਰਾ ਨਹੀਂ ਰਹੀ, ਗੁਲਾਬ ਨੇ ਸਰਫ ਨਾ ਪਿਉਤੀ। ਪਰ ਜੇ ਮੇਰੇ ਲੱਡੂ ਖਟਾਰਾ ਖਰਾਬ ਹੋਈ ਨਾ ਮੈਂ ਤੱਕਾ ਨਹੀਂ ਲਾਉਣਾ। ਕਮਲੀਏ ਬਾਪੂ ਜੀ ਤੇ ਗੁਲਾਬ ਕਾਹਦੇ ਵਾਸਤੇ ਨੇ? ਮੈਂ ਫੇਰ ਵੀ ਜੇ ਲੋੜ ਪਈ ਹਨੇੜੀ ਚੱਕ ਲਾਂਗੇ ਨਾ। ਜੇ ਤੁਹਾਡੇ ਚਸ਼ਨੇ ਵਸ਼ਨੇ ਪੂਰੇ ਹੋ ਗਏ ਹੋਣ ਆਪਾਂ ਚਲੀ ਗਏ ਉਰੀ ਸਦ ਲੈ ਬਰਾਤ। ਲਵੀ ਪਤ ਤੂੰ ਜਾ, ਤੇਰੇ ਡੈਡੀ ਲਿਪਸਟਿਕ ਲਾਉਣੀ ਪੈਗੀ। ਚਾਚਾ ਕਮਰੀਆ ਓਹ ਕਮਰੀਆ ਕਰਲਾ ਪਾਲਾ ਲੋਲੀ ਪਾਪ ਲਾਗੇ ਕਮਰੀਆ। ਓ ਹੈਲੋ ਕਮਰੀਆ, ਅੱਜ ਸਵੇਰੇ ਸਵੇਰੇ ਗੱਡੀ ਧੋਈ ਜਾਣਾ? ਨਹੀਂ ਗੱਡੀ ਨੂੰ ਪਾਣੀ ਦੇ ਰਿਹਾ, ਕੀ ਪਤਾ ਵੱਡੀ ਹੋ ਜਾਓ। ਕਿੱਥੇ ਚੱਲੇ? ਮਰਗ ਦੇ ਭੋਗ ਤੇ ਚੱਲਿਆ ਤੂੰ ਜਾਣਾ? ਅੱਛਾ ਅੱਛਾ ਭੰਗੜਾ ਪਾਉਣ ਚੱਲਿਆ ਮਰਗ ਤੇ? ਕੀ ਮਤਲਬ? ਓ ਦੇਖ ਸਾਰਾ ਤਾਂ ਬੰਦਾ ਪੱਬੀ ਮਿਲ ਬਣਿਆ ਫਿਰਦਾ। ਸਾਹਿਬ ਇਹ ਤਾਂ ਸੱਚੀ ਬੀਨ ਬਾਜੀ ਵਾਲੇ ਬਣੇ ਫਿਰਦੇ ਨੇ। ਦਰਸ਼ਨ ਕਰਨ ਨੂੰ ਤਾਇਆ ਭੈਰੋ ਨਾਥ ਸੱਭਿਆਚਾਰ ਮੇਲਾ ਕਰਾਉਣ ਲੱਗੇ ਆ। ਪਰਚੀ ਜੀ ਘਟਾਉਣੀ ਸੀ, ਮੇਲਾ ਕਰਾਉਣਾ ਨੇ ਵੱਡੇ ਜਗਦੇਵ ਜਸਵਾਲ ਨੇ। ਭਾਜੋ ਇਥੋਂ, ਤੁਸੀਂ ਤਾਂ ਕੱਪੜੇ ਪਾ ਲੋ ਜੀ। ਕਿਉਂ ਆ ਕੱਪੜੇ ਨੀ, ਕਲਚਰ ਹੈ ਆਪਣਾ। ਕੱਪੜੇ ਤਾਂ ਹੈਗੇ ਜੀ ਪਰ ਲੱਗੀ ਹਵੇਲੀ ਵਾਲੇ ਪੁਤਲੇ ਚ ਜਾਂਦੇ ਹੋ। ਉਹ ਇੱਕ ਦਿਨ ਤੱਪ ਵਾਂਗੂ ਥਾਲ ਜੂ ਜਵਾਨੀ ਤੇਰੀ ਉੱਡ ਜੂ ਕਪੂਰ ਵਾਂਗੂ ਰੰਗ ਬੱਲੀਏ ਨੀ ਆਜਾ ਮਿੱਤਰਾਂ ਦੀ। ਆਹੇ ਆਹੇ ਮਿੱਤਰਾਂ ਦੀ ਰੰਗ ਵਿੱਚ ਗੰਗ ਬੱਲੀਏ ਨੀ ਆਜਾ ਮਿੱਤਰਾਂ ਦੀ। ਲੈਟੋ ਜੁੱਤੀ ਝਾੜ ਕੇ ਚੜੀ ਮੁਟਿਆਰੇ ਨੀ ਗੱਡੀਆਂ ਸ਼ਕੀਨ ਜੱਟ ਦੇ। ਮਿੱਟੀ ਤਾਂ ਮੇਰੀ ਜੁੱਤੀ ਨਾਲ ਵੀ ਬਹੁਤ ਲੱਗੀ ਹੈ। ਚਾਰਾ ਤੁਸੀਂ ਤਾਂ ਮਾਲਕ ਹੋ, ਤੁਸੀਂ ਤਾਂ ਗੰਦੀ ਨਾਲ ਵੀ ਬੈਠ ਸਕਦੇ ਹੋ। ਬੈਠੋ ਬੈਠੋ, ਹਾਂਜੀ ਬਹਿ ਜਾਓ। ਮਾਰਲਾ ਪਾਸਾ ਲਟਿਆ ਤੇ ਗੁਲਾਬ ਬਾਜਰ ਬਾਈ ਸੁਣੋ ਸਤਿ ਸ੍ਰੀ ਅਕਾਲ ਜੀ। ਲੱਭੇ ਓਏ ਹੈਂ ਇੱਕ ਗੱਲ ਕਹਾਂ? ਕਹਿ ਓਏ। ਇਸ ਲੰਗੂਰ ਕੋਲ ਅੰਗੂਰ ਜੱਜਦਾ ਬਹੁਤ ਓਏ। ਗੁਲਾਬ ਕਿਤੇ ਵਿਆਹ ਹੋ ਤਾਂ ਨੀ ਹਟਿਆ? ਕੋਈ ਦੀਂਦਾ ਵੀ ਨੀ? ਨਹੀਂ ਜੀ, ਟੈਂਟ ਵਾਲੀਆਂ ਕੁਰਸੀਆਂ ਤੇ ਇੱਥੇ ਪਈਆਂ। ਖੜਾ ਕੀ ਕਰਦੇ? ਪਤਾ ਕਰ। ਇੱਕ ਮਿੰਟ ਜੀ, ਮੈਂ ਪਤਾ ਕਰਕੇ ਆਉਂਦਾ। ਰਾਜਧਾਨੀ
है चढ़ती जवानिया। ए हेनेवा, अरे कौन बोल रहे? हम बोलता नहीं। इस सरदार हमरा पासा कैसे जान गए? अरे कौना जिला? छपरा जिला। अरोवा राजघाट। राजघाट? हाँ। अरे ओने तो हमरा ससुरार बा मुकेर। मुकेर? हाँ। के कराई? हाँ। ललका मूर्ति वाला महेंद्र के। हाँ। अरे वो है तो हमार ससुर बा। दद्दू एक गल्ला की करते है तू? पिंकिया का कुटुंब बारा? नहीं, सुमितवा के। अरे फिर तो हमने साडू निकल गई नहीं। ओए क्यों जफियां पाई जाने, सानू भी दस दे। साडू निकल गए। ओ की निकल गई? मेरा साडू लादा जी रिश्तेदारी निकले। बड़के भैया इन चंगिया कौन बा? ना चंगिया नहीं खान, हमार मालक बारन, कनाडा से आयल बारन। बड़का भैया हमारा मालिक भी 10 साल से कनाडा रह मतबल तुम हो। हुन ब्याह ते जावेगा क्या? इथे मैं तेन मिलने वाला कंबल। वो सब तो ठीक बा। शादी कहुआ बा? बाहर मैरिज पैलेस बा में। ओ यार आपकी पकाई बात च मार ली, पहला ब्याह दा दस दे किथे। अरे बाहर मैरिज पैलेस बा में है? किथे? बाहर है जी मैरिज पैलेस दे विच ब्याह। ओ पिछे बुढ़ा गतका खेडी जांदा कौन है ओ? ओ ता जी करदा लानेदार है जी, करदी राखी करदा हैगा। आना है बेचारा, उसका दिखता नहीं है। फिर तो दूरी पहचान लेंदा होना चोर चक्के नु भी। ये तो बिना ही ब्याह हो जांदा है। चलो जुलूस खड़ा के रखता। तत्ती बहुत चलदी है, गलता सुन ला। ओए आए काते करदी है। आ हुंदे पंजाब दे ब्याह। ओ आ कोने रंग बिरंगे जी अपने नाल दी लगदे ने। आ पुछिए। खैर रुको ओए, किधर किधर चले हो? ब्याह दे चले हां दिना नहीं, मुंडा भंगड़ा पाई जांदा। ओ ब्याह ले शुरू होया, फेर ले जियो बधाई। चलो बधाई बधाई बधाई। पंजाब सभ्याचार ग्रुप वालों आप सब नु बधाई। आप भी भौंकी जाएगा या कुड़ियां भी बुलाएगा? बस फिर जी चंद मिनट दियो, चंदा मिनटा दे विच पंजाब सभ्याचार ग्रुप दा पूरा टब्बर तुहाडे विचकार पहुंचण वाला जी। ना सारे टब्बर ने इक्को ही पेशा फड़िया होए, ओ कट्टो कट्टा जवाक नु का बख्श दिंदे। तू कहना की जाना? ढोल की किथे है? ढोल की रहण दो यार, ढोल की तो बिना ही आ जाओ, नहीं तो इन्होंने मेरा धर्म पाड़ देना। टिक्कियां ले मां पा टिक्की। ਤਾਨੂੰ ਸਮਝਦਾ ਕੀ ਆ ਓਏ? ਮੈਂ ਤੁਹਾਨੂੰ ਜੀ ਕੁਛ ਨਹੀਂ ਸਮਝਦਾ। ਤੱਪੜ ਦਾ ਮਾਰੋ, ਚੰਦ ਮਿੰਟ ਦੇ ਦੋ। ਓਏ ਚੰਦ ਮਿੰਟ ਆਪਣੇ ਛੇਤੀ ਪੂਰੇ ਕਰ ਲੈ, ਨਹੀਂ ਤਾਂ ਮੈਂ ਤੈਨੂੰ ਪੂਰਾ ਕਰ ਦੂੰ। ਗੋਲੀ ਨਾ ਚਲਾਇਓ, ਗੋਲੀ ਨਾ ਚਲਾਇਓ ਬਾਜੀ, ਬਚ ਜਾਂਦੀ ਹੁੰਦੀ ਹੈ ਬਸ। ਆਉਂਦੀ ਹੋਣੀ ਜੀ। ਵੈਸੇ ਮੌਸਮ ਕਮਾਲ ਹੋਇਆ ਇਸ ਵਾਰੀ, ਬਹੁਤ ਫਰਕ ਪੈ ਗਿਆ ਪਹਿਲਾਂ ਨਾਲ। ਥੋੜੀ ਗਰਮੀ ਹੈ ਨਾ? ਤੁਸੀਂ ਕਿਵੇਂ ਇੱਥੇ ਪੰਗਤ ਬਣਾ ਕੇ ਬਹਿ ਗਏ? ਅੰਦਰ ਟੇਬਲ ਲੱਗੇ ਹੋਏ, ਉੱਥੇ ਬੈਠ ਕੇ ਖਾਵਾਂਗੇ, ਇੱਥੇ ਚੰਗਾ ਲੱਗਦਾ? ਓ ਵੀਰ ਜੀ ਅੰਦਰ ਨਹੀਂ ਜਾਂਦੇ ਰਹੇ। ਕੌਣ ਰੋਕਦਾ? ਆ ਵੀਰ ਜੀ। ਓਏ ਦੇਰ ਬਿਦਵੀ, ਕਿਵੇਂ ਰੋਕਿਆ ਤੂੰ? ਜੀ ਸਰਦਾਰ ਜੀ ਆ ਜਾਓ। ਆਓ ਜੀ ਪੰਜਾਬ ਚ ਮੇਰੇ ਅੰਦਰ ਕੌਣ ਰੋਕ ਜੂ ਤੁਹਾਨੂੰ? ਚਲੋ ਆਓ। ਲੋ ਜੀ ਪੇਸ਼ ਹੈ ਹੁਸਨਾਂ ਦੀ ਮਲਕਾ, ਠੁਮਕਿਆਂ ਦੀ ਰਾਣੀ, ਜਿਸ ਦੇ ਠੁਮਕਿਆਂ ਨੇ ਸਾਰੇ ਪੰਜਾਬ ਨੂੰ ਪਾਗਲ ਕੀਤਾ ਹੋਇਆ ਹੈ। ਮੇਰੀ ਮੁਰਾਦ ਮਿਸ ਪ੍ਰੀਤੀ ਪ੍ਰੀਤੀ ਪ੍ਰੀਤੀ। ਓ ਕਿੱਥੇ ਮਰ ਗਈ ਤੇਰੀ ਪ੍ਰੀਤੀ? ਬਸ ਭਾਜੀ ਚੰਦ ਮਿੰਟ ਸਾਲਿਆ, ਫੇਰ ਚੰਦ ਮਿੰਟ ਭਾਜੀ ਗੇਟ ਦੇ ਜੀ। ਪਰਾ ਮਰ ਓਏ ਆਜੋ। This movie is co-powered by Bingo Mad Angles. Har angle se Yippee Magic Masala. Yippee matlab happy. Yippee Window Seat Day. Yippee Jeeta Jet Day. Yippee Surprise 3 Day. Yippee Yippee.
भी चाहो यिप्पी खाओ, जब भी चाहो हैप्पी हो जाओ, क्योंकि यिप्पी मतलब हैप्पी। इट्स बेटर नो। ग्रुप चेंज करता हुआ? वो मैं कहने किता भाई, ये तो अपने आप ही हो गया। चलो जी फिर मैं कुछ खाया मैं। तुसी तो झड़का भी खाने से मैं तो अभी तक निरने काट गई हाँ। ठीक है जी, इतने तो नहीं सियाण दा बापू कोई। ओए पुत, एक बारी माड़ा जिहा सियाण लैण दे, फिर देखी मगर मूरे किने भमीरी वांगू घुमदे आ। लै लै, वेलकम वेलकम वेलकम। ना जनाब, इन्नी लेट हो गए, किधर चले गए? पुत पहला उधर ना माड़ा जिहा घर चले गए सी। ना घरे डोके लैण गए सी, ओ व्याह तां इत्थे है, नाले कुड़ी इक्को ही है। जद मुंडा इक्का कुड़ी भी इक्को ही हो भाई। पैसे यार पंजा दे लै ले इन्हां ने। और कोई पंचा दे बराबर मतलब कि चलो भाई, तुसी पहले ही लेट हो गए। आज आज स्टेज ते चढ़ो, आज 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 सरपंच रहा इन देर पिंड दा, मान सम्मान करनगे। आजा आज लेट हो गए। सारे नु प्यार भरी सत श्री अकाल जी। रेडियो दी थां ते डीजे, मेरा नाम भी ले दी। हां की लेक्चर देन लग गया हुण, तू दस सरपंच च खड़ा होना। इतना बाण दे मंजा की थां ते सोने सोने सोफा सेट। मेरा ना भी ले दे। चुप करे। ते पिंड दिया धर्मशाला की थां ते आ महल वर्गा मैरिज पैलेस। सची सच पुछो ता आ सारा कुछ देख के मेनू बहुत खुशी हो रही। गल सुनो, कुड़ियां ने वैन बोने बंद कर, चल डांस शुरू करनी चलो बोली। मतलब? ओ मतलब नचो। क्यों? ओ यारी नाल जिन्ना दे पक्की सारे तेरे दे असले चक्की। ओ यारी नाल जिन्ना दे पक्की सारे फिर दे असले चक्की। गुस्सा रिया सुबह कुड़े ओ जुगना जो आ की बंदा तो मेरे वाला बंदा सही निकले। ये तो सच में नचनी है। ओ बुढ़े ने कितने सरी चार कैस्ट्रा इतने खोल रखे हैं, कितने साई उठो ही फड़के ले आए होंगे। बैठ बुड़े दे टांगे ते तेनु शेर करावा नी। मैं चाहिदा पीन लड्डू, ये गला कर बुला रखे है, मेरी सुन ला गल, स्वाद नहीं आ रहा। कोई नी नचना, मैं घरों एक मुंडा पैसे चकन वाला ले आंदा, देख कितनी रकम खराब हो रही है। सैड सॉन्ग लाना। सैड सॉन्ग है नी भाजी? सैड सॉन्ग है नी, जट गाऊ चिट्ठी है नी चिट्ठी है, नी हंजुआ ने लिखी है चिट्ठी है नी चिट्ठी है। मैं जी चाहता एक कदम मेरा साथ ठोक क्या होंदा क्या फैर ठोका ठोक ले। गुलाब से बचा लेने नू कहते हैं ना, हमें स्टेज थी सारा टब्बर शी दिया पाजे पचला। आए का तो कर दिया
ਸਾਰੇ ਵਿਆਹ ਜਲੂਸ ਨਿਕਲ ਗਿਆ ਤਾਂ ਕਰਦੀਆਂ। ਇੰਨੀਆਂ ਬੰਦੂਕਾਂ ਤਾਂ ਬਾਰਡਰ ਤੇ ਨਹੀਂ ਹੁੰਦੀਆਂ ਜਿੰਨੀਆਂ ਫੁਕਰੇ ਵਿਆਹ ਚ ਚੱਕੀ ਫਿਰਦੇ ਸੀ। ਜਲੂਸ ਖੜਾ ਦਾ ਹੋਰ ਤਾਂ ਹੋਰ, ਉੱਥੇ ਬੁੱਢੇ ਵੀ ਅੱਖਾਂ ਮਾਰਦੇ ਸੀ। ਯਾਰ ਐਂ ਕਾਹਤੋਂ ਕਰਦੀ ਆ, ਮੇਰਾ ਇਹ ਚ ਕੀ ਕਸੂਰ ਹੈ? ਨਹੀਂ ਨਹੀਂ, ਕਸੂਰ ਤੁਹਾਡਾ ਨਹੀਂ, ਤੁਹਾਨੂੰ ਜੰਮਣ ਵਾਲੇ ਦਾ ਹੈ ਜੋ ਸਾਨੂੰ ਇੱਥੇ ਲੈ ਕੇ ਆਇਆ। ਉਹ ਖੜ ਜਾ, ਕਮਲ ਕੇ ਬਾਲੀ ਕਾਲ ਕਰਦੀ ਆ। ਹੌਲੀ ਤੁਰਲਾ, ਪੀਟੀ ਊਸ਼ਾ ਵੱਜੇਗੀ ਕਾਫੇ ਚ। ਉਹ ਯਾਰ ਆਪਣਾ ਜਵਾਕ ਰੋਲ ਦੂ, ਮੇਰੀ ਗੱਲ ਸੁਣ। ਫਿਕਰ ਨਾ ਕਰੋ, ਆਜਾ ਲੈਟਸ ਗੋ। ਜਵਾਕ ਵੀ ਮੈਂ ਨਾਲ ਹੀ ਲੈ ਕੇ ਜਾ ਰਹੀ ਹਾਂ। ਸ਼ਰਾਬੀਆਂ ਨੇ ਮਾਰ ਮਾਰ ਠੁਮਕੇ ਮੇਰੇ ਪਾਸੇ ਪੰਤੇ, ਮੈਨੂੰ ਨਾ ਰੋਕੇ। ਮਨ ਲਈ ਦੀ ਹੁੰਦੀ ਹੈ ਕਿਸੇ ਦੀ, ਮੈਂ ਜਾ ਰਹੀ ਹਾਂ। ਉਹ ਚੰਗਾ ਤੇ ਦੇਣਾ, ਲੀੜੇ ਦਾ ਬਦਲਾ ਕਿਉਂ ਜਲੂਸ ਕਢਾ? ਕਿਉਂ ਕਿਉਂ ਬਦਲਾ? ਪਿੰਡ ਵਾਲਿਆਂ ਨੂੰ ਵੀ ਤਾਂ ਪਤਾ ਚੱਲੇ ਕਿੰਨੇ ਦਾ ਕਲਚਰ ਕੈਨੇਡਾ ਜਾ ਰਿਹਾ। ਉਹ ਮੰਨੀ ਨਹੀਂ ਹੁੰਦੀ ਆ। ਉਹ ਯਾਰ ਤੂੰ ਸਮਝਾ ਉਹਦੀ ਮਾਂ ਨੂੰ। ਉਹ ਤੁਹਾਡੇ ਚੱਕਰ ਚ ਮਾਂ ਨਹੀਂ ਮਰਾਉਣੀ ਮੈਂ ਆਪਦੀ। ਦੈਟਸ ਰਾਈਟ, ਲੈਟਸ ਗੋ। ਉਹ ਚਾਰਜਰ ਚੱਕ ਲਿਆ ਸੀ, ਉਹ ਰਾਹ ਚ ਭੁੱਖ ਲੱਗੂ, ਪਰੌਂਠੇ ਬੰਨਦੇ ਆ। ਹਾਂਜੀ, ਹੁਣ ਤੁਸੀਂ ਵੀ ਕੁਛ ਕਹਿਣਾ? ਕੁਛ ਬੰਦੇ ਗਲਤ ਹੋਣ ਨਾਲ ਸਾਰਾ ਪੰਜਾਬ ਗਲਤ ਨਹੀਂ ਹੋ ਸਕਦਾ, ਤੇ ਕੁਛ ਬੰਦੇ ਸਹੀ ਹੋਣ ਨਾਲ ਸਾਰਾ ਪੰਜਾਬ ਵੀ ਸਹੀ ਨਹੀਂ ਹੋ ਸਕਦਾ। ਬਾਪੂ ਜੀ ਦੇਖੋ, ਸ਼ਰਤ ਮੁਤਾਬਕ ਜੇ ਬਹੁਤ ਦਿਨ ਬਾਕੀ ਨੇ ਤੇ ਪੰਜਾਬ ਚ ਚੰਗਾ ਵੀ ਬਹੁਤ ਕੁਛ ਬਾਕੀ ਹੈ। ਬਾਕੀ ਚਲੋ ਨਾ। ਕਿਉਂ ਫਾਇਰਿੰਗ ਕਰੀ ਜਾਂਦਾ? ਓ ਲਵੀ, ਉੱਠ ਪੁੱਤ, ਤੈਨੂੰ ਜਾਮਣਾ ਤੇ ਅਮਰੂਦ ਖਵਾ ਕੇ ਲਿਆਵਾ। ਓ ਦਾਦੂ, ਪਹਿਲਾਂ ਹੀ ਮਰੂੰਡਾ ਤੇ ਪੱਠੀ ਵਾਲੇ ਦਾਣੇ ਖਵਾ ਖਵਾ ਕੇ ਮੈਨੂੰ ਰਜਾਤਾ, ਹੋਰ ਨਾ ਕਿਤੇ ਜਾਮਣਾ ਤੇ ਅਮਰੂਦ ਖਵਾ ਕੇ ਢਿੱਡ ਦੁਖਣ ਲੱਗ ਪਿਆ। ਮੈਨੂੰ ਸੌਣ ਦੋ। ਇਧਰ ਨਹੀਂ ਦੁਖਦਾ ਤੇਰਾ ਢਿੱਡ? ਓ ਗਲਾ, ਹਾਂਜੀ ਤੂੰ ਵੀ ਚੱਲ। ਬਾਜਿਆ ਲੱਲੇ ਪੈਰ ਲਾਇਆ ਬੋਲਣ ਵਾਲੀ ਲੈਣ ਲੱਗੀ। ਹੁਣ ਕਿਹੜਾ ਹੀ ਅਧਿਆਪਕ ਬਣ ਕੇ ਬਹਿ ਗਿਆ, ਮੇਰੇ ਪੋਤੇ ਨੂੰ ਜਾਮਣਾ ਦੇ ਅਮਰੂਦ ਖਵਾਉਣੇ ਆ। ਤੂੰ ਤਾਂ ਕਿਤੇ ਚੀਕੂ ਨਾ ਖਵਾ ਲਈ ਇਹਨੂੰ, ਇਹ ਤਰਾਉ ਮੇਰੇ ਨੇ ਕਾਲ ਚ ਭੇਜ ਤੇ ਕੀ ਖਾ ਆ ਲਿਆ, ਕੁਛ ਖਾਣ ਨੂੰ ਦੇ ਯਾਰ। ਚਾਵਲ ਬਣਾਵਤ ਰਹਿਣ ਜੀ। ਐੜਾ ਈੜੀ ਖਾਇਆ ਹਾਂ। ਚੌਲਾਂ ਤੋਂ ਉੱਪਰ ਨਾ ਉੱਠੇ ਉਹ ਸਾਗ ਤੋਂ ਉੱਪਰ ਨੀ ਉੱਠਦੇ ਤੂੰ ਚੌਲਾਂ ਤੋਂ। ਆ ਜਾਮਣਾ ਤੋਤਾ ਹੀ ਨਾ ਟੁੱਕ ਜਾਣ ਜੀ, ਕਿਤੇ ਗਿੜ ਕੇ ਹੀ ਰਹਿ ਜਾਣ ਪੱਲੇ। ਚਲੋ ਚੱਲੀਏ, ਉੱਠੋ ਜੀ, ਚਾਹ ਪਿਓ। ਜਿੰਨੀ ਸੋਹਣੀ ਅੱਜ ਲੱਗ ਰਹੀ ਹੈ ਨਾ, ਇੰਨੀ ਤਾਂ ਵਿਆਹ ਵਾਲੇ ਦਿਨ ਵੀ ਨਹੀਂ ਸੀ ਲੱਗਦੀ। ਮਿੱਠਾ ਚੈੱਕ ਕਰ ਲਓ, ਜਾਂਦੀ ਜਾਂਦੀ ਤੋਂ ਫੂਕਾ ਮਾਰਨੀ, ਮਿੱਠੀ ਤਾਂ ਆਪੇ ਹੋ ਜਾਓ। ਹੈਲੋ ਹੈਲੋ ਮੰਮੀ, ਯਾ ਤਾਂ ਆਪਣਾ ਮੰਜਾ ਕੁੱਟ ਕੇ ਡਾ ਲਿਆ ਕਰੋ, ਯਾ ਮੇਰਾ ਬਾਹਰ ਬੀਚ ਡਾ ਦਿਆ ਕਰੋ, ਮੈਂ ਤਾਂ ਹਾਲ ਅੱਛਾ ਜੇ ਦੇਖੇ ਨੀ ਜਾਂਦੇ। ਜਾ ਨਾ ਜਾ ਕੇ। ਹਾਂ ਮੈਂ ਤਾਂ ਨਾਲ ਦਾਦੂ ਨਾਲ ਜਾ ਕੇ ਮੋਟਰ ਤੇ, ਤੁਸੀਂ ਡਾਲੋ ਜਿੱਥੇ ਡਾਉਣਾ ਮੰਜਾ। ਚੱਲੀਏ ਫਿਰ ਮੋਟਰ ਤੇ, ਮੁੱਕਾ ਮਾਰ ਅੱਖ ਮਾਰ ਜਾ। ਹਾਏ ਓਏ, ਕੁਝ ਹੋਰ ਕਿਉਂ ਨੀ ਮੰਗਿਆ ਅੱਜ ਕੱਲ੍ਹ? ਅੰਨ ਵਾਲੀ ਥਾਂ ਤੇ ਕਿੰਨੇ ਮਕਾਨ ਬਣ ਗਏ। ਹਾਂਜੀ, ਇਧਰ ਵਾਲੇ ਵੈਦਵਾਨਾਂ ਦੀ ਖੇਤ ਨੀ ਸੀ? ਹਾਂਜੀ, ਇਹਨਾਂ ਨੇ ਜ਼ਮੀਨ ਵੇਚਤੀ ਸੀ, ਕਿਸੇ ਨੇ ਇਹਦੇ ਤੇ ਕਲੋਨੀ ਕੱਟਤੀ। ਪੈਸਾ ਬਾਹਲਾ ਆ ਗਿਆ ਇਹਨਾਂ ਕੋਲੇ, ਮੁੰਡੇ ਨਸ਼ੇ ਤੇ ਲੱਗ ਗਏ,
ਵੱਡੀਆਂ ਵੱਡੀਆਂ ਗੱਡੀਆਂ ਲੈ ਲਈਆਂ ਫੁਕਰਪਣੇ ਚ ਹੁਣ ਉਹਨਾਂ ਗੱਡੀਆਂ ਜੀ ਤੇਲ ਪਾਉਣ ਵਾਸਤੇ ਆਪ ਕਿਸੇ ਦੇ ਦਿਹਾੜੀ ਕਰਦੇ ਫਿਰਦੇ ਨੇ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਜ਼ਮੀਨਾਂ ਵੇਚ ਵੇਚ ਕੇ ਲੋਕ ਸ਼ਹਿਰਾਂ ਵੱਲ ਕਿਉਂ ਭੱਜੀ ਜਾਂਦੇ ਨੇ ਪੈਸੇ ਦੇ ਮਤ ਮਾਰਦੀ ਲੋਕਾਂ ਦੀ ਇਹ ਜ਼ਹਿਰ ਕਿੰਨੇ ਹੀ ਪਿੰਡ ਨਿਕਲ ਗਿਆ ਹੋਰ ਪਤਾ ਨੀ ਕਿੰਨੇ ਨਿਕਲੂ ਆਹ ਕੌਣ ਬੜੇ ਫਿਰਦੇ ਖੇਤਾਂ ਚ ਕਿਤੇ ਤੁਸੀਂ ਤਾਂ ਨੀ ਕਿਸੇ ਤੋਂ ਬਿਆਨਾ ਫੜੀ ਬੈਠੇ ਕਿਹੜੇ ਓਏ ਕੌਣ ਹੈ ਇਸ ਜ਼ਮੀਨ ਦੇ ਮਾਲਕ ਨੇ ਅੱਛਾ ਮੇਰੀ ਜ਼ਮੀਨ ਤੇ ਕਬਜ਼ਾ ਕਰਨ ਲੱਗੇ ਕਬਜ਼ਾ ਨੀ ਜਨਾਬ ਮਿੰਟੀ ਕਰ ਰਹੇ ਹਾਂ ਕਾਹਦੀ ਮਿੰਟੀ ਹਾਈਵੇ ਕੱਢ ਰਹੇ ਹਾਂ ਜੀ ਤੁਹਾਡੀ ਜ਼ਮੀਨ ਚ ਐ ਕਿਵੇਂ ਨਿਕਲ ਜੂ ਤੇਰਾ ਹਾਈਵੇ ਮੇਰੀ ਜ਼ਮੀਨ ਚੋ ਪਿਓ ਦਾ ਰਾਜ ਹੈ ਪਿਓ ਦਾ ਨਹੀਂ ਸਰਕਾਰ ਦਾ ਰਾਜ ਹੈ ਜੀ ਸੁਣੋ ਮੇਰੀ ਜ਼ਮੀਨ ਹੈ ਪਹਿਲਾਂ ਮੈਥੋਂ ਪੁੱਛੋ ਸਰਕਾਰ ਸਾਲੀ ਲੱਗਦੀ ਹੈ ਸਾਲੀ ਦਾ ਤਾਂ ਪਤਾ ਨੀ ਜੀ ਹੁਣ ਸਰਕਾਰਾਂ ਚ ਕਿੱਦਾਂ ਸਾਲਾ ਜ਼ਰੂਰ ਹੁੰਦਾ ਉਹ ਤਾਇਆ ਸਰਕਾਰ ਪੁੱਛਦੀ ਨਹੀਂ ਹੁੰਦੀ ਦੱਸਦੀ ਹੁੰਦੀ ਆ ਆਪਣੇ ਗਵਰਨਮੈਂਟ ਹਾਂਜੀ ਤੁਸੀਂ ਮੈਨੂੰ ਐਂ ਦੱਸੋ ਵੀ ਜਿਹੜਾ ਤਾਏ ਦਾ ਬਾਹਨ ਤੁਹਾਡਾ ਹਾਈਵੇ ਤਾਏ ਦੇ ਬਾਹਨ ਦੇ ਵਿੱਚ ਵੀ ਚੁੱਕਦਾ ਜਾਊਗਾ ਜਮਾ ਹੀ ਵਿੱਚ ਦੀ ਤਾਇਆ ਉਹ ਤੂੰ ਤਾਂ ਪਾ ਲੱਡੀ ਆ ਤੇਰਾ ਤਾਂ ਲੱਗ ਗਿਆ ਦੋਨੇ ਪਾਸੇ ਫਰੰਟ ਮਰ ਜਾਏਗਾ ਮੈਥੋਂ ਇਹ ਦੋਨੇ ਪਾਸੇ ਕਿੰਨੀ ਕੁ ਬਚੂ ਜੀ ਜ਼ਮੀਨ ਤਿੰਨ ਫੁੱਟ ਇੱਧਰ ਤਿੰਨ ਫੁੱਟ ਇੱਧਰ ਚਲੋ ਗਮਲੇ ਰੱਖਣ ਜੋਗੀ ਤਾਂ ਬਚ ਗਈ ਜੀ ਗਮਲੇ ਆਹੋ ਜੀ ਹੁਣ ਤਿੰਨ ਫੁੱਟ ਦੇ ਵਿੱਚ ਆਪਾਂ ਬਾਸਮਤੀ ਬੀਜਣੋ ਤਾਂ ਰਹੇ ਦਾਦੂ ਜੀ ਪੜਿਓ ਮਾੜਾ ਜਿਹਾ ਖੁੰਡਾ ਹੁਣ ਤੁਸੀਂ ਐਂ ਕਰਿਓ ਜਾਮਣਾ ਤੇ ਅਮਰੂਦ ਵੀ ਨਾ ਗਮਲੇ ਚ ਬੀਜ ਲਿਓ ਮੈਂ ਚੱਲਿਆ ਤਾਇਆ ਗੁੱਸਾ ਨਾ ਕਰ ਹੁਣ ਤੈਨੂੰ ਪਰਚੀਆਂ ਵੀ ਦੋ ਕਟਾਉਣੀਆਂ ਪੈਣੀਆਂ ਤੇਰੇ ਕੰਨ ਦੇ ਥੱਪੜ ਵੀ ਦੋ ਹੀ ਪੈਣਗੇ ਭੌਂਕੀ ਜਾਂਦਾ ਤਾਇਆ ਪੰਡਾ ਹੋਇਆ ਪੱਟਰੇ ਹੋ ਕੀ ਪੱਟਰੇ ਗਲਾਸਿਆਂ ਜੀ ਕਰੋ ਪੰਚਾਇਤ ਇਕੱਠੀ ਕਰਾਉਣਾ ਜੀ ਬਣਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਇੱਕ ਪਿੰਡ ਚ ਓਪਰਾ ਜਿਹਾ ਬੰਦਾ ਫਿਰਦਾ ਪੰਜ ਛੇ ਵਾਰੀ ਮੇਰੇ ਕੋਲੇ ਆ ਗਿਆ ਕਹਿੰਦਾ ਪਿੰਡ ਦੇ ਵਿੱਚ ਇਕੱਠ ਰੱਖੋ ਮੇਰੇ ਤੋਂ ਭਾਈ ਵਾਰ ਵਾਰ ਸੂਚਨਾ ਨਹੀਂ ਹੁੰਦੀ ਤੁਸੀਂ ਪਿੰਡ ਦੀ ਭਾਈ ਦੇ ਵਿੱਚ ਸਾਰੇ ਨਗਰ ਨਿਵਾਸੀ ਤੁਸੀਂ ਜਿਹੜੀ ਵੀ ਗੱਲ ਕਰਨੀ ਇਹਨਾਂ ਨਾਲ ਹੀ ਕਰ ਲੋ ਇਕੱਠ ਨੂੰ ਆਪਾਂ ਕਿਹੜਾ ਜਗਰਾਤਾ ਕਰਾਉਣਾ ਕਿਤੇ ਵੀ ਨਾ ਚਲੇ ਜਾਣ ਉਹ ਇਹਨੂੰ ਕਹਿ ਸ਼ੁਰੂ ਕਰ ਲਵੇ ਬੰਦੇ ਨੇ ਪਰਚੀਆਂ ਪਰਚੀਆਂ ਕੱਟਣੀਆਂ ਹੁੰਦੀਆਂ ਢੀਠ ਲੱਗਦਾ ਮੈਨੂੰ ਹਾਂ ਪਿੰਡ ਵਾਲੇ ਕਾਹਨੂੰ ਗਵਰਨਮੈਂਟ ਨੇ ਪੰਗੇ ਪਾਏ ਹੋਏ ਨੇ ਇਹਨਾਂ ਨੂੰ ਵਿਸ਼ੇਸ਼ ਅਧਿਕਾਰ ਦੇ ਕੇ ਕੋਈ ਨੀ ਆ ਲੈਣ ਦੇ ਮੈਂ ਕੜ ਦੇਂਦੀ ਸਰਪੰਚੀ ਲੱਭਿਆ ਆ ਇਹਦੇ ਕੜਾਲ ਕੱਢੂ ਨਗਰ ਨਿਵਾਸੀਓ ਇਹ ਰੋਡ ਨੀ ਨਿਕਲ ਰਹੀ ਜ਼ਬਰਦਸਤੀ ਸਾਡੀਆਂ ਜ਼ਮੀਨਾਂ ਦੱਬੀਆਂ ਜਾ ਰਹੀਆਂ ਨੇ ਸਾਰੇ ਨਗਰ ਨਿਵਾਸੀ ਰਲ ਕੇ ਫੈਸਲਾ ਕਰ ਲਓ ਕਿ ਕਿਸੇ ਹਾਲਤ ਚ ਵੀ ਜ਼ਮੀਨ ਨਹੀਂ ਵੇਚਣੀ ਇਹ ਸਰਕਾਰ ਦੀ ਸਿਆਸਤ ਹੈ ਤੁਸੀਂ ਅਨਪੜ੍ਹ ਭੋਲੇ ਲੋਕ ਹੋ ਨੋਬਡੀ ਇਜ਼ ਇਨੋਸੈਂਟ ਇਲਿਟਰੇਟ ਦਰੀ ਸਿੰਘ ਸ਼ੀ ਇਜ਼ ਐਬਸੋਲੂਟਲੀ ਰਾਈਟ ਆਈ ਐਮ ਪੀਐਚਡੀ ਇਨ ਇੰਗਲਿਸ਼ ਐਂਡ ਸਟਿਲ ਦੇ ਨਾਵ ਅ ਜੋਬ 350 ਰੁਪਏ ਦਿਹਾੜੀ ਪਿੱਛੇ ਚੌਂਕ ਚ ਖੜਿਆ ਰਹਿੰਦਾ ਸੀ ਅੱਜ ਵੇਖ ਵੇਚ ਕੇ ਜ਼ਮੀਨ ਨਾਲੇ ਕਰੀ ਦੀਆ ਪੋਲਿਟਿਕਸ ਤੇ ਨਾਲੇ ਲੈ ਲਈ ਗੱਡੀ ਅਨਛੱਤਰ ਸਿੰਘ ਨੂੰ ਦੇਖ ਲੋ ਕਰਜ਼ੇ ਤੋਂ ਤੰਗ ਆ ਕੇ ਫਾਲੇ ਨੂੰ ਫਿਰਦਾ ਸੀ ਜ਼ਮੀਨ ਵੇਚ ਕੇ ਪਹਿਲਾਂ ਲਾਇਆ ਕਰਜ਼ਾ ਫੇਰ ਲਈ ਗੱਡੀ ਤੇ ਜਰਨੈਲ ਸਿੰਘ ਨੂੰ ਦੇਖ ਲੋ ਇਹਦੀ ਕੁੜੀ ਕੋਠਾ ਜਿੱਡੀ ਹੋ ਗਈ ਸੀ ਦਹੇਜ ਕਰਕੇ ਵਿਆਹ ਨਹੀਂ ਹੁੰਦਾ ਸੀ ਜ਼ਮੀਨ ਵੇਚ ਕੇ ਪਹਿਲਾਂ ਵਿਆਹੀ ਕੁੜੀ ਤੇ ਫੇਰ ਲਈ ਗੱਡੀ ਮੈਨੂੰ ਮਸਲੇ ਘੱਟ ਤੇ ਗੱਡੀ ਜ਼ਿਆਦਾ ਸੁਣ ਰਹੀ ਹੈ ਮੈਂ ਤੇ ਕਹਿੰਦਾ ਬਣ ਜਾਣੀ ਚਾਹੀਦੀ ਹੈ ਸੜਕਾਂ ਕਿਉਂਕਿ ਜਿੰਨੀਆਂ ਇਹਨਾਂ ਨੇ ਗੱਡੀਆਂ ਲੈ ਲਈਆਂ ਚੰਨੀਆਂ ਤੇ ਸੜਕਾਂ ਤੇ ਹੀ ਹੈ ਕਿਉਂ ਨਾ ਵੇਚੀ ਜ਼ਮੀਨ ਕਿਉਂ ਨਾ ਵੇਚੀ ਇਹ ਦੱਸੋ ਕਿਉਂਕਿ ਜ਼ਮੀਨ ਜੱਟ ਦੀ ਮਾਂ ਹੁੰਦੀ ਹੈ ਅੱਛਾ ਜ਼ਮੀਨ ਜੱਟ ਦੀ ਮਾਂ ਹੁੰਦੀ ਹੈ ਤਾਂ ਆਪਣੀ ਮਾਂ ਨੂੰ ਕਿਹੜੇ ਪਿਓ ਦੇ ਆਸੇ ਛੱਡ ਕੇ ਗਿਆ ਸੀ ਕੈਨੇਡਾ ਦੱਸ ਤੂੰ ਬੋਲ ਹੁਣ ਕੀ ਮੂੰਹ ਚ ਘੁਗਣੀਆਂ ਪੈ ਗਈਆਂ ਚਲੋ ਇਹਦਾ ਬਕਵਾਸ ਮਾਰੀ ਜਾਂਦਾ ਕੋਈ ਜ਼ਰੂਰ ਬੋਲਦਾ ਚਲੋ ਚਲੋ ਤੁਸੀਂ ਕੀ ਲੈਣਾ ਆਪਣੀ ਸਕੀ ਮਾਂ ਨੂੰ ਛੱਡ ਕੇ ਉਹ ਰੁਕੋ ਯਾਰ ਉਹ ਰੁਕੋ ਪਿੰਡ ਵਾਲਿਓ ਮੈਂ ਤੁਹਾਡੇ ਫਾਇਦੇ ਵਾਸਤੇ ਆਇਆ ਇੱਥੇ ਇਹਦੀਆਂ ਗੱਲਾਂ ਚਲਾਓ ਲਓ ਜੀ ਇਹਦਾ ਤਾਂ ਹੋ ਗਿਆ ਬਈ ਕੰਮ ਕਿਹੜਾ ਪੰਡਾਲ ਖਾਲੀ ਹੋ ਗਿਆ ਹੋਰ ਉਹ ਜਿੱਦਾਂ ਦਾ ਭਾਸ਼ਣ ਸੀਗਾ ਖਾਲੀ ਹੋਣਾ ਸੀ ਹੁਣ ਤਾਂ ਇਹਨਾਂ ਨੂੰ ਵੀ ਗੱਡੀ ਬੁੱਕ ਕਰਾ ਲੈਣੀ ਚਾਹੀਦੀ ਹੈ ਸਰਪੰਚ ਸਾਹਿਬ ਚੱਲੀਏ ਜਾਂ ਹੋਰ ਮਾਨ ਸਨਮਾਨ ਕਰਾਉਣਾ ਮੇਰੇ ਹਿਸਾਬ ਨਾਲ ਤਾਂ ਬਹੁਤ ਹੋ ਗਿਆ ਕੋਈ ਗੱਲ ਨਹੀਂ ਪਿੰਡ ਵਾਲੇ ਮੇਰੇ ਨਾਲ ਨਾ ਸੀ ਮੇਰੀ ਔਲਾਦ ਤਾਂ ਮੇਰੇ ਨਾਲ ਹੈ ਹਿੱਲ ਗਿਆ ਸਾਡੇ ਓਏ ਬਾਪੂ ਜ਼ਮੀਨ ਵੇਚਦੀ ਰੋਡ ਨੰਗੀ ਅੱਜ ਤੋਂ ਵੱਧ ਖੁਸ਼ੀ ਵਾਲੀ ਗੱਲ ਕਿਹੜੀ ਹੋ ਸਕਦੀ ਹੈ ਖੁਸ਼ੀ ਖੁਸ਼ੀ ਨੂੰ ਮੈਂ ਹੁਣ ਖੁਸਰੇ ਨੱਚਣ ਲਾ ਰਿਹਾ ਇੱਥੇ
ਸਾਡੀ ਸੱਦੀ ਪੁਸ਼ਤੀ ਜ਼ਮੀਨ ਵਿਕ ਰਹੀ ਹੈ। ਵਿਕ ਵਾਹ, ਅੱਜ ਤੈਨੂੰ ਜ਼ਮੀਨ ਦਾ ਹੇਜ ਆ ਗਿਆ। ਉਦੇ ਨੀ ਸੀ ਆਉਂਦਾ ਜਿੱਦਾਂ ਵੇਚ ਕੇ ਕੈਨੇਡਾ ਭੱਜ ਗਿਆ ਸੀ। ਗੱਲਾਂ ਮਾਰਦਾ ਉੱਥੇ ਜਿੱਡਾ ਹੋ ਗਿਆ, ਕਿਉਂ ਨਾਲ ਗੱਲ ਕਰਨੀ ਨੀ ਆਈ। ਤੂੰ ਰਾਣੀ ਨਾਲ ਹੀ ਗੱਲ ਕਰਨੀ ਪਊ। ਪਰ ਬਾਪੂ ਜੀ, ਆਪਾਂ ਜ਼ਮੀਨ ਇੱਥੇ ਰੱਖ ਕੇ ਕਰਨਾ ਵੀ ਕੀ ਆ? ਜ਼ਮੀਨ ਵੇਚ ਕੇ ਘਰ ਦੀ ਕਿਸ਼ਤਾਂ, ਕਾਰਾਂ ਦੀ ਕਿਸ਼ਤਾਂ, ਟਰਾਲੇ ਦੀਆਂ ਕਿਸ਼ਤਾਂ, ਸਾਰੀਆਂ ਟੈਨਸ਼ਨ ਖਤਮ। ਤੇ ਬਚਦੇ ਪੈਸੇ ਨਾ ਖੋਲਾਂਗੇ ਤੁਹਾਡੇ ਲਈ ਪੰਜਾਬੀ ਟਬਾ। ਉੜੀ ਸਦਾ ਚੜਦੇ ਨੀ, ਮੰਜਵਾਓਗੇ ਭਾਂਡੇ। ਜਦੋਂ ਪਾਣੀ ਗਲ ਸੀ ਭਰਜੇ, ਫਿਰ ਹਥਿਆਰ ਚੱਕਣਾ ਜਾਇਜ਼ ਹੈ। ਪਹਿਲਾਂ ਮਾਰੂੰਗਾ ਪਟਵਾਰੀ ਨੂੰ, ਫਿਰ ਵੱਢੂਗਾ ਹਾਈਵੇ ਦੀ ਨਿਸ਼ਾਨਦੇਹੀ। ਕਰ ਕੁਝ ਨਹੀਂ ਗਿਆ, ਖੁਰਕ ਹੁੰਦੀ ਹੈ ਨਾ ਕੇ ਜਾਣਾ ਨਾ ਕੇ ਤਾਂ ਚਿੜੀ ਭੇਜ ਜੂ। ਉਹ ਤੂੰ ਕਹਿੰਦਾ ਸੀ ਕਿ ਸਫ਼ਰ ਲੰਮਾ ਹੈ, ਚਿੜੀ ਥੱਕ ਜੂ, ਮੇਰੀ ਮਸਾਜ ਤਾਂ ਵਿੱਚ ਹੀ ਰਹਿ ਗਈ ਨਾ। ਮਹਾਰਾਜਾ ਦਲੀਪ ਸਿਓ ਲੱਗਿਆ ਪਾਉਣ ਲੰਡਨ ਤੋਂ ਚੱਲ, ਲਾਮਾ ਖਬਰ ਵਤਨ ਦੀ ਮੈਂ ਜਿਹੜਾ ਚੱਲਣ ਨੂੰ ਨੋਟਾਂ ਦੇ ਟਾਇਰ ਲੱਗੇ ਹੋਏ ਸੀ, ਕੋਈ ਠੇਕੇ ਟੁੱਟੇ ਸੀ ਸਮਝੋ ਜੀ। ਕਰਨੇ ਖਤਮ ਸਾਰੇ, ਕਰਨੇ ਖਤਮ ਸਾਰੇ, ਯਾਰਾ ਸਮਝ ਗਏ। ਕਰਨੇ ਖਤਮ ਸਾਰੇ ਜਾਤਾਂ ਪਾਤਾਂ ਦੇ ਸਭ ਰੌਲੇ, ਕਰ ਜਾਂਦੇ ਬੋਝ ਲਾ ਕੇ ਹੋ ਜਾਣ ਲੋਕ ਫੁੱਲਾ। ਕਰਨੇ ਹੈ ਸਭ ਪੂਰੇ।